ਸਤਨਾਮ ਸ਼੍ਰੀ ਵਾਹਿਗੁਰੂ। ਗੁਰੂ ਗਰੀਬ ਨਿਵਾਜ, ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕੀਤੋਈ, ਮੈਂ ਨਿਰਗੁਣ ਆਦੇ ਕੋ ਗੁਣ ਨਾਹੀ, ਆਪੇ ਤਰਸ ਹੋਈ ਤਰਸ ਪਿਆ ਮਿਹਨਤ ਹੋਈ, ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਦੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਵੇਖਿਆ, ਤੇ ਫਿਰ ਗੁਰ ਭਾਸ ਨਾ ਭਰਿਆ, ਨਿਰਗੁਣ ਤੋਂ ਦਾਤਾ ਜੀ ਹਮ ਮੈਲੇ ਤੁਮ ਪੂਜਨ ਕਰਤੇ, ਹਮ ਨਿਰਗੁਣ ਤੋਂ ਹਮ ਨਿਰਗੁਣ ਤੋਂ ਦਾਤਾ ਜੀ ਹਮ ਮੈਲੇ ਤੋਂ ਪੂਜਨ ਕਰਤੇ, ਹਮ ਨਿਰਗੁਣ ਤੋਂ ਦਾਤਾ ਜੀ ਹਮ ਮੈਲੇ ਤੋਂ ਪੂਜਨ ਕਰਤੇ, ਹਮ ਨਿਰਗੁਣ ਤੋਂ ਦਾਤਾ ਜੀ ਹਮ ਮੈਲੇ ਤੋਂ ਪੂਜਨ ਕਰਤੇ, ਹਮ ਨਿਰਗੁਣ ਤੋਂ ਦਾਤਾ ਜੀ ਹਮ ਮੈਲੇ ਨਿਰਗੁਣ ਪੂਜਨ ਕਰਤੇ, ਹਮ ਨਿਰਗੁਣ ਤੋਂ ਦਾਤਾ ਜੀ ਹਮ ਮੈਲੇ ਤੋਂ ਪੂਜਨ ਕਰਤੇ।
ਕਰ ਸਿਆਣੀ ਅਮੂਰਤ ਤੁਮ ਕਤਰ ਸਿਆਣੀ ਚਤੁਰ ਸਿਆਣ ਅਮੂਰਖ ਤੁਮ 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 ਚਤੁਰ ਸਿਆਣ ਸਰਬ ਕਲਾਂ ਦਾ ਗਿਆਤਾ ਜੀ ਅਮੂਰਤ ਤੁਮ ਚਤੁਰ ਸਿਆਣ ਤੂੰ ਸਰਬ ਕਲਾਂ ਕਾ ਅਮੂਰਤ ਤੁਮ ਚਤੁਰ ਸਿਆਣ ਨਿਰਗੁਣ ਤੂੰ ਦਾਤਾ ਅਮੂਰਤ ਤੁਮ ਚਤੁਰ ਸਿਆਣ ਤੂੰ ਸਰਬ ਕਲਾ ਕਾ ਗਿਆਤਾ ਅਬ ਹਮ ਐਸੇ ਤੂੰ ਐਸਾ ਠਾਕੁਰ ਸੁਖਦਾਈ ਪੁਰਖ ਵਿਦਾਤੇ
ਕਰਾ ਤੋ ਆਪਣੇ ਵਾਲਾ ਤੁਮ ਨਿਧਾਨ ਅਜਲ ਸੁਲਤਾਨ ਜੀ ਜੰਤ ਸਭ ਜਾਤੈ ਕਹੁ ਨਾਨਕ ਹਮ ਇਹ ਹਵਾਲਾ ਹਮ ਐਸੇ ਤੂੰ ਐਸਾ ਮਾਧੋ ਹਮ ਐਸੇ ਤੂੰ ਐਸਾ ਮਾਧੋ ਹਮ ਐਸੇ ਬੋਲੋ ਜੀ ਕੋਈ ਰਸਨਾ ਵਾਂਝੀ ਨਾ ਰਵੇ ਸਾਰੇ ਕਿਰਪਾ ਕਰੋ ਅੱਖਾਂ ਬੰਦ ਕਰਕੇ ਚੌਂਕੜੇ ਲਾ ਕੇ ਬੈਠੋ ਸਾਰੇ ਬੋਲੋ ਜੀ ਵਾਹਿਗੁਰੂ 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 ਮੰਗੇ ਪਿਆਰਿਆ ਪਿਆਰਿਆ ਜਾਤ ਮੰਗੇ ਤਾਂ ਦੇਹ ਪਿਆਰਿਆ
ਅਤੁੱਲ ਭੰਡਾਰਿਆ ਅਤੁੱਲ ਭੰਡਾਰਿਆ ਨਾਨਕ ਛਬਦ ਅਪਾਰ ਨਾਨਕ ਛਬਦ ਅਪਾਰ ਨਾਨਕ ਛਬਦ ਅਪਾਰ ਨਾਨਕ ਛਬਦ ਤਿੰਨ ਸਭ ਕੁਛ ਸਾਰਿਆ ਤਿੰਨ ਸਭ ਕੁਛ ਸਾਰਿਆ ਨਾਨਕ ਸਭ ਅਪਾ ਤਿੰਨ ਸਭ ਕੁਛ ਸਾਰਿਆ ਤਿੰਨ ਸਭ ਕੁਛ ਸਾਰਿਆ ਜਾਚਕ ਮੰਗੈ ਨਾਮ ਜਾਚਕ ਮੰਗੈ
Ah,
ਮਤ ਦੇ ਕੇ ਸਮਝਾ ਲੈ ਆਪਣੇ ਅੰਬਾਰ ਕਰਾਂ ਮਤ ਦੇ ਕੇ ਸਮਝਾ ਲੈ ਆਪਣੇ ਅੰਬਾਰ ਕਰਾਂ
ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਤਸੰਗ ਜੀ ਆਓ ਸਾਰੇ ਰਸਨਾ ਪਵਿੱਤਰ ਕਰੋ ਸਤਿਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਕੋਈ ਰਸਨਾ ਵਾਂਝੀ ਨਾ ਰਵੇ ਬੁਲੰਦ ਆਵਾਜ਼ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਨੇ ਮਹਾਨ ਮਹਾਨ ਕਿਰਪਾ ਸਾਡੇ ਸਾਰਿਆਂ ਉੱਤੇ ਕੀਤੀ ਹੈ ਜੋ ਸਤਿਗੁਰੂ ਜੀ ਦੇ ਪਾਵਨ ਮੁਬਾਰਕ ਚਰਨਾਂ ਵਿੱਚ ਬੈਠਣ ਦਾ ਸੁਭਾਗ ਸਮਾਂ ਸਾਨੂੰ ਸਭ ਨੂੰ ਪ੍ਰਾਪਤ ਹੋਇਆ ਅੱਜ ਇਸ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਦਾ ਰਾਏਕੋਟ ਇਲਾਕੇ ਦੀ ਸੰਗਤ ਨੂੰ ਜੋ ਸਮਾਂ ਮਿਲਿਆ ਰਲ ਮਿਲ ਕੇ ਆਪਾਂ ਸਾਰਿਆਂ ਨੂੰ ਬਹਿਣ ਦਾ ਸਮਾਂ ਮਿਲਿਆ ਤੀਸਰਾ ਔਰ ਲਾਸਟ ਦੀਵਾਨ ਹੈ ਦੂਰੋਂ ਨੇੜਿਓਂ ਚੱਲ ਕੇ ਪਿਆਰ ਵਾਲੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਨਤਮਸਤਕ ਹੋਣ ਵਾਸਤੇ ਪੁੱਜੇ ਨੇ ਇਲਾਕੇ ਦੀ ਸੰਗਤੀ ਨਹੀਂ ਬਾਹਰਲਿਆਂ ਇਲਾਕਿਆਂ ਵਿੱਚੋਂ ਵੀ ਗੁਰਮੁਖ ਪਿਆਰੇ ਸ਼ਰਧਾ ਭਾਵਨਾ ਮਨ ਵਿੱਚ ਲੈ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰ ਹੋ ਰਹੇ ਨੇ ਆਓ ਗੁਰਮੁਖੋ ਕੁਝ ਸਮਾਂ ਇਕਾਗਰ ਚਿੱਤ ਹੋ ਕੇ ਬੈਠਣ ਦਾ ਯਤਨ ਕਰੀਏ ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿੱਤ ਲਾਏ ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ ਚਿੱਤ ਲਾ ਕੇ ਜੁੜੀਏ ਚਿੱਤ ਲਾ ਕੇ ਸੁਣਿਆ ਜਾਏ ਗਾਇਆ ਜਾਏ ਮਹਾ ਆਨੰਦ ਸਦਾ ਕਰ ਕੀਰਤਨ ਪੁਰਖ ਵਿਦਾਤਾ ਪਾਏ ਕੀਰਤਨ ਵਿੱਚ ਮਨ ਜੁੜੇ ਸਹੀ ਫਿਰ ਤੇ ਮਹਾ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਮਹਾ ਆਨੰਦ ਗੁਰ ਸ਼ਬਦ ਵਿਚਾਰ ਸ਼ਬਦ ਦੀ ਵਿਚਾਰ ਕੀਤੀ ਜਾਏ ਉਹਦੇ ਵਿੱਚ ਵੀ ਮਹਾ ਆਨੰਦ ਮਿਲਦਾ ਵਿਖੇ ਬਨ ਫੀਕਾ ਤਿਆਗ ਦੀ ਸਖੀਏ ਨਾਮ ਮਹਾ ਰਸ ਪੀਓ ਜਦੋਂ ਨਾਮ ਵਿੱਚ ਜੁੜੀਏ ਉਹਦੇ ਵਿੱਚ ਵੀ ਮਹਾਰਸ ਮਹਾ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਸੋ ਗੁਰੂ ਸਾਹਿਬ ਜੀ ਨੇ ਮਿਹਰ ਕੀਤੀ ਹੈ ਸਾਡੇ ਸਭ ਦੇ ਭਾਗ ਸਵੱਲੇ ਨੇ ਸੁਣਨ ਵਾਲੇ ਬੜੇ ਨੇ ਕਮੀ ਅੱਜ ਸੁਣਾਉਣ ਵਾਲਿਆਂ ਦੀ ਵੀ ਨਹੀਂ ਪੜ੍ਹਨ ਵਾਲੇ ਬੜੇ ਨੇ ਕਮੀ ਪੜ੍ਹਾਉਣ ਵਾਲਿਆਂ ਦੀ ਵੀ ਨਹੀਂ ਬਸ ਜੇ ਕਮੀ ਹੈ ਤੇ ਮੰਨਣ ਵਾਲਿਆਂ ਦੀ ਕਰਮ ਧਰਮ ਪਾਖੰਡ ਜੋ ਦੀਸੈ ਤਿੰਨ ਜਮ ਜਾ ਗਾਤੀ ਲੂਟੈ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ ਸੰਤ ਹੋ ਸਾਗਰ ਪਾਰ ਉਤਰੀਏ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰਪ੍ਰਸਾਦੀ ਤਰੀਏ ਬਚਨ ਕਮਾਉਣ ਵਾਲੇ ਦਾ ਬੇੜਾ ਬੰਨੇ ਲੱਗਦਾ ਗੁਰਮੁਖੋ ਸੁਣਨ ਵਾਲੇ ਬੜੇ ਨੇ ਕਮਾਉਣ ਵਾਲਾ ਕੋਈ ਕੋਈ ਹੁੰਦਾ ਜਿਹੜਾ ਹਿਰਦੇ ਚ ਵਸਾ ਲੈ ਸੁਣ ਕੇ ਪੱਲੇ ਬੰਨ ਲਵੇ ਪੱਲੇ ਬੰਨਣਾ ਹੀ ਔਖਾ ਹੈ ਸਾਰੀ ਜ਼ਿੰਦਗੀ ਸੁਣਦਿਆਂ ਦੀ ਲੰਘ ਜਾਂਦੀ ਹੈ ਮੈਂ ਜੀ ਬਾਬਾ ਈਸ਼ਰ ਸਿੰਘ ਜੀ ਦੇ ਬਚਨ ਸੁਣਦਾ ਰਿਹਾ ਦੀਵਾਨ ਸੁਣਦਾ ਰਿਹਾ ਰਾੜਾ ਸਾਹਿਬ ਵਾਲੇ ਮਹਾਂਪੁਰਸ਼ਾਂ ਦੇ ਮੈਂ ਦਰਸ਼ਨ ਕੀਤੇ
ਮੈਂ ਜੀ ਮਹਾਂਪੁਰਖ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਵਾਲਿਆਂ ਦੇ ਦਰਸ਼ਨ ਵੀ ਕੀਤੇ, ਮੈਂ ਜੀ ਫਲਾਣੇ ਮਹਾਂਪੁਰਸ਼ਾਂ ਕੋਲ ਵੀ ਇੰਨੇ ਸਾਲਾਂ ਤੋਂ ਜਾ ਰਿਹਾ, ਗੁਰੂ ਵਾਲਾ ਬਣ ਗਿਆ, ਸਿੰਘ ਸੱਜ ਗਿਆ, ਨਹੀਂ ਜੀ ਉਹ ਅਜੇ ਫਿਰ ਅੰਮ੍ਰਿਤ ਨਹੀਂ ਮਿਲ ਸਕਿਆ, ਫਿਰ ਕੀ ਫਾਇਦਾ, ਸਾਰੀ ਉਮਰ ਸੰਗਤ ਕਰਦਿਆਂ ਲੰਘ ਗਈ। ਪਰ ਜਿਨ੍ਹਾਂ ਦੀ ਸੰਗਤ ਕਰਦੇ ਰਹੇ ਉਹ ਤੇ ਹੀ ਪ੍ਰੇਰਨਾ ਦਿੰਦੇ ਸੀ। ਰਾੜਾ ਸਾਹਿਬ ਵਾਲੇ ਮਹਾਂਪੁਰਖ ਜਿੱਥੇ ਸੱਤ ਦੀਵਾਨ ਰੱਖਣੇ, ਨੌ ਰੱਖਣੇ, 15 ਦੀਵਾਨ ਮਹੀਨਾ ਵੀ ਲੱਗਦੇ ਸੀ ਉਹਨਾਂ ਦੇ, ਹਰ ਲਾਸਟ ਦੀਵਾਨ ਵਿੱਚ ਅੰਮ੍ਰਿਤ ਦਾ ਬਾਟਾ ਤਿਆਰ ਹੁੰਦਾ ਸੀ, ਅੰਮ੍ਰਿਤ ਸੰਚਾਰ ਜ਼ਰੂਰ ਕਰਾਉਂਦੇ ਸਨ। ਇਸੇ ਤਰ੍ਹਾਂ ਸੰਤ ਮਹਾਰਾਜ ਸੰਤ ਬਾਬਾ ਆਤਰ ਸਿੰਘ ਜੀ ਮਸਤਵਾਣਾ ਸਾਹਿਬ ਵਾਲੇ ਮਹਾਂਪੁਰਖ, ਉਹ ਵੀ ਜਿੱਥੇ ਵੀ ਕਿਤੇ ਉਹਨਾਂ ਨੇ ਜਾਣਾ ਨਾਲ ਅੰਮ੍ਰਿਤ ਸੰਚਾਰ ਵੀ ਰੱਖਣਾ। ਕਹਿੰਦੇ ਨੇ ਇੰਨਾ ਅੰਮ੍ਰਿਤ ਸੰਚਾਰ ਉਹਨਾਂ ਦੇ ਵੇਲੇ ਹੋਇਆ, ਬਾਬਾ ਆਤਰ ਸਿੰਘ ਜੀ ਵੇਲੇ, ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਬਹੁਤ ਘਾਟ ਆ ਗਈ ਸਿੱਖੀ ਵਿੱਚ, ਲੋਕ ਟੁੱਟ ਗਏ ਸਨ ਬੜੇ, ਪਰ ਬਾਬਾ ਆਤਰ ਸਿੰਘ ਮਸਤਵਾਣੇ ਵਾਲੇ ਮਹਾਂਪੁਰਖਾਂ ਨੇ ਖੰਡਾ ਬਾਟਾ ਚੁੱਕਿਆ, ਫਿਰ 13 ਲੱਖ ਤੋਂ ਵੱਧ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਘਰ ਨਾਲ ਜੋੜਿਆ। ਕਹਿੰਦੇ ਕਕਾਰ ਨਹੀਂ ਸੀ ਪੂਰੇ ਹੁੰਦੇ, ਇੰਨੇ ਕਕਾਰ ਨਹੀਂ ਸੀ ਬਣਾ ਸਕਦੇ ਲੋਕ, ਜੇ ਉਹਨਾਂ ਨੇ ਇੰਨੇ ਤਿਆਰ ਕਰ ਦੇਣੇ ਅੰਮ੍ਰਿਤ ਛਕਣ ਵਾਸਤੇ। ਦਾਤਰੀਆਂ ਹੁੰਦੀਆਂ ਨੇ, ਦਾਤਰੀਆਂ ਨਾਲ ਹੀ ਰੱਸੀਆਂ ਬੰਨ੍ਹ ਕੇ ਕਹਿਣਾ ਪਾ ਲਓ, ਜਦੋਂ ਸ੍ਰੀ ਸਾਹਿਬ ਮਿਲ ਜਾਏਗੀ ਉਦੋਂ ਸ੍ਰੀ ਸਾਹਿਬ ਪਾ ਦਿਓ। ਘਰ ਘਰ ਵਿੱਚ ਜਾ ਕੇ ਉਹਨਾਂ ਨੇ ਗੂੰਜਾਂ ਪਾਈਆਂ, ਬਹੁਤ ਪ੍ਰਚਾਰ ਕੀਤਾ, ਅਸਰ ਵੀ ਬੜਾ ਸੀ। ਅਸਰ ਰੱਖਦੇ ਨੇ ਉਹ ਜਿਨ੍ਹਾਂ ਉੱਤੇ ਖੁਦ ਉੱਤੇ ਅਸਰ ਹੋਇਆ ਵਿਆ ਹੋਵੇ, ਉਹਨਾਂ ਵਿੱਚ ਖਿੱਚ ਹੁੰਦੀ ਹੈ ਜਿਨ੍ਹਾਂ ਨੇ ਖੁਦ ਕਮਾਇਆ ਹੋਵੇ, ਬੰਦਗੀ ਵਾਲੇ ਖਿੱਚ ਲੈਂਦੇ। ਗੁਰਮੁਖੋ ਮਨ ਮੋਹਿਆ ਜਾਂਦਾ ਜਿਵੇਂ ਸੱਪ ਕੋਈ ਸਪੇਰਾ ਹੋਵੇ, ਸਹੀ ਬੀਨ ਵਜਾਉਣ ਵਾਲਾ ਸੱਪ ਨੂੰ ਬਾਹਰ ਕੱਢਦਾ ਹੀ ਨਹੀਂ, ਨੱਚਣ ਵੀ ਲਾ ਲੈਂਦਾ ਖੁੱਡ ਵਿੱਚੋਂ ਬਾਹਰ ਕੱਢ ਕੇ। ਤੇ ਇੱਥੇ ਬਾਣੀ ਦੀ ਬੀਨ ਹੈ, ਯਾਦ ਰੱਖੋ ਗੁਰਮੁਖੋ, ਸਪੇਰਾ ਬੀਨ ਤੇ ਹੋਰ ਵੀ ਕੋਈ ਸਪੇਰਾ ਵਜਾ ਲੇਗਾ, ਪਰ ਸਪੇਰਾ ਬੀਨ ਬਿਨਾਂ ਕਿਸੇ ਕੰਮ ਦਾ ਨਹੀਂ। ਉਹ ਸਪੇਰਾ ਆ ਕੇ ਬੈਠਾ ਰਵੇ, ਬੋਲ ਬੋਲ ਕੇ ਨਹੀਂ ਇਕੱਲਾ ਸੱਪ ਕੱਢ ਸਕਦਾ, ਉਹਨੂੰ ਬੀਨ ਦੀ ਲੋੜ ਹੈ। ਜਿੰਨੇ ਮਰਜ਼ੀ ਕੋਈ ਪ੍ਰਚਾਰਕ ਬਣੇ ਫਿਰਨ, ਪਰ ਗੁਰਬਾਣੀ ਬਿਨਾਂ ਪ੍ਰਚਾਰਕ ਕਿਸੇ ਕੰਮ ਦੇ। ਜਦੋਂ ਗੁਰਬਾਣੀ ਹੋਏਗੀ ਕੋਲ ਫਿਰ ਖਿੱਚ ਪੈਣੀ, ਤੇ ਕਦਰ ਵੀ ਸਾਡੀ ਇਸੇ ਕਰਕੇ ਘਟਦੀ ਜਾ ਰਹੀ, ਅਸੀਂ ਖੁਦ ਗੁਰਬਾਣੀ ਨਾਲੋਂ ਟੁੱਟ ਗਏ, ਖੁਦ ਗੁਰਬਾਣੀ ਉੱਤੇ ਪਹਿਰਾ ਨਹੀਂ ਦਿੰਦੇ। ਜੋ ਸਾਨੂੰ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ ਉਹ ਕੇਵਲ ਸੁਣਾਉਣ ਮਾਤਰ ਆ, ਸਾਡੇ ਖੁਦ ਦੇ ਜੀਵਨ ਵਿੱਚ ਨਹੀਂ ਵਸਿਆ। ਇਹੀ ਕਾਰਨ ਆ, ਇਹੀ ਘਾਟ ਆ ਗਈ ਹੈ। ਤੇ ਮਹਾਂਪੁਰਖਾਂ ਦਾ ਜਿੱਥੇ ਵੀ ਕਿਤੇ ਸਮਾਗਮ ਹੋਣਾ, ਮਹਾਂਪੁਰਖ ਬਾਬਾ ਆਤਰ ਸਿੰਘ ਜੀ ਨੇ ਜਾਣਾ, ਵਿਆਹਾਂ ਵਿੱਚ ਲੋਕ ਜੁੱਟੀਆਂ ਬਣਾ ਬਣਾ ਸ਼ਬਦ ਪੜ੍ਹਦੇ ਹੁੰਦੇ ਸੀ, ਬੀਬੀਆਂ ਨੇ ਗੀਤ ਗਾਉਣੇ, ਜ਼ਿਮੀਂਦਾਰਾਂ ਨੇ ਖੇਤਾਂ ਵਿੱਚ ਕੰਮ ਕਰਦਿਆਂ ਹਲ ਵਾਹੁੰਦਿਆਂ ਵੀ ਗੀਤ ਗਾਈ ਜਾਣੇ, ਬੜੇ ਤਰ੍ਹਾਂ ਦੇ ਢੋਲੇ ਗਾਣੇ। ਮਹਾਂਪੁਰਖ ਬਾਬਾ ਆਤਰ ਸਿੰਘ ਮਸਤਵਾਣਾ ਸਾਹਿਬ ਵਾਲਿਆਂ ਨੇ ਹਲ ਵਾਹੁਣ ਵਾਲੇ ਹਾਲੀਆਂ ਕੋਲ ਚਲੇ ਜਾਣਾ ਤੇ ਜਾ ਕੇ ਕਹਿਣਾ ਹੋਇਆ ਕੀ ਗੀਤ ਗਾਉਂਦੇ ਰਹਿੰਦੇ ਹੋ, ਰੱਬ ਦੇ ਗੀਤ ਗਾਓ। ਆ ਸਿੱਧੀਆਂ ਧਾਰਨਾ ਪ੍ਰਚਲਿਤ ਹੀ ਉਹਨਾਂ ਨੇ ਕੀਤੀਆਂ ਨੇ ਵੀ ਜੇ ਤੁਸੀਂ ਗਾਉਣਾ ਹੀ ਹੈ ਤੇ ਇਦਾਂ ਗਾਓ, ਸੌਖਾ ਤਰੀਕਾ ਉਹਨਾਂ ਨੇ ਦੱਸਿਆ। ਬੀਬੀਆਂ ਨੇ ਪਿੰਡਾਂ ਵਿੱਚ ਗੀਤ ਗਾਣੇ ਛੱਡ ਦਿੱਤੇ ਸਨ, ਵਿਆਹਾਂ ਵਿੱਚ ਮੇਲਣਾ ਜਿਹੜੇ ਗੀਤ ਗਾਉਂਦੀਆਂ ਨੇ, ਸੰਤ ਬਾਬਾ ਆਤਰ ਸਿੰਘ ਜੀ ਨੇ ਇਦਾਂ ਦਾ ਤਰੀਕਾ ਦੱਸਿਆ ਕਿ ਉਹਨਾਂ ਗੀਤਾਂ ਨੂੰ ਹੀ ਬਦਲ ਦਿੱਤਾ। ਬੀਬੀਆਂ ਨੇ ਕਹਿਣਾ ਤੇਰੀ ਮੱਧ ਵਿੱਚ ਵੇ ਬੂਟਾ ਰਾਈ ਦਾ, ਲਾੜੇ ਨੂੰ ਮਜ਼ਾਕ ਕਰਕੇ ਕਹਿਣਾ ਤੂੰ ਪੁੱਤ ਹੈ ਲਾੜਿਆ ਵੇ ਫਲਾਣੇ ਨਾਈ ਦਾ, ਇਦਾਂ ਦੀ ਗੱਲ ਕਹਿ ਦੇਣੀ।
ਪਿੰਡ ਦਾ ਜਿਹੜਾ ਸਭ ਨਾਲੋਂ ਭੱਦਾ ਬੰਦਾ ਹੁੰਦਾ ਸੀ ਉਹਦਾ ਨਾਂ ਲੈ ਦੇਣਾ ਵੀ ਤੂੰ ਉਹਦਾ ਪੁੱਤ ਹੈ ਤੇ ਉਹ ਲਾੜਾ ਵੀ ਵਿਚਾਰਾ ਨੀਵੀਂ ਪਾਇਆ ਕਰੇ ਜਦੋਂ ਉਹਨੂੰ ਏਦਾਂ ਦੀਆਂ ਸਿੱਠਣੀਆਂ ਏਦਾਂ ਦੀਆਂ ਗੱਲਾਂ ਕਹਿਣੀਆਂ ਅੱਜ ਕੱਲ੍ਹ ਵੀ ਰਿਵਾਜ ਹੈ ਕਈ ਥਾਵਾਂ ਤੇ ਮੇਲਣਾ ਏਦਾਂ ਦਾ ਕੁਛ ਕਰਦੀਆਂ ਪਰ ਬਾਬਾ ਆਤਰ ਸਿੰਘ ਜੀ ਵੇਲੇ ਮਸਤਵਾਣੇ ਵਾਲੇ ਮਹਾਂਪੁਰਖਾਂ ਵੇਲੇ ਕਹਿੰਦੇ ਨੇ ਲੋਕਾਂ ਨੇ ਗੀਤ ਗਾਣੇ ਛੱਡ ਦਿੱਤੇ ਸਨ ਇਹਨਾਂ ਉਹਨਾਂ ਮਹਾਂਪੁਰਖਾਂ ਦਾ ਪ੍ਰਭਾਵ ਸੀ ਉਹਨਾਂ ਨੇ ਕਹਿਣਾ ਉਹ ਏਦਾਂ ਨਾ ਗਾਓ ਜਿਹਦੇ ਕਰਕੇ ਅਗਲਾ ਵੀ ਨੀਵੀਂ ਪਾਉਂਦਾ ਹੈ ਏਦਾਂ ਗਾਓ ਹੋ ਸਕਦਾ ਉਹਦੇ ਉੱਤੇ ਅਸਰ ਹੀ ਹੋ ਜਾਏ ਮਹਾਂਪੁਰਖਾਂ ਨੇ ਸੌਖਾ ਤਰੀਕਾ ਧਾਰਨਾ ਪ੍ਰਚਲਿਤ ਕੀਤੀ ਤੇਰੀ ਮਦ ਵਿੱਚ ਵੇ ਬੂਟਾ ਰਾਈਦਾ ਮਦ ਵਿੱਚ ਵੇ ਬੂਟਾ ਰਾਈਦਾ ਮਦ ਵਿੱਚ ਵੇ ਮਹਾਂਪੁਰਖਾਂ ਨੇ ਕਹਿਣਾ ਏਦਾਂ ਨਾ ਕਹੋ ਏਦਾਂ ਕਹੋ ਤੂੰ ਪੁੱਤ ਹੈ ਤੇਰੀ ਮਦ ਵਿੱਚ ਵੇ ਬੂਟਾ ਟਾਲੀ ਦਾ 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 ਤੇਰੀ ਮਦ ਵਿੱਚ ਸਿੰਘ ਸੋਢੀ ਦਾ ਉਹ ਪਹਿਲਾ ਡਿਆ ਵੇ ਗੋਬਿੰਦ ਸਿੰਘ ਸੋ
ਮਹਾਂਪੁਰਖਾਂ ਦਾ। ਖੇਤਾਂ ਵਿੱਚ ਜ਼ਿਮੀਂਦਾਰਾਂ ਨੇ ਕੰਮ ਕਰਨਾ, ਲੋਕਾਂ ਨੇ ਹਲ ਵਾਹੁੰਦਿਆਂ ਗੀਤ ਗਾਣੇ ਛੱਡ ਕੇ ਧਾਰਨਾ ਪੜਨੀਆਂ ਸ਼ੁਰੂ ਕਰ ਦਿੱਤੀਆਂ। ਇਹ ਸੌਖਾ ਤਰੀਕਾ ਸੀ ਬਾਣੀ ਨਾਲ ਜੋੜਨ ਦਾ, ਗੁਰੂ ਘਰ ਨਾਲ ਜੋੜਨ ਦਾ। ਕਵੀਸ਼ਰੀ ਕਵਿਤਾ ਪੜ੍ਹ ਕੇ ਜੋੜਦੇ ਨੇ, ਢਾਡੀ ਵਾਰਾਂ ਗਾ ਕੇ ਜੋੜਦੇ ਨੇ, ਕਥਾ ਵਾਚਕ ਗੁਰਬਾਣੀ ਦੀ ਕਥਾ ਕਰਕੇ ਜੋੜਦੇ ਨੇ। ਧਾਰਨਾ ਵੀ ਇਹ ਜ਼ਰੀਆ ਬਸ ਇੱਕ ਜੋੜਨ ਵਾਸਤੇ। ਜੁੜਨਾ ਅਸੀਂ ਗੁਰਬਾਣੀ ਨਾਲ ਹੀ ਹੈ, ਪੜ੍ਹਨੀ ਅਸੀਂ ਗੁਰਬਾਣੀ ਹੋਈ ਹੈ, ਪਰ ਇੱਕ ਜ਼ਰੀਆ ਬਣਾ ਦਿੱਤਾ ਕਵਿਤਾਵਾਂ। ਕਵੀਸ਼ਰੀ ਇੱਕ ਜ਼ਰੀਆ ਹੈ, ਵਾਰਾਂ ਜ਼ਰੀਆ ਨੇ ਜੁੜਨ ਵਾਸਤੇ ਗੁਰਬਾਣੀ ਨਾਲ। ਤੇ ਗੁਰਮੁਖੋ ਇੱਦਾਂ ਮਹਾਂਪੁਰਖਾਂ ਨੇ ਧਾਰਨਾ ਪੜ੍ਹਨੀਆਂ, ਸੌਖਾ ਤਰੀਕਾ ਉਹਨਾਂ ਨੇ ਦਿੱਤਾ। ਤੇ 13 ਲੱਖ ਤੋਂ ਵੱਧ ਪ੍ਰਾਣੀ ਲੋਕ ਪ੍ਰਾਣੀ ਉਸ ਵੇਲੇ ਵਿੱਚ ਅੰਮ੍ਰਿਤਧਾਰੀ ਹੋਏ ਮਹਾਂਪੁਰਖਾਂ ਤੋਂ ਪ੍ਰਭਾਵਿਤ ਹੋ ਕੇ। ਸ੍ਰੀ ਅਕਾਲ। ਤੇ ਸਾਧ ਸੰਗਤ ਜਦੋਂ ਆਪਣੀ ਕਮਾਈ ਹੋਏਗੀ, ਆਪਣਾ ਜੀਵਨ ਬਣਾਵਾਂਗੇ, ਫਿਰ ਜ਼ਰੂਰ ਅਸਰ ਹੋਏਗਾ। ਉਹ ਤੇ ਇਦਾਂ ਦੀ ਸ਼ਖਸੀਅਤ ਸੀ। ਇੱਕ ਬੀਬੀ ਆਈ, ਕਹਿੰਦੀ ਬਾਬਾ ਜੀ ਮੇਰਾ ਮੁੰਡਾ ਗੁੜ ਖਾਂਦਾ ਹੈ, ਇਹਨੂੰ ਹਟਾਓ ਗੁੜ ਖਾਣ ਤੋਂ, ਇਹ ਬਹੁਤ ਗੁੜ ਖਾਂਦਾ, ਮਿੱਠਾ ਬੜਾ ਖਾਂਦਾ, ਇਹਦੇ ਦੰਦ ਖਰਾਬ ਹੋ ਜਾਣਗੇ। ਮਹਾਂਪੁਰਖ ਆਖਣ ਲੱਗੇ ਬੀਬਾ ਕੱਲ ਨੂੰ ਲੈ ਆਈ, ਕੱਲ ਨੂੰ ਕਹਿ ਦਿਆਂਗੇ। ਪਹਿਰੇਦਾਰਾਂ ਨੂੰ ਅਰਜ ਕਰਾਂਗਾ ਅੱਧ ਵਿਚਾਲੇ ਰਸਤਾ ਬੰਦ ਕਰਕੇ ਬਿਠਾ ਦਿਓ, ਉੱਠ ਉੱਠ ਕੇ ਅੱਗੇ ਨਾ ਬਹਿਓ ਭਾਈ ਕੋਈ ਵੀ, ਆਪਣੀ ਆਪਣੀ ਜਗ੍ਹਾ ਤੇ ਬੀਬੀਆਂ ਨੇ ਵੀ ਬੈਠੇ ਰਹਿਣਾ, ਭਾਈਆਂ ਨੇ ਵੀ। ਤਕਰੀਬਨ ਸਾਰੀ ਸੰਗਤ ਆਈ ਗਈ ਹੈ, ਥੋੜੇ ਬਹੁਤ ਰਹਿ ਗਏ ਹੋਣਗੇ, ਉਹਨਾਂ ਨੂੰ ਜਦੋਂ ਆਪਾਂ ਆਨੰਦ ਸਾਹਿਬ ਪੜਾਂਗੇ ਉਦੋਂ ਅੱਗੇ ਬੁਲਾ ਕੇ ਮੱਥਾ ਟਿਕਾ ਦਿਆਂਗੇ। ਥੋੜਾ ਜਿਹਾ ਸਮਾਂ ਅੱਜ ਸੰਗਤ ਨੂੰ ਬਿਠਾ ਲਓ, ਜਿਹੜੇ ਰਹਿ ਜਾਣਗੇ ਸਭ ਨੂੰ ਮੱਥਾ ਟਿਕਾਇਆ ਜਾਏਗਾ, ਸਭ ਨੂੰ ਗੁਰੂ ਸਾਹਿਬ ਦੇ ਚਰਨਾਂ 'ਚ ਨਮਸਕਾਰ ਕਰਾ ਦਿੱਤੀ ਜਾਏਗੀ। ਅੱਧ ਵਿਚਾਲੇ ਰਸਤਾ ਬੰਦ ਕਰਕੇ ਬਿਠਾਓ। ਸਾਧ ਸੰਗਤ ਧਿਆਨ ਦਿਓ, ਇਹ ਤਾਂ ਬੇਨਤੀ ਕਰੀ ਦੀ ਏ ਵੀ ਇਕਾਗਰਤਾ ਬਣੇ, ਨਮਸਕਾਰ ਸਭ ਨੂੰ ਕਰਵਾਈ ਜਾਏਗੀ। ਆਪਾਂ ਇਹ ਸਮਾਗਮ ਵੀ ਜੁੜਨ ਔਰ ਜੋੜਨ ਵਾਸਤੇ ਰੱਖਿਆ, ਇਸੇ ਵਾਸਤੇ ਏਡੇ ਏਡੇ ਵੱਡੇ ਉਪਰਾਲੇ ਕੀਤੇ ਜਾਂਦੇ। ਮਹਾਂਪੁਰਖ ਆਖਣ ਲੱਗੇ ਬੀਬਾ ਕੱਲ ਨੂੰ ਲੈ ਆਈ ਬੱਚੇ ਆਪਣੇ। ਅਗਲੇ ਦਿਨ ਬੀਬੀ ਫਿਰ ਆਪਣੇ ਬੱਚੇ ਨੂੰ ਲੈ ਕੇ ਆਈ। ਮਹਾਂਪੁਰਸ਼ ਆਖਣ ਲੱਗੇ ਕਾਕਾ ਗੁੜ ਨਾ ਖਾਇਆ ਕਰ, ਇਹਦੇ ਨਾਲ ਦੰਦ ਖਰਾਬ ਹੋ ਜਾਂਦੇ ਨੇ, ਬਹੁਤਾ ਗੁੜ ਨਹੀਂ ਖਾਈਦਾ। ਕਹਿੰਦਾ ਜੀ ਸੱਤ ਬਚਨ। ਬੱਚਾ ਕਹਿੰਦਾ ਸੱਤ ਬਚਨ? ਤੇ ਬੀਬੀ ਕਹਿੰਦੀ ਬਾਬਾ ਜੀ ਇੰਨੀ ਹੀ ਗੱਲ ਸੀ, ਗੱਲ ਕਹਿ ਦਿੰਦੇ, ਐਡੀ ਦੂਰੋਂ ਮੈਂ ਫਿਰ ਆਈ ਹਾਂ, ਮੇਰਾ ਕਿਰਾਇਆ ਵੀ ਲੱਗਾ ਹੈ, ਤੇ ਮੇਰੇ ਤੇ ਤੁਸੀਂ ਇੰਨੀ ਗੱਲ ਹੀ ਕਹਿਣੀ ਸੀ, ਕੱਲ ਕਹਿ ਦੇਣੀ ਸੀ। ਮਹਾਂਪੁਰਖ ਆਖਣ ਲੱਗੇ ਬੀਬਾ ਕੱਲ ਮੈਂ ਖੁਦ ਗੁੜ ਖਾਂਦਾ ਸਾਂ, ਪਹਿਲਾਂ ਮੈਂ ਛੱਡਿਆ। ਅਸੀਂ ਰੋਜ਼ ਪ੍ਰਸ਼ਾਦੇ ਤੋਂ ਬਾਅਦ ਕਹਿੰਦੇ ਹਾਂ ਥੋੜਾ ਜਿਹਾ ਗੁੜ ਲਿਆ ਭਾਈ, ਤੇ ਉਹ ਗੁੜ ਜਦੋਂ ਆਪ ਖਾਣਾ ਹੈ ਤੇ ਇਹਨੂੰ ਕਿਵੇਂ ਕਹਿ ਦਿਆਂਗੇ ਵੀ ਗੁੜ ਨਾ ਖਾ, ਜਦੋਂ ਆਪ ਥੋੜਾ ਜਿਹਾ ਰੋਜ਼ ਛਕੀਦਾ, ਇਹਨੂੰ ਕਿੱਦਾਂ ਕਹਿ ਦਿੰਦੇ ਵੀ ਗੁੜ ਨਾ ਖਾ, ਪਹਿਲਾਂ ਆਪ ਕਮਾਇਆ ਹੈ ਤਾਂ ਤੇਰੇ ਬੱਚੇ ਨੂੰ ਆਖਿਆ, ਕਿਵੇਂ ਕਹਿ ਦਿੰਦੇ ਜਦੋਂ ਅਸੀਂ ਆਪ ਖਾਂਦੇ ਸੀ। ਇਹੋ ਜਿਹੇ ਮਹਾਂਪੁਰਖ ਸਨ, ਜੋ ਕਹਿਣਾ ਉਹਨੂੰ ਕਮਾਉਣਾ ਵੀ, ਖੁਦ ਵੀ ਘਾਲਣਾ ਘਾਲਣੀ, ਫਿਰ ਉਹਦਾ ਅਸਰ ਹੁੰਦਾ। ਖਾਲੀ ਗੱਡਾ ਲੰਘ ਜਾ, ਪਤਾ ਵੀ ਨਹੀਂ ਲੰਘਣਾ ਲੱਗਣਾ, ਜਿੱਥੋਂ ਭਰਿਆ ਲੰਘੇਗਾ ਲੀਹ ਪਾ ਜਾਏਗਾ, ਲੀਹ ਪੈ ਜਾਂਦੀ ਹੈ। ਭਰੇ ਹੋਏ ਨੇ ਜਿਹੜੇ ਅੰਦਰੋਂ, ਉਹ ਜਿੱਥੋਂ ਲੰਘਣਗੇ ਉਹਨਾਂ ਦਾ ਅਸਰ ਹੋਏਗਾ। ਕੁਦਰਤੀ ਹੈ, ਸੁਭਾਵਿਕ ਗੱਲ ਹੈ, ਉਹਨਾਂ ਦਾ ਅਸਰ ਹੋਏਗਾ ਜਿਨ੍ਹਾਂ ਨੇ ਖੁਦ ਗੁਰਬਾਣੀ ਨੂੰ ਕਮਾਇਆ, ਜਿਨ੍ਹਾਂ ਉੱਤੇ ਖੁਦ ਉੱਤੇ ਅਸਰ ਹੋਇਆ ਵਿਆ ਹੁੰਦਾ। ਸਾਰੀ ਸਾਰੀ ਜ਼ਿੰਦਗੀ ਲੰਘ ਜਾਂਦੀ ਮਹਾਂਪੁਰਖਾਂ ਦੀ, ਬਹੁਤ ਵੱਡੀ ਘਾਲਣਾ ਘਾਲੀ, ਜਿਵੇਂ ਮਹਾਂਪੁਰਖ ਰਾੜਾ ਸਾਹਿਬ ਵਾਲੇ ਸਨ, ਕਿੱਡੀ ਵੱਡੀ ਉਹਨਾਂ ਨੇ ਕੌਮ ਦੀ ਸੇਵਾ ਕੀਤੀ।
ਮਸਤਵਾੜਾ ਸਾਹਿਬ ਵਾਲੇ ਮਹਾਂਪੁਰਖ ਸਨ, ਬਾਬਾ ਨੰਦ ਸਿੰਘ ਜੀ ਸਨ। ਮੈਂ ਇਹ ਗੱਲ ਨਾਲ ਸਹਿਮਤ ਹਾਂ, ਕਈ ਦਫ਼ਾ ਬਾਅਦ ਵਿੱਚ ਘਾਟਾਂ ਆ ਜਾਂਦੀਆਂ, ਬਾਅਦ ਵਿੱਚ ਸੰਸਥਾਵਾਂ ਵਿੱਚ ਸੰਪਰਦਾਵਾਂ ਵਿੱਚ ਕਮੀਆਂ ਆ ਜਾਂਦੀਆਂ। ਜੇ ਹੁਣ ਆਪਾਂ ਕਹੀਏ ਵੀ ਫਲਾਣੀ ਸੰਸਥਾ ਇੱਕ ਹੈ, ਉਹਦੇ 'ਚ ਕੋਈ ਘਾਟ ਹੀ ਨਹੀਂ ਆਈ, ਇਹ ਨਹੀਂ ਹੈ। ਘਾਟਾਂ ਕਿਤੇ ਨਾ ਕਿਤੇ ਹੁੰਦੀਆਂ ਨੇ, ਪਰ ਗੁਰਸਿੱਖ ਨੂੰ ਹੁਕਮ ਹੈ ਸਾਂਝ ਕਰੀਜੈ ਗੁਣ ਹੈ ਕੇਰੀ ਛੋੜ ਅਵਗੁਣ ਚੱਲੀ ਹੈ। ਗੁਣਾਂ ਦੀ ਸਾਂਝ ਕਰਨੀ ਚਾਹੀਦੀ, ਕਿਤੇ ਨਾ ਕਿਤੇ ਕੋਈ ਨਾ ਕੋਈ ਘਾਟ ਹਰ ਇੱਕ ਮਨੁੱਖ 'ਚ ਹੈ। ਗੁਰਮੁਖੋ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾ, ਹਰ ਇੱਕ ਜੀਵ ਭੁੱਲਣ ਹਾਰ ਹੈ, ਤੇ ਕਿਤੇ ਨਾ ਕਿਤੇ ਹਰ ਕੋਈ ਮਾੜੀ ਮੋਟੀ ਗਲਤੀ ਕਰਦਾ, ਤੇ ਜੇ ਨਹੀਂ ਭੁੱਲਦਾ ਇੱਕ ਅਕਾਲ ਪੁਰਖ ਵਾਹਿਗੁਰੂ ਹੈ ਜਿਹੜਾ ਨਹੀਂ ਭੁੱਲਦਾ, ਗੁਰੂ ਨਹੀਂ ਭੁੱਲਦਾ, ਨਹੀਂ ਤੇ ਹਰ ਇੱਕ ਜੀਵ ਭੁੱਲਣ ਹਾਰ ਹੈ, ਕਿਤੇ ਨਾ ਕਿਤੇ ਕੋਈ ਨਾ ਕੋਈ ਗਲਤੀ ਹੁੰਦੀ ਹੈ। ਪਰ ਮਹਾਰਾਜ ਕਹਿੰਦੇ ਨੇ ਗੁਣਾਂ ਦੀ ਸਾਂਝ ਕਰਨੀ ਚਾਹੀਦੀ, ਸੰਪਰਦਾਵਾਂ ਚਲਾ ਦਿੱਤੀਆਂ ਮਹਾਂਪੁਰਖਾਂ ਨੇ, ਕਿਤੇ ਨਾ ਕਿਤੇ ਸੰਪਰਦਾ ਵਿੱਚ ਕੋਈ ਕਮੀ ਵੀ ਹੋਏਗੀ, ਪਰ ਗੁਣ ਵੀ ਬੜੇ ਨੇ, ਸੇਧ ਵੀ ਬੜੀ ਮਿਲਦੀ ਹੈ, ਜੀਵਨ ਜਾਚ ਵੀ ਮਿਲਦੀ ਹੈ। ਤੇ ਸਿੱਖ ਤੇ ਉਹ ਹੈ ਜਿਹੜਾ ਗਲੀਆਂ ਦੇ ਕੱਖਾਂ ਤੋਂ ਵੀ ਸਿੱਖੇ ਸੇਧ ਲਈਏ। ਜੇ ਅਸੀਂ ਆਖੀਏ ਵੀ ਸਾਰੇ ਹੀ ਮਾੜੇ ਹੀ ਨੇ, ਆ ਸੰਪਰਦਾ ਠੀਕ ਨਹੀਂ, ਇਹਦੀ ਮਰਿਆਦਾ ਠੀਕ ਨਹੀਂ, ਏਦਾਂ ਨਹੀਂ, ਕੋਈ ਨਾ ਕੋਈ ਗੁਣ ਵੀ ਹੈ, ਚੰਗੀ ਗੱਲ ਵੀ ਹੈ, ਉਹਨੂੰ ਗ੍ਰਹਿਣ ਕਰਨਾ। ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਏਦਾਂ ਦੀ ਬਿਰਤੀ ਗੁਰਸਿੱਖ ਨੂੰ ਬਣਾਉਣੀ ਚਾਹੀਦੀ। ਕਬੀਰ ਸਾਹਿਬ ਕਹਿੰਦੇ ਆ ਸਾਡਾ ਮਿੱਤਰ ਹੈ ਉਹ ਜਿਹੜਾ ਇਹ ਕਹਿੰਦਾ ਕਿ ਮੈਂ ਬੁਰਾ ਮੇਰੇ ਤੋਂ ਸਾਰੇ ਚੰਗੇ ਨੇ, ਉਹ ਸਾਡਾ ਮਿੱਤਰ ਹੈ। ਫਰੀਦਾ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ, ਗੁਣ ਹੀ ਭਰਿਆ ਮੈਂ ਫਿਰਾਂ ਲੋਕ ਹੈ ਦਰਵੇਸ਼। ਤੂੰ ਤਾਂ ਸਾਰਿਆਂ ਤੋਂ ਮਾੜਾ ਮਨਾ ਮੇਰਿਆ, ਤੇਰੇ ਨਾਲ ਸਾਰੇ ਚੰਗੇ ਨੇ, ਸਾਰਿਆਂ ਤੋਂ ਮਾੜਾ ਤੇਰੇ ਨਾਲ ਸਾਰੇ ਚੰਗੇ ਨੇ। ਗੱਜ ਕੇ ਆਹ
ਸਭ ਕੋ ਹਮ ਤੁਰੇ ਮਾਨ ਕਾਜ ਭਲੋ ਸਭ ਕੋਏ ਮਿੱਤਰ ਹੈ ਉਹ ਸਾਡਾ ਜਿਹੜਾ ਇਸ ਸਿਧਾਂਤ ਨੂੰ ਬੁੱਝ ਲਵੇ, ਜਿਹੜਾ ਇਸ ਗੱਲ ਨੂੰ ਹਿਰਦੇ ਚ ਵਸਾ ਲਵੇ, ਆਪਣੇ ਆਪ ਨੂੰ ਨੀਵਾਂ ਆਖੇ ਮੇਰੇ ਨਾਲੋਂ ਚੰਗੇ ਨੇ ਸਾਰੇ, ਪਰ ਅਸੀਂ ਕਹਿੰਦੇ ਹਾਂ ਸਾਰੀ ਦੁਨੀਆ ਮਾੜੀ ਆ, ਸਿਰਫ਼ ਮੈਂ ਹੀ ਚੰਗਾ, ਸਿਰਫ਼ ਮੈਂ ਹੀ ਚੰਗਾ, ਬਾਕੀ ਸਾਰੇ ਹੀ ਮਾੜੇ ਆ। ਨਹੀਂ ਭਾਈ, ਨਿਮਰਤਾ ਗੁਰਸਿੱਖ ਦਾ ਕਹਿਣਾ ਹੈ, ਨਮਾਣੇ ਬਣ ਕੇ ਖੁਦ ਕਮਾਈ ਕਰਾਂਗੇ ਜਦੋਂ, ਫਿਰ ਸਤਿਗੁਰੂ ਕਿਰਪਾ ਕਰਕੇ ਭਾਗ ਲੈਂਦੇ ਨੇ, ਕਿਰਪਾ ਕਰਦੇ ਨੇ। ਨਹੀਂ ਤੇ ਸਾਰੀ ਜ਼ਿੰਦਗੀ ਏਦਾਂ ਹੀ ਲੰਘ ਜਾਂਦੀ ਹੈ, ਲੋਕਾਂ ਨੂੰ ਦੱਸਦੇ ਏਦਾਂ ਨਹੀਂ ਕਰਨਾ ਚਾਹੀਦਾ, ਏਦਾਂ ਨਹੀਂ ਕਰਨਾ ਚਾਹੀਦਾ, ਆਹ ਕਰਨਾ ਚਾਹੀਦਾ, ਪਰ ਜਦੋਂ ਆਪ ਕਮਾਵਾਂਗੇ ਫਿਰ ਕਿਰਪਾ ਹੋਏਗੀ, ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਤੇ ਮਿਹਰ ਕਰਨ। ਸੁਣਨ ਵਾਲਿਆਂ ਨੂੰ, ਸੁਣਾਉਣ ਵਾਲਿਆਂ ਨੂੰ ਸਾਨੂੰ ਕਮਾਉਣ ਦੀ ਵੀ ਦਾਤ ਬਖਸ਼ਿਸ਼ ਕਰਨ, ਅਸੀਂ ਖੁਦ ਵੀ ਕਮਾਈਏ। ਸਾਧ ਸੰਗਤ ਜਿਨ੍ਹਾਂ ਨੇ ਕਮਾਇਆ, ਖੁਦ ਕਮਾਇਆ, ਬੰਦਗੀ ਕੀਤੀ, ਉਹਨਾਂ ਨੇ 75-75 ਸਾਲ ਦੀ ਉਮਰ ਵਿੱਚ 18-18 ਸ਼ੇਰ ਦੇ ਖੰਡੇ ਚੁੱਕ ਕੇ ਖੜਕਾ ਦਿੱਤੇ। ਬਾਬਾ ਦੀਪ ਸਿੰਘ ਸਾਹਿਬ ਵਰਗੇ ਸੂਰਮੇ 75 ਸਾਲ ਦੀ ਉਮਰ ਵਿੱਚ ਬਾਬਾ ਦੀਪ ਸਿੰਘ ਨੇ ਖੰਡਾ ਚੁੱਕਿਆ। 1757 ਈਸਵੀ ਸੀ, ਗੁਰਮੁਖੋ ਨਵੰਬਰ ਦਾ ਮਹੀਨਾ ਸੀ। 1682 ਵਿੱਚ ਇਹਨਾਂ ਦਾ ਜਨਮ ਹੋਇਆ। 1682 ਵਿੱਚ ਭਾਈ ਭਗਤਾ, ਮਾਤਾ ਜਿਉਣੀ, ਇਹਨਾਂ ਦੀ ਮਾਤਾ ਦਾ ਨਾਂ ਸੀ। ਨਾਂ ਰੱਖਿਆ ਦੀਪਾ ਪਰਿਵਾਰ ਵਾਲਿਆਂ ਨੇ, ਪਿਆਰ ਨਾਲ ਕਹਿੰਦੇ ਸੀ ਦੀਪਾ। ਬੱਚੇ ਦੀ ਪਰਵਰਿਸ਼ ਹੋ ਰਹੀ ਹੈ, ਮਾਂ ਭਾਗਾਂ ਵਾਲੀ ਸੀ, ਬੰਦਗੀ ਵਾਲੀ, ਅੰਮ੍ਰਿਤਸਰ ਸਾਹਿਬ ਦੇ ਨੇੜੇ ਨਗਰ ਹੋਣ ਕਰਕੇ, ਪਾਹੂ ਵਿੰਡ ਨਗਰ ਹੋਣ ਕਰਕੇ ਅੰਮ੍ਰਿਤਸਰ ਦੇ ਲਾਗੇ ਸੀ, ਤੇ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆ ਜਾਂਦਾ ਸੀ ਪਰਿਵਾਰ। ਤੇ ਅੰਮ੍ਰਿਤਸਰ ਆਉਣਾ, ਟੇਕਣਾ, ਮੱਥਾ ਇਸ਼ਨਾਨ ਕਰਨਾ, ਤੇ ਮਾਂ ਨੇ ਅਰਦਾਸ ਕਰਨੀ, ਹੇ ਅਕਾਲ ਪੁਰਖ ਵਾਹਿਗੁਰੂ, ਮੇਰਾ ਬੱਚਾ ਤੇਰੇ ਚਰਨਾਂ ਨਾਲ ਜੁੜਿਆ ਰਹੇ, ਇਹਦੀ ਗੁਰਮੁਖਾਂ ਨਾਲ ਸੰਗਤ ਬਹਿਣੀ ਬਹਿਣੀ ਹੋਵੇ, ਇਹਨੂੰ ਪ੍ਰੇਮ ਰੂਪੀ ਪਟੋਲਾ, ਪ੍ਰੇਮ ਰੂਪੀ ਕੱਪੜਾ ਬਖਸ਼ੋ, ਕਿਰਪਾ ਕਰੋ, ਪ੍ਰੇਮ ਪਟੋਲਾ ਤੈਂ ਸਹਿ ਦਿੱਤਾ, ਢੱਕਣ ਕੂਪਤ ਮੇਰੀ, ਐਸੀ ਕਿਰਪਾ ਕਰੋ, ਇਹਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖਿਓ। ਮਾਂ ਨੇ ਅਰਦਾਸਾਂ ਕਰਦੇ ਰਹਿਣਾ। ਪਿਤਾ ਭਾਈ ਭਗਤਾ ਜੀ ਵੀ ਬੜੇ ਗੁਰਮੁਖ ਸਨ, ਸਤਿਗੁਰੂ ਜੀ ਦੇ ਚਰਨਾਂ ਵਿੱਚ ਜਾਂਦੇ ਰਹਿਣਾ ਅੰਮ੍ਰਿਤਸਰ ਦੀ ਧਰਤੀ ਤੇ। ਉਹਨਾਂ ਵੇਲਿਆਂ ਵਿੱਚ ਕਲਗੀਧਰ ਸੱਚੇ ਪਾਤਸ਼ਾਹ ਜੀ ਗੱਦੀ ਤੇ ਸੁਭਾਏ ਮਾਨ ਸਨ, ਦਸਵੇਂ ਗੁਰੂ ਨਾਨਕ ਹੁਣ ਅਨੰਦਪੁਰ ਸਾਹਿਬ ਦੀ ਧਰਤੀ ਤੇ ਰਹਿੰਦੇ ਸਨ। ਇੱਕ ਵਾਰੀ ਅੰਮ੍ਰਿਤਸਰ ਦੇ ਇਲਾਕੇ ਤੋਂ ਸੰਗਤ ਅਨੰਦਪੁਰ ਸਾਹਿਬ ਦੀ ਧਰਤੀ ਤੇ ਦਰਸ਼ਨ ਮੇਲੇ ਕਰਨ ਵਾਸਤੇ ਗਈ, ਇਹ ਪਰਿਵਾਰ ਵੀ ਗਿਆ ਨਾਲ। ਉੱਥੇ ਕੁਝ ਦਿਨ ਰਹਿ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਸੇਵਾ ਕੀਤੀ, ਬਹੁਤ ਆਨੰਦ ਆਇਆ। ਕੁਝ ਦਿਨਾਂ ਬਾਅਦ ਵਾਪਸ ਜਾਣ ਲੱਗੇ, ਭਾਈ ਦੀਪਾ ਆਖਣ ਲੱਗਾ ਮੈਂ ਨਹੀਂ ਜਾਣਾ, ਮੇਰਾ ਹੁਣ ਦਿਲ ਲੱਗ ਗਿਆ। ਇਹ ਤਕਰੀਬਨ 1690 ਦਾ ਸਮਾਂ ਸੀ, ਉਸ ਵੇਲੇ 8-10 ਸਾਲ ਦੀ ਉਮਰ ਸੀ ਸਿਰਫ, 90-92 ਦਾ ਸਮਾਂ। ਮੈਂ ਵਾਪਸ ਨਹੀਂ ਜਾਣਾ, ਮੈਂ ਇੱਥੇ ਹੀ ਰਹਿਣਾ। ਪਰਿਵਾਰ ਵਾਲਿਆਂ ਨੇ ਬੜਾ ਸਮਝਾਇਆ, ਬੱਚੇ ਘਰ ਰਹਿ ਕੇ ਵੀ ਬੰਦਗੀ ਕੀਤੀ ਜਾ ਸਕਦੀ ਹੈ, ਕਹਿੰਦਾ ਨਹੀਂ ਮੈਂ ਜਾਣਾ, ਇੱਥੇ ਹੀ ਰਹਿਣਾ। ਕਹਿੰਦੇ ਕੋਈ ਨਹੀਂ, ਤੇਰੀ ਮਰਜ਼ੀ ਹੈ, ਫਿਰ ਸਤਿਗੁਰੂ ਜੇ ਮੰਨ ਗਏ ਤੇ ਫਿਰ ਤੈਨੂੰ ਛੱਡ ਜਾਵਾਂਗੇ। ਫਿਰ ਕਲਗੀਧਰ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ, ਬੇਨਤੀ ਕੀਤੀ, ਮਹਾਰਾਜ
ਅਸੀਂ ਜਾਣਾ ਚਾਹੁੰਦੇ ਹਾਂ। ਇਹ ਬੱਚਾ ਕਹਿੰਦਾ ਮੈਂ ਇੱਥੇ ਹੀ ਰਹਿਣਾ। ਸਤਿਗੁਰਾਂ ਨੇ ਪਾਸ ਬੁਲਾਇਆ, ਕੋਲ ਬੁਲਾ ਕੇ ਆਖਿਆ ਕੀ ਇੱਛਾ ਤੇਰੀ? ਕਹਿੰਦਾ ਮਹਾਰਾਜ ਮੈਂ ਇੱਥੇ ਰਹਿ ਕੇ ਸੇਵਾ ਕਰਨੀ ਚਾਹੁੰਦਾ। ਮਹਾਂਪੁਰਖ ਆਖਣ ਲੱਗੇ ਠੀਕ ਹੈ, ਫਿਰ ਤੇਰੀ ਮਰਜ਼ੀ ਹੈ ਭਾਈ, ਜੇ ਇਹਦਾ ਜੀ ਕਰਦਾ ਇਹਨੂੰ ਛੱਡ ਜਾਓ, ਕਰ ਲੈਣ ਦਿਓ ਸੇਵਾ, ਇਹਦਾ ਮਨ ਹੈ ਇਹਨੂੰ ਸੇਵਾ ਕਰ ਲੈਣ ਦਿਓ। ਪਤਾ ਸੀ ਸੱਚੇ ਪਾਤਸ਼ਾਹ ਨੂੰ ਇਹ ਬੜਾ ਤਕੜਾ ਯੋਧਾ ਸੂਰਮਾ ਹੋਏ, ਉੱਥੇ ਦਿਲਾਂ ਦੀਆਂ ਜਾਣਨ ਵਾਲੇ ਸਨ। ਗੁਰਮੁਖੋ, ਸੰਤ ਗਿਆਨੀ ਗੁਰਬਚਨ ਸਿੰਘ ਜੀ ਇੱਕ ਦਫਾ ਗਏ ਮਹਾਂਪੁਰਖਾਂ ਦੇ ਪਿੰਡ ਰੋਡੇ, ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਦੇ ਪਿੰਡ 'ਚ। ਸੱਤ ਪੁੱਤ ਸਨ, ਪਿਤਾ ਨੇ ਸਾਹਮਣੇ ਖੜੇ ਕਰਤੇ, ਸੱਤ ਨੇ ਬਾਬਾ ਜੀ ਇੱਕ ਲੈ ਜਾਓ ਸੇਵਾ 'ਚ ਲੱਗ ਜਾਏਗਾ, ਸੱਤੇ ਲੈਣ 'ਚ ਖਿਲਾਰਤੇ। ਬਾਬਾ ਜਰਨੈਲ ਸਿੰਘ ਸਭ ਤੋਂ ਛੋਟੇ ਸੀ, ਬਾਂਹ ਤੋਂ ਫੜ ਕੇ ਕਹਿੰਦੇ ਆਹ ਦੇ ਦਿਓ ਸਾਨੂੰ। ਕਿਉਂ ਕਿਉਂ ਬਈ, ਇਹ ਇਹੀ ਕਿਉਂ ਮਹਾਂਪੁਰਸ਼ੋ ਚੁਣਿਆ ਤੁਸੀਂ? ਕਹਿੰਦੇ ਨਾਮੀ ਸੂਰਮਾ ਹੋਏਗਾ, ਇੱਕ ਦਿਨ ਸਾਰੇ ਪੰਥ ਦੀ ਵਾਗ ਡੋਰ ਇਹਦੇ ਹੱਥ 'ਚ ਹੋਏਗੀ। ਬਹੁਤ ਕਮਾਈ ਕਰਨੀ ਵਾਲੇ ਮਹਾਂਪੁਰਖ ਬਾਬਾ ਜਰਨੈਲ ਸਿੰਘ ਜੀ ਸਨ। ਗੁਰਮੁਖੋ, ਉਹਨਾਂ ਨੂੰ ਕਿਸੇ ਨੇ ਸੁੱਤਿਆ ਪਿਆ ਨਹੀਂ ਸੀ ਵੇਖਿਆ, ਸਾਰੀ ਸਾਰੀ ਰਾਤ ਬਹਿ ਕੇ ਭਜਨ ਕਰਦੇ ਸੀ। ਅੱਜ ਕੱਲ੍ਹ ਕਈ ਤੇ ਆਪੋ ਆਪਣੀਆਂ ਰਾਇਆਂ ਹਨ, ਆਪੋ ਆਪਣੀ ਸੋਚ ਹੈ। ਕਈ ਆਖਣਗੇ ਜੀ ਉਹ ਤੇ ਕਾਂਗਰਸੀ ਬਣ ਗਏ ਸੀ ਜੀ, ਉਹਨਾਂ ਨੇ ਤਾਂ ਕਰਕੇ ਇੱਦਾਂ ਹੋਇਆ। ਕਈ ਤਰ੍ਹਾਂ ਦੇ ਲੋਕ ਨੇ ਉਹ, ਜੇ ਇੱਦਾਂ ਹੀ ਹੋਇਆ ਹੁੰਦਾ ਮਿਲ ਜਾਂਦੇ ਸਰਕਾਰਾਂ ਨਾਲ, ਫਿਰ ਉਹ ਸ਼ਹੀਦ ਕਾਹਦੇ ਵਾਸਤੇ ਹੁੰਦੇ? ਉਹਨਾਂ ਨੇ ਆਪਾਂ ਕੁਰਬਾਨ ਕੀਤਾ, ਜੇ ਚੰਗਾ ਨਹੀਂ ਕਹਿਣ ਜੋਗੇ ਤੇ ਜ਼ਬਾਨ ਬੰਦ ਰੱਖਣੀ ਚਾਹੀਦੀ ਹੈ। ਕੋਈ ਵੀ ਉਹਨਾਂ ਦਿਓ ਆਪਣਾ ਬੋਲੋ ਹੀ ਨਾ ਕੁਛ ਵੀ, ਜੇ ਨਹੀਂ ਲੋਕਾਂ ਦੀਆਂ ਸੁਣ ਸੁਣਾ ਕੇ। ਕਈ ਲੋਕ ਨੇ ਸਾਰੇ ਪਿਆਰ ਕਰਨ ਵਾਲੇ ਨਹੀਂ ਹੁੰਦੇ, ਦੂਜੇ ਤਰ੍ਹਾਂ ਦੇ ਲੋਕ ਵੀ ਹੁੰਦੇ ਨੇ ਵਿੱਚ। ਜੇ ਨਹੀਂ ਚੰਗਾ ਕਹਿਣ ਜੋਗੇ, ਨਹੀਂ ਉਹਨਾਂ ਦੀ ਸ਼ਖਸੀਅਤ ਤੋਂ ਵਾਕਫ ਤੁਸੀਂ, ਤੇ ਘੱਟ ਤੋਂ ਘੱਟ ਮਾੜਾ ਲਫ਼ਜ਼ ਨਾ ਕਦੇ ਮੂੰਹ ਵਿੱਚੋਂ ਬੋਲਣਾ। ਸ਼ਹੀਦ ਦਾ ਸਤਿਕਾਰ ਕਰਨਾ, ਸਤਿਕਾਰ ਬੜਾ ਵੱਡਾ ਹੈ, ਪਰ ਨਿਰਾਦਰ ਕਰ ਦੇਣਾ ਭੋਲੇ ਭਾਏ ਬੜਾ ਵੱਡਾ ਨੁਕਸਾਨ ਹੋਏਗਾ। ਭੁੱਲ ਕੇ ਵੀ ਕਦੇ ਇੱਦਾਂ ਨਹੀਂ ਬੋਲਣਾ ਚਾਹੀਦਾ, ਜੇ ਚੰਗਾ ਨਹੀਂ ਕਹਿਣਾ ਮਾੜਾ ਵੀ ਨਹੀਂ ਕਹਿਣਾ ਚਾਹੀਦਾ ਕਦੇ। ਤੇ ਆਪਾਂ ਵੇਖਦੇ ਹਾਂ ਪਿਆਰ ਵਾਲੇ ਅੱਜ ਵੀ, ਉਹਨਾਂ ਨਾਲ ਪਿਆਰ ਕਰਨ ਵਾਲੇ ਜਿਹਨਾਂ ਦੇ ਦਿਲਾਂ ਦੀ ਧੜਕਣ ਨੇ, ਅੱਜ ਵੀ ਉਹ ਮਹਾਂਪੁਰਖ, ਅੱਜ ਵੀ ਉਹ ਗੁਰਮੁਖ ਪਿਆਰੇ ਚੜ੍ਹਦੀ ਕਲਾ ਵਾਲੇ ਬੜੇ ਨੇ, ਉਹਨਾਂ ਨੂੰ ਪਿਆਰ ਕਰਦੇ ਨੇ। ਉਹ ਚਲੇ ਗਏ, ਉਹਨਾਂ ਦੀ ਸੋਚ ਤੇ ਅੱਜ ਵੀ ਕੰਮ ਕਰਦੀ ਹੈ। ਉਹ ਚਲੇ ਗਏ, ਉਹਨਾਂ ਦੀ ਸੋਚ ਜਿਹੜੀ ਸੀ ਉਹ ਅੱਜ ਵੀ ਗੁਰਸਿੱਖਾਂ ਗੁਰਮੁਖਾਂ ਵਿੱਚ ਕੰਮ ਕਰਦੀ ਹੈ। ਉਹ ਇਸੇ ਕਰਕੇ ਸਦਾ ਦਿਲਾਂ ਵਿੱਚ ਜਿਉਂਦੇ ਰਹਿਣਗੇ। ਸਾਨੂੰ ਜਿਉਂਦਿਆਂ ਨੂੰ ਨਹੀਂ ਕੋਈ ਪੁੱਛਦਾ, ਸਾਡੀ ਸਾਡੀ ਬੱਚਿਆਂ ਬੱਚੇ ਹੀ ਨਹੀਂ ਸਾਡੇ ਸੁਣਦੇ, ਸਾਡਾ ਪਰਿਵਾਰ ਹੀ ਨਹੀਂ ਸਾਡੀ ਸੁਣਦਾ। ਤੇ ਗੁਰਮੁਖੋ, ਮਹਾਂਪੁਰਖ ਬਾਬਾ ਜਰਨੈਲ ਸਿੰਘ ਜੀ ਵਰਗੇ ਉਹ ਸ਼ਹੀਦ ਜਿਹੜਾ ਹੋ ਜਾਏ, ਗੁਰਮੁਖੋ ਕਹਿੰਦੇ ਨੇ ਸ਼ਹੀਦੋਂ ਕੀ ਚਿਤਾਓਂ ਸੇ ਕਿਆ ਹੋਗਾ ਬੇਹਤਰ ਕਾਬਾ, ਕਾਬਾ ਉਹਨੂੰ ਮਹਾਨ ਨਹੀਂ, ਸ਼ਹੀਦੋਂ ਕੀ ਚਿਤਾਓਂ ਸੇ ਕਿਆ ਹੋਗਾ ਬਿਹਤਰ ਕਾਬਾ, ਉਨਕੀ ਖਾਕ ਪੇ ਤੋ ਖੁਦਾ ਵੀ ਕੁਰਬਾਨ ਹੋਤਾ ਹੈ। ਸ਼ਹੀਦਾਂ ਤੋਂ ਤੇ ਗੁਰਮੁਖੋ ਰੱਬ ਵੀ ਕੁਰਬਾਨ ਜਾਂਦਾ ਹੈ, ਵਾਰੇ ਵਾਰੇ ਜਾਂਦਾ ਹੈ। ਸੋ ਸੱਤੇ ਪੁੱਤ ਖਿਲਾਰਤੇ ਸੀ, ਇੱਕ ਚੁਣਿਆ ਸੀ। ਫਿਰ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਨੂੰ ਪੁੱਛਿਆ, ਮਹਾਂਪੁਰਖੋ ਤੁਹਾਡੇ ਜਥੇ 'ਚ ਕੋਈ ਪੂਰਨ ਗੁਰਸਿੱਖ ਹੈ? ਗੁਰਸਿੱਖ ਦੀ ਡੈਫੀਨੇਸ਼ਨ, ਗੁਰਸਿੱਖ ਦੀ ਪਰਿਭਾਸ਼ਾ ਬੜੀ ਵੱਡੀ ਹੈ। ਤੁਹਾਡੇ ਜਥੇ 'ਚ ਕੋਈ ਗੁਰਸਿੱਖ, ਮਹਾਨ ਗੁਰਸਿੱਖ ਹੈ ਕੋਈ? ਪਰਾ ਬੈਠੇ ਸੁਖਮਨੀ ਸਾਹਿਬ ਦਾ ਪਾਠ ਪੈ ਕਰਦੇ ਸਨ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਨੇ ਹੱਥ ਕੀਤਾ, ਕਹਿੰਦੇ ਉਹ ਬੈਠਾ ਹੈ, ਜਾ ਪੁੱਛਣ ਵਾਲੇ ਆ, ਜਾ ਕੇ ਵੇਖ ਲੈ, ਉਹ ਪੂਰਨ ਗੁਰਸਿੱਖ ਹੈ, ਪੂਰਨ ਗੁਰਸਿੱਖ ਜਿਹਦੇ 'ਚ ਕੋਈ ਕਾਰ।
ਸ੍ਰੀ ਅਕਾਲ। ਜਿਹਦੇ ਵਿੱਚ ਕੋਈ ਘਾਟ ਨਹੀਂ, ਇਹ ਪੂਰਨ ਗੁਰਸਿੱਖ ਹੈ। ਸੋ ਇਸ ਕਰਕੇ ਇਹ ਜਿਹੜੇ ਮਹਾਂਪੁਰਖ ਹੋਏ ਨੇ ਨਾ, ਸਾਡੇ ਬਾਬਾ ਆਨੰਦ ਸਿੰਘ ਜੀ, ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ, ਇਸੇ ਤਰ੍ਹਾਂ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਮਹਾਂਪੁਰਖ, ਬਾਬਾ ਗੁਰਬਚਨ ਸਿੰਘ ਜੀ ਖਾਲਸਾ, ਬਾਬਾ ਕਰਤਾਰ ਸਿੰਘ ਜੀ ਖਾਲਸਾ ਜੀ, ਸੰਤ ਬਾਬਾ ਜਰਨੈਲ ਸਿੰਘ ਜੀ, ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ ਮਹਾਂਪੁਰਖ, ਇਹਨਾਂ ਦੀਆਂ ਕਰਨੀਆਂ ਕਮਾਈਆਂ ਭੁਲਾਈਆਂ ਨਹੀਂ ਜਾ ਸਕਦੀਆਂ। ਪਿੰਡਾਂ ਦੇ ਲੋਕਾਂ ਨੂੰ ਤੇ ਸਾਂਭਿਆ ਹੀ ਬਾਬਾ ਅਤਰ ਸਿੰਘ ਜੀ ਨੇ ਸੀ, ਇਹ ਮਾਲਵੇ ਦੇ ਵਿੱਚ ਪਿੰਡਾਂ 'ਚ ਤੇ ਪ੍ਰਚਾਰ ਹੀ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਨੇ ਕੀਤਾ ਹੈ। ਖਿਮਾ ਕਰਨਾ ਪਿਆਰਿਓ, ਕੋਈ ਉਹ ਸੀ ਰਾਗੀ ਜਿਹੜਾ ਲੁਧਿਆਣਾ ਪਾਰ ਕਰਕੇ ਪਿੰਡਾਂ 'ਚ ਵੀ ਆ ਕੇ ਵੜਦਾ ਸੀ, ਅੱਜ ਵੀ ਹਾਲ ਇਹੀ ਹੈ। ਖਿਮਾ ਕਰਿਓ, ਇਹ ਸੱਚਾਈ ਹੈ ਕਿ ਕਿਤੇ ਹੀ ਹੋਏਗਾ ਜਿੱਥੇ ਡਟ ਕੇ ਇਲਾਕੇ ਵਿੱਚ ਪ੍ਰਚਾਰ ਹੈ, ਅੱਜ ਵੀ ਜੇ ਕੋਈ ਪ੍ਰਚਾਰ ਕਰਨ ਵਾਲੇ ਨੇ ਤੇ ਉਹ ਵੀ ਕਿਤੇ ਕਿਤੇ ਟਾਵੇਂ ਟਾਵੇਂ ਮਹਾਂਪੁਰਸ਼ ਨਜ਼ਰ ਆਉਂਦੇ। ਰਾੜਾ ਸਾਹਿਬ ਅੱਜ ਵੀ ਹਰ ਸੰਗਰਾਂਦ ਤੇ ਅੰਮ੍ਰਿਤ ਦਾ ਬਾਟਾ ਤਿਆਰ ਹੁੰਦਾ, ਟਕਸਾਲ ਵਿੱਚ ਜਾ ਕੇ ਵੇਖੋ ਹਰ ਐਤਵਾਰ ਅੰਮ੍ਰਿਤ ਦਾ ਬਾਟਾ ਤਿਆਰ ਹੁੰਦਾ, ਬੁੱਧਵਾਰ ਅੰਮ੍ਰਿਤ ਦਾ ਬਾਟਾ ਤਿਆਰ ਹੁੰਦਾ, ਅੱਜ ਵੀ ਜੋੜਿਆ ਜਾ ਰਿਹਾ। ਕੀਰਤਨੀਏ ਸਮਕਾਲੀ ਉਦੋਂ ਦੇ ਅਜੇ ਵੀ ਜਿਉਂਦੇ ਆ, ਲੋਕ ਗੱਲਾਂ ਤੇ ਕਰਦੇ ਆ ਬਾਬਾ ਈਸ਼ਰ ਸਿੰਘ ਜੀ ਦੀ, ਉੱਥੇ ਜੀ ਜੋੜਿਆਂ ਨੂੰ ਲੋਕ ਪੂਜੀ ਜਾਂਦੇ ਆ, ਉੱਥੇ ਜੀ ਉਹਨਾਂ ਦਾ ਆਸਣ ਬੜਾ ਵਧੀਆ ਲੱਗਾ ਹੈ। ਗੁਰਮੁਖੋ, ਜਿਹੜਾ ਮਹਾਂਪੁਰਖ ਕੋਈ ਵੀ ਇੱਕ ਸ਼ਖਸੀਅਤ, ਕੋਈ ਵੀ ਇੱਕ ਕੀਰਤਨੀ ਹੈ, 50 ਸਾਲ ਕੀਰਤਨ ਕਰੇਗਾ, 50 ਸਾਲ ਕੀਰਤਨ ਕਰਕੇ ਲੱਖਾਂ ਨੂੰ ਗੁਰੂ ਘਰ ਨਾਲ ਜੋੜੇਗਾ, ਉਹਦਾ ਸਤਿਕਾਰ ਜ਼ਰੂਰ ਹੋਏਗਾ। ਜਿਹਨੇ ਕੀਰਤਨ ਕਰਕੇ ਆਪਣੇ ਬੱਚੇ ਹੀ ਪਾਲਣੇ ਨੇ ਉਹਨੂੰ ਕੋਈ ਨਹੀਂ ਪੁੱਛਦਾ, ਇਹ ਸੱਚ ਹੈ। ਉਹਨਾਂ ਦੇ ਵੇਲੇ 'ਚ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੇ ਵੇਲੇ ਹੋਰ ਵੀ ਕੀਰਤਨੀਏ ਸਨ, ਅੱਜ ਵੀ ਜਿਉਂਦੇ ਨੇ ਕਈ, ਪਰ ਉਹਨਾਂ ਨੂੰ ਨਹੀਂ ਕਿਸੇ ਨੇ ਪੁੱਛਿਆ। ਭਾਵੇਂ ਉਹ ਸਿੱਧਾ ਜਿਹਾ ਹੀ ਕੀਰਤਨ ਕਰਦੇ ਸੀ ਰਾੜਾ ਸਾਹਿਬ ਵਾਲੇ ਮਹਾਂਪੁਰਖ, ਸਿੱਧੀਆਂ ਹੀ ਧਾਰਨਾ, ਪਰ ਉਹਨਾਂ ਨੂੰ ਲੋਕ ਪਸੰਦ ਕਰਦੇ ਸੀ, ਪਿਆਰ ਕਰਦੇ ਸੀ, ਲੋਕਾਂ ਨੂੰ ਪਤਾ ਸੀ ਇਹਨਾਂ ਨੇ ਆਪਣੇ ਭਤੀਜੇ ਨਹੀਂ ਪਾਲੇ, ਇਹਨਾਂ ਨੇ ਆਪਣੇ ਪਰਿਵਾਰ ਵਾਸਤੇ ਨਹੀਂ ਕਰਦੇ, ਉਹ ਇਹ ਪੰਥ ਵਾਸਤੇ ਕਰਦੇ, ਤੇ ਸਤਿਕਾਰ ਹੋਣਾ ਸੁਭਾਵਿਕ ਗੱਲ ਹੈ। ਫਿਰ ਉਹ ਲੋਕ ਨੇ ਜਿਹੜੇ ਜਿਨ੍ਹਾਂ ਦੀ ਪੂਜਾ ਨਹੀਂ ਹੁੰਦੀ, ਜਿਨ੍ਹਾਂ ਦਾ ਸਤਿਕਾਰ ਨਹੀਂ ਹੁੰਦਾ, ਉਹ ਫਿਰ ਵਿਰੋਧਤਾ ਕਰਦੇ ਨੇ। ਉਹ ਕਹਿਣਗੇ ਜੀ ਹੋਰ ਨਾ ਕੋਈ ਗੱਲ ਲੱਭੇ ਤੇ ਕੱਚੀ ਬਾਣੀ ਪੜ੍ਹਦੇ ਆ ਜੀ, ਕੱਚੀ ਬਾਣੀ, ਜਿਨ੍ਹਾਂ ਨੂੰ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ ਗੁਰੂ ਤੇ ਪੱਕਾ ਹੈ, ਕਾਇਆ ਕਰੋ ਨਹੀਂ, ਸਿਮਰਨ ਕਰਿਆ ਕਰੋ ਭਾਈ, ਨਿਤਨੇਮ ਕਰਿਆ ਕਰੋ ਗੁਰਬਾਣੀ ਦਾ। ਜਿਹੜਾ ਅੱਜ ਬਾਟਾ ਤਿਆਰ ਹੋ ਰਿਹਾ ਹੈ ਉਹ ਧਾਰਨਾ ਪੜ੍ਹ ਕੇ ਨਹੀਂ ਬਾਟਾ ਤਿਆਰ ਹੋਣਾ, ਉਹ 5 ਬਾਣੀਆਂ ਪੜ੍ਹ ਕੇ ਤਿਆਰ ਹੋ ਰਿਹਾ। ਉਹਨਾਂ ਨੂੰ ਇਹੀ ਆਖਿਆ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੋ, ਪ੍ਰੇਰਣਾ ਸਾਰੇ ਜੋੜਦੇ ਇਦਾਂ ਹੀ ਨੇ, ਪਰ ਹਾਂ ਤਰੀਕੇ ਵੱਖੋ ਵੱਖਰੇ ਨੇ, ਤੇ ਕਾਰਨ ਇਹ ਹੈ ਵਿੱਚੋਂ ਜਿਹੜੇ ਲੋਕਾਂ ਦੀ ਦਾਲ ਨਹੀਂ ਗਲਦੀ, ਜਿਨ੍ਹਾਂ ਦਾ ਸਤਿਕਾਰ ਨਹੀਂ ਹੁੰਦਾ, ਉਹ ਨਾਲੇ ਚੋਪੜੀਆਂ ਨਾਲੇ ਦੋ ਦੋ, ਨਾਲੇ ਕਹਿੰਦਾ ਮੇਰਾ ਪਰਿਵਾਰ ਪਲੇ, ਨਾਲੇ ਕਹਿੰਦਾ ਮਾਇਆ ਅਕਾਊਂਟ ਭਰ ਜਾਣ, ਮੇਰਾ ਪਰਿਵਾਰ ਅਮਰੀਕਾ ਸੈਟਲ ਹੋ ਜਾਏ, ਕੈਨੇਡਾ ਚਲੇ ਜਾਏ, ਤੇ ਨਾਲੇ ਕਹਿੰਦਾ ਬਾਬਾ ਈਸ਼ਰ ਸਿੰਘ ਵਾਂਗੂ ਪੂਜਿਆ ਵੀ ਜਾਏ ਮੈਨੂੰ, ਇਹ ਨਹੀਂ ਹੋ ਸਕਣਾ। ਸੰਗਤ ਸਿਆਣੀ ਹੁੰਦੀ ਹੈ, ਸੰਗਤ ਨੂੰ ਪਤਾ ਹੈ ਆਹ ਵਾਜੇ ਅੱਗੇ ਲੱਗਾ ਢੇਰ ਆਪਣੇ ਬੱਚਿਆਂ ਕੋਲ ਲੈ ਜਾਏਗਾ ਘਰ ਵਾਲੀ, ਤੇ ਬੱਚੇ ਇਕੱਠੇ ਬਹਿ ਕੇ ਗਿਣਤੀ ਕਰਨਗੇ। ਸਭ ਜਾਣਦੇ ਹੁੰਦੇ ਨੇ ਲੋਕ ਵੀ ਇਹਦੇ ਬੱਚੇ ਵੀ ਭਾ ਲੈਣੇ ਨੇ, ਬੇਬੇ ਵੀ ਭਾ ਲੈਣੀ, ਬਾਪੂ ਵੀ ਭਾ ਲੈਣਾ, ਆ ਜਾਓ ਅੱਜ ਮੈਂ ਇੰਨੇ ਕੁ ਕਮਾ ਕੇ ਲਿਆਇਆ। ਬਾਬਾ ਈਸ਼ਰ ਸਿੰਘ ਲਿਜਾਂਦੇ ਸਨ ਮਾਇਆ, ਬਾਬਾ ਕਿਸ਼ਨ ਸਿੰਘ ਜੀ ਨੂੰ ਕਹਿੰਦੇ ਸੀ ਲਓ ਭਰਾਤਾ ਜੀ ਲਾ ਦਿਓ ਲੰਗਰ ਤੇ, ਲਾ ਦਿਓ ਸਰਾਂ ਤੇ, ਆ ਲਾ ਦਿਓ ਸਰੋਵਰ ਤੇ, ਉਹ ਸੇਵਾ ਵਿੱਚ ਲੱਗਿਆ ਜੋ ਲੱਗਿਆ। ਇਸ ਕਰਕੇ ਭਾਈ ਜਿਹੜਾ ਕੌਮ ਵਾਸਤੇ 50 ਸਾਲ ਕੀਰਤਨ ਕਰੇ, ਲੱਖਾਂ ਨੂੰ ਜੋੜੇ, ਉਹਨਾਂ ਦਾ ਇੰਨਾ ਕੁ ਸਤਿਕਾਰ ਤੇ ਜ਼ਰੂਰ ਹੋਏਗਾ, ਹੋਏਗਾ, ਇਹ ਕੁਦਰਤੀ ਗੱਲ ਹੈ। ਕੋਈ ਵੀ ਪ੍ਰਚਾਰਕ ਜਦੋਂ ਨਿਸ਼ਕਾਮ ਹੋ ਕੇ ਤੁਰੇਗਾ ਤੇ ਲੋਕ ਆਪੇ ਹੀ ਉਹਦੇ ਪਿੱਛੇ ਪਿੱਛੇ ਪਦਾਰਥ ਲੈ ਕੇ ਫਿਰਦੇ ਨੇ,
ਕਿ ਜੇ ਤੂੰ ਮਨੋ ਤੁਰਿਆ ਸੀ ਤੇਰੇ ਨਾਲ। ਕਹਿੰਦੇ ਨੇ ਲੋਕ ਪੈਰਾਂ ਥੱਲੇ ਹੱਥ ਦਿੰਦੇ ਨੇ, ਨਹੀਂ ਮਨੋ ਤੁਰੋ ਲੋਕ ਪੈਰਾਂ ਥੱਲੇ ਸਿਰ ਵੀ ਦਿੰਦੇ ਨੇ। ਹਮ ਜਹਾਂ ਸਰ ਰੱਖਤੇ ਹੈ ਵਹਾਂ ਕੋਈ ਪਾਉ ਵੀ ਨਹੀਂ ਰੱਖਤਾ, ਇਹ ਸਾਡੀ ਹਾਲਤ ਹੈ, ਇਹ ਅਸੀਂ ਹੈ। ਹਮ ਜਹਾਂ ਸਰ ਰੱਖਤੇ ਹੈ ਵਹਾਂ ਕੋਈ ਪਾਉ ਵੀ ਨਹੀਂ ਰੱਖਤਾ, ਆਪ ਜਹਾਂ ਪਾਉ ਰੱਖਤੇ ਹੈ ਵਹਾਂ ਜ਼ਮਾਨਾ ਝੁਕਤਾ ਹੈ। ਉੱਥੇ ਦੁਨੀਆ ਝੁਕਦੀ ਹੈ, ਪਰ ਕਾਰਨ ਕੀ ਸੀ? ਉਹਨਾਂ ਦੀ ਬੰਦਗੀ, ਉਹਨਾਂ ਦਾ ਜਪ ਤਪ, ਉਹਨਾਂ ਦੀ ਸੇਵਾ, ਉਹਨਾਂ ਦੀ ਕੌਮ ਪ੍ਰਤੀ ਜਿਹੜੀ ਬੜੀ ਨਿਗਰ ਸੇਵਾ ਸੀ, ਉਹਦੇ ਕਰਕੇ ਮਹਾਂਪੁਰਖਾਂ ਦਾ ਸਤਿਕਾਰ ਹੋਇਆ, ਹੋ ਰਿਹਾ। ਲੱਖ ਕੋਈ ਯਤਨ ਕਰਦਾ ਰਹੇ ਹੁੰਦਾ ਰਹੇਗਾ। ਤੇ ਮੈਂ ਇਸ ਗੱਲ ਨਾਲ ਵੀ ਸਹਿਮਤ ਹਾਂ, ਮੈਂ ਇਸ ਗੱਲ ਤੋਂ ਆਕੀ ਨਹੀਂ ਹਾਂ, ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਜੇ ਬਾਬਾ ਈਸ਼ਰ ਸਿੰਘ ਅਸਲੀ ਸਨ ਤੇ ਖਿਮਾ ਕਰਨਾ ਨਕਲੀ ਵੀ ਬੜੇ ਪੈਦਾ ਹੋਏ, ਮੈਂ ਮੰਨਣਾ ਇਸ ਗੱਲ। ਪਰ ਅਸੀਂ ਕੀ ਕਰਨੇ ਆ, ਅਸੀਂ ਸਾਰਿਆਂ ਨੂੰ ਇੱਕੋ ਲੜੀ ਚ ਪਰੋ ਦਿੰਦੇ, ਉਦੋਂ ਫਿਰ ਦੁੱਖ ਲੱਗਦਾ। ਜਦੋਂ ਮੈਂ ਵੇਖ ਲੈਂਦਾ ਵੀ ਇਹਨਾਂ ਨੇ ਗਧੇ ਘੋੜੇ ਚ ਫਰਕ ਹੀ ਨਹੀਂ ਸਮਝਿਆ, ਉਦੋਂ ਦੁੱਖ ਲੱਗਦਾ ਹੈ ਵੀ ਗਧਾ ਤੇ ਗਧਾ ਹੈ, ਘੋੜਾ ਘੋੜਾ ਹੀ ਹੁੰਦਾ, ਫਰਕ ਕਿਉਂ ਨਹੀਂ ਅਸੀਂ ਸਮਝਦੇ? ਬਾਬਾ ਆਨੰਦ ਸਿੰਘ ਜੀ ਉਹੀ ਸਨ, ਉਦੋਂ ਫਿਰ ਦੁੱਖ ਲੱਗਦਾ ਵੀ ਤੁਸੀਂ ਵੇਖਦੇ ਕਿਉਂ ਨਹੀਂ, ਪਰਖਦੇ ਕਿਉਂ ਨਹੀਂ? ਸੋਚ ਸਮਝ ਕੇ ਫੈਸਲਾ ਲੈਣਾ ਚਾਹੀਦਾ। ਮੈਂ ਕੱਲ ਵੀ ਇਹ ਕਰਜ਼ ਕਰਕੇ ਗਿਆ ਸੀ, ਪਿੱਛੇ ਲੱਗੋ, ਵੇਖੋ, ਪਰਖੋ, ਫੇਰ ਲੱਗੋ। ਤੇ ਜੇ ਨਿੰਦਿਆ ਕਰੋ, ਸੁਣ ਕੇ ਨਾ ਕਰੋ, ਵੇਖੋ, ਪਰਖੋ, ਸੋਚ ਸਮਝ ਕੇ ਵੇਖੋ ਜਰਾ। ਜਦੋਂ ਤੁਸੀਂ ਪੜ੍ਹਦੇ ਹੋ ਕਿ ਏਦਾਂ ਕੀਤਾ ਜੀ ਬਾਬਿਆਂ ਨੇ, ਉਹਨਾਂ ਨੇ ਉੱਥੇ ਏਡਾ ਵੱਡਾ ਡੇਰਾ ਬਣਾ ਲਿਆ, ਪਰ ਇਹ ਵੀ ਵੇਖੋ ਵੀ ਉੱਥੇ ਸੇਵਾ ਕਿੰਨੀ ਹੋਈ ਲੋਕਾਂ ਦੀ। ਰਾੜਾ ਸਾਹਿਬ ਕਿੰਨੇ ਗਰੀਬ ਗੁਰਬੇ ਨੇ ਜਿਹੜੇ ਲੰਗਰ ਪ੍ਰਸ਼ਾਦਾ ਛੱਕ ਕੇ ਜਾਂਦੇ ਨੇ। ਇਹ ਵੀ ਜਾ ਕੇ ਵੇਖ ਕੇ ਆਓ ਵੀ ਆਲੋਵਾਲ ਪਿੰਡ ਵਿੱਚ ਬਾਬੇ ਈਸ਼ਰ ਸਿੰਘ ਹੋਣਾ ਨੇ ਕਿੰਨੀ ਆਪਣੇ ਭਰਾਵਾਂ ਨੂੰ ਜਾਇਦਾਦ ਬਣਾ ਦਿੱਤੀ। ਇਹ ਵੇਖ ਕੇ ਆਓ ਜਾ ਕੇ ਕਿ ਬਾਬਾ ਆਨੰਦ ਸਿੰਘ ਜੀ ਦਾ ਪਰਿਵਾਰ ਅਮਰੀਕਾ ਕੈਨੇਡਾ ਪਹੁੰਚ ਗਿਆ। ਨਹੀਂ ਗੁਰਮੁਖੋ, ਉਹਨਾਂ ਮਹਾਂਪੁਰਖਾਂ ਨੇ ਕੌਮ ਵਾਸਤੇ ਸਾਰਾ ਕੁਝ ਕੀਤਾ, ਤੇ ਜਿਹੜਾ ਕੌਮ ਵਾਸਤੇ ਤੁਰੇਗਾ ਉਹਦਾ ਸਤਿਕਾਰ ਹੋਏਗਾ, ਜੋ ਮਰਜ਼ੀ ਕਰ ਲਓ ਹੋਏਗਾ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਉੱਥੇ ਪੂਜੇ ਜਾਣਗੇ ਜਿੰਨੀ ਨਾਮ ਧਿਆਇਆ, ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਇਹ ਐਸੀਆਂ ਸ਼ਖਸੀਅਤਾਂ ਸਨ, ਅੱਜ ਵੀ ਉਹ ਡਾਕਟਰ ਜਿਉਂਦੇ ਨੇ ਗੁਰਮੁਖੋ। ਬਾਬਾ ਕਰਤਾਰ ਸਿੰਘ ਜੀ ਦਾ ਐਕਸੀਡੈਂਟ ਹੋਇਆ ਭਿੰਡਰਾਂ ਵਾਲੇ ਮਹਾਂਪੁਰਖਾਂ ਦਾ, ਜਦੋਂ ਪੜ੍ਹਦੇ ਹੋ ਨਾ ਕਿ ਸੰਤ ਬਾਬੇ ਨੇ ਜਿਹੜੇ ਖੋਰਾ ਲਾਉਂਦੇ ਨੇ ਕੌਮ ਨੂੰ, ਜਦੋਂ ਪੜ੍ਹਦੇ ਹੋ ਵੀ ਇਹ ਖੋਰਾ ਲੱਗਿਆ ਹੋਇਆ ਹੈ, ਤੇ ਉਸ ਵੇਲੇ ਜ਼ਰੂਰ ਉਹਨਾਂ ਡਾਕਟਰਾਂ ਨੂੰ ਮਿਲ ਕੇ ਆਓ। ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਐਕਸੀਡੈਂਟ ਹੋਇਆ ਤੇ ਡਾਕਟਰ ਆਖਣ ਲੱਗੇ ਬਾਬਾ ਜੀ ਪੱਸਲੀਆਂ ਬਹਿ ਗਈਆਂ ਨੇ, ਆਪਰੇਸ਼ਨ ਕਰ ਦਈਏ ਤੇ ਠੀਕ ਹੋ ਸਕਦੇ। ਸੇਵਾਦਾਰਾਂ ਨੂੰ ਪੁੱਛਿਆ, ਉਹ ਕਹਿੰਦੇ ਜੀ ਬਾਬਾ ਜੀ ਨੂੰ ਪੁੱਛਣਾ ਪੈਣਾ ਹੈ। ਜਾ ਕੇ ਕਹਿੰਦੇ ਮਹਾਂਪੁਰਸ਼ੋ ਪੱਸਲੀਆਂ ਬਹਿ ਗਈਆਂ ਨੇ, ਆਪਰੇਸ਼ਨ ਕਰੇ ਡਾਕਟਰ ਕਹਿੰਦੇ ਨੇ ਕਰਾਂਗੇ ਤੇ ਠੀਕ ਹੋ ਜਾਓਗੇ। ਮਹਾਂਪੁਰਸ਼ ਕਹਿੰਦੇ ਰੋਮ ਤੇ ਨਹੀਂ ਕੱਟਣਗੇ ਛਾਤੀ ਤੋਂ? ਕਹਿੰਦੇ ਜੀ ਕੱਟਣੇ ਪੈਣਗੇ, ਰੋਮ ਤੇ ਕੱਟਣੇ ਪੈਣਗੇ। ਬਾਬਾ ਕਰਤਾਰ ਸਿੰਘ ਜੀ ਨੇ ਆਖਿਆ ਓਏ ਜਾਨ ਜਾਂਦੀ ਹੈ ਜਾਵੇ, ਮੈਂ ਪਤਤ ਹੋ ਕੇ ਨਹੀਂ ਜਾਣਾ ਚਾਹੁੰਦਾ, ਮੇਰਾ ਆਪਰੇਸ਼ਨ ਨਾ ਕਰਿਓ, ਮੈਨੂੰ ਲੋੜ ਨਹੀਂ। ਮੇਰਾ ਆਪਰੇਸ਼ਨ ਨਾ ਕਰਿਓ। ਮਹਾਂਪੁਰਖ ਆਖਣ ਲੱਗੇ ਅਸੀਂ ਕਿਵੇਂ ਇੱਕ ਬਰਾਬਰ ਕਰ ਦਿਆਂਗੇ ਸਾਰਿਆਂ ਨੇ? ਇਹੋ ਜਿਹੀਆਂ ਵੀ ਸ਼ਖਸੀਅਤਾਂ ਸਾਡੇ ਵਿੱਚ ਹੋਈਆਂ ਨੇ। ਅੱਜ ਵੀ ਪਿੰਡਰਾਂ ਵਾਲੇ ਬਾਬਾ ਜਰਨੈਲ ਸਿੰਘ ਦੇ ਪੁੱਤ ਜਿਉਂਦੇ ਨੇ, ਜਾ ਕੇ ਪੁੱਛੋ ਉਹਨਾਂ ਤੋਂ
ਕਿ ਜਦੋਂ ਤੁਸੀਂ ਜਾਂਦੇ ਸੋ ਕਦੇ ਤੁਹਾਨੂੰ ਵੀ 5000 ਫੜਾਤਾ ਮਹਾਂਪੁਰਖਾਂ ਨੇ, ਲਓ ਪੁੱਤਰੋ ਘਰ 'ਚ ਲੈ ਜਾਓ। ਨਹੀਂ, ਉਹਨਾਂ ਨੇ ਤਰਲੇ ਕਰਦੇ ਰਹਿ ਜਾਣਾ ਜਾ ਕੇ, ਕਦੇ ਇੱਕ ਪੈਸਾ ਵੀ ਗੁਰੂ ਘਰ ਦਾ ਨਹੀਂ ਸੀ ਦਿੰਦੇ। ਮੈਂ ਦਾਸ ਨੇ ਖੁਦ ਉਹਨਾਂ ਨਾਲ ਗੱਲ ਕੀਤੀ। ਉਹਨਾਂ ਦਾ ਇੱਕ ਬੇਟਾ ਸੀ, ਬਾਅਦ ਵਿੱਚ ਧੱਕੇ ਨਾਲ ਸੰਗਤ ਲੈ ਗਈ ਕੈਨੇਡਾ। ਉੱਥੇ ਉਹਨੂੰ ਸਿੰਘਾਂ ਨੇ ਇਕੱਠੇ ਹੋ ਕੇ ਆਖਿਆ ਟੋਰਾਂਟੋ, ਕਹਿਣ ਲੱਗੇ ਬਾਬਾ ਜਰਨੈਲ ਸਿੰਘ ਦਾ ਹੋਵੇ ਪੁੱਤ ਤੇ ਫੈਕਟਰੀ 'ਚ ਨੌਕਰੀ ਕਰੇ, ਫੈਕਟਰੀ ਵਿੱਚ ਨੌਕਰੀ ਕਰੇ, ਤੂੰ ਚੰਗਾ ਨਹੀਂ ਲੱਗਦਾ, ਅਸੀਂ ਚਾਹੁੰਦੇ ਹਾਂ ਇਕੱਠੇ ਹੋ ਕੇ ਤੈਨੂੰ ਤੇਰਾ ਹੀ ਕੋਈ ਕੰਮ ਸ਼ੁਰੂ ਕਰ ਦਈਏ, ਅਸੀਂ ਸਾਰੇ ਜਣੇ ਹਜ਼ਾਰ ਹਜ਼ਾਰ ਡਾਲਰ ਪਾ ਦਿਆਂਗੇ, ਤੂੰ 5-4 ਲੱਖ ਦਾ ਤੈਨੂੰ ਆਪਣਾ ਕੰਮ ਚਲਾ ਦਿੰਦੇ ਹਾਂ, ਆਪਣਾ ਕੰਮ ਕਰਿਆ ਕਰ, ਮਾਲਕ ਬਣ ਕੇ ਕੁਰਸੀ ਤੇ ਬਹਿ, ਤੈਨੂੰ ਮਜ਼ਦੂਰਾਂ ਵਾਂਗੂ ਨੌਕਰੀ ਨਾ ਕਰਨੀ ਪਵੇ। ਤੇ ਉਹ ਆਖਣ ਲੱਗਾ, ਨਾ ਭਰਾਵੋ, ਸਾਡੇ ਪਿਓ ਨੇ ਸਾਨੂੰ ਇਹ ਨਹੀਂ ਸਿਖਾਇਆ, ਮੈਂ ਸੰਗਤ ਦਾ ਇੱਕ ਪੈਸਾ ਨਹੀਂ ਲੈ ਸਕਦਾ। ਜਾ ਕੇ ਵੇਖ ਸਕਦੇ ਹੋ, ਜਾ ਕੇ ਪੁੱਛ ਸਕਦੇ ਹੋ। ਉਹਨੇ ਇਹ ਗੱਲ ਦਾ ਜਵਾਬ ਦਿੱਤਾ, ਕਹਿਣ ਲੱਗਾ ਮੈਂ ਨਹੀਂ ਜੀ ਇਹ ਕਰ ਸਕਦਾ। ਇੰਦਰਜੀਤ ਸਿੰਘ ਕਹਿੰਦਾ, ਮੈਂ ਨਹੀਂ, ਮੈਂ ਸੰਗਤ ਦਾ ਇੱਕ ਪੈਸਾ ਨਹੀਂ ਲੈਣਾ, ਇਹ ਸੰਗਤ ਦੀ ਮਾਇਆ ਹੈ, ਇਹ ਸਾਡੇ ਘਰ ਵਿੱਚ ਨਹੀਂ ਵਰਤੀ ਜਾਏਗੀ, ਮੈਂ ਮਜ਼ਦੂਰੀ ਕਰ ਲਾਂਗਾ, ਮੈਂ ਫੈਕਟਰੀ 'ਚ ਕੰਮ ਕਰ ਲਾਂਗਾ ਪੁੱਤ, ਭਾਵੇਂ ਬਾਬਾ ਜਰਨੈਲ ਸਿੰਘ ਦੇ ਹੀ ਨਹੀਂ, ਸਾਡਾ ਪਿਓ ਸਾਨੂੰ ਇਹ ਨਹੀਂ ਸਿਖਾ ਕੇ ਗਿਆ। ਸੋ ਗੁਰਮੁਖੋ, ਸਾਨੂੰ ਵੇਖਣਾ ਜ਼ਰੂਰ ਚਾਹੀਦਾ। ਲਓ ਗੁਰਮੁਖੋ, ਮੈਂ ਬੇਨਤੀ ਜੋ ਕਰਦਾ ਸਾਂ ਉਹ ਇਹ ਸੀ ਕਿ ਬਾਬਾ ਗੁਰਬਚਨ ਸਿੰਘ ਜੀ ਵਰਗੇ ਮਹਾਂਪੁਰਖਾਂ ਨੇ ਪਛਾਣ ਲਿਆ, ਤੇ ਕਲਗੀਧਰ ਆਪ ਸਨ ਉਸੇ ਟਕਸਾਲ ਦੇ ਮੁਖੀ ਬਾਬਾ ਦੀਪ ਸਿੰਘ ਨੇ, ਦਮਦਮੀ ਟਕਸਾਲ ਦੇ ਮੁਖੀ ਨੇ ਬਾਬਾ ਦੀਪ ਸਿੰਘ। ਹੁਣ ਅੱਜ ਕੱਲ ਜੇ ਮੈਂ ਅੱਜ ਕੱਲ ਵਾਲਿਆਂ ਦੇ ਹੱਕ ਵਿੱਚ ਬੋਲਣ ਲੱਗ ਜਾਂਗਾ, ਮੈਂ ਆਖਾਂ ਵੀ ਮੈਂ ਅੱਜ ਕੱਲ ਵਾਲਿਆਂ ਤੇ ਭਰੋਸਾ ਕਰਨਾ ਨਹੀਂ ਕਰਦਾ, ਮੈਂ ਬਾਬਾ ਜਰਨੈਲ ਸਿੰਘ ਜੀ ਦੀ ਗੱਲ ਕਰਾਂਗਾ ਡਟ ਕੇ, ਮੈਂ ਬਾਬਾ ਗੁਰਬਚਨ ਸਿੰਘ ਜੀ ਬਾਰੇ ਬੇਨਤੀ ਜ਼ਰੂਰ ਕਰਾਂਗਾ ਤੁਹਾਡੇ ਚਰਨਾਂ 'ਚ। ਜੇ ਤੁਸੀਂ ਕਹੋਗੇ ਵੀ ਅੱਜ ਕੱਲ੍ਹ ਵਾਲਿਆਂ ਬਾਰੇ ਗੱਲ ਕਰੋ, ਨਹੀਂ, ਅੱਜ ਤੇ ਇਹਨਾਂ ਨੇ ਟਕਸਾਲ ਦੀਆਂ ਪੱਗਾਂ ਦੀਆਂ ਲੀਰਾਂ ਕਰ ਦਿੱਤੀਆਂ ਨੇ ਪਾੜ ਕੇ। ਉਹ ਕੋਈ ਆਪਣੇ ਸਿਰ ਤੇ ਲੀਰ ਬੰਨੀ ਫਿਰਦਾ, ਦੂਜਾ ਆਪਣੇ ਸਿਰ ਤੇ, ਉਹ ਕਹਿੰਦਾ ਮੈਂ ਮੁਖੀ ਹਾਂ, ਦੂਜਾ ਕਹਿੰਦਾ ਮੈਂ ਮੁਖੀ ਹਾਂ। ਅੱਜ ਕੱਲ੍ਹ ਵਾਲਿਆਂ ਦੀ ਗੱਲ ਨਹੀਂ ਕਰਾਂਗਾ, ਪਰ ਗੱਲ ਉਹਨਾਂ ਦੀ ਹੈ ਜਿਨ੍ਹਾਂ ਦੀ ਕਮਾਈ ਸੀ। ਇਹ ਸ਼ੁਰੂਆਤ ਹੈ ਨਾ ਜਿਹੜੀ, ਇਹ ਟਕਸਾਲ ਦੀ ਮੁਖੀ ਜਿਹੜੇ ਸਨ, ਸ਼ੁਰੂਆਤ ਹੋਈ ਹੈ ਜਿਹੜੀ, ਇਹ ਬਾਬਾ ਦੀਪ ਸਿੰਘ ਤੋਂ ਹੋਈ, ਟਕਸਾਲ ਵਾਲਿਆਂ ਤੋਂ। ਬਾਬਾ ਦੀਪ ਸਿੰਘ ਸਾਹਿਬ, ਉਹਨਾਂ ਮਾਂ ਕਲਗੀਧਰ ਜੀ ਨੇ ਵੇਖਿਆ ਤੇ ਕਹਿਣ ਲੱਗੇ, ਇਹਦਾ ਮਨ ਹੈ ਤੇ ਛੱਡ ਜਾਓ ਆਪਣੇ ਬੱਚੇ ਨੂੰ। ਮਾਂ ਨੇ ਆਖਿਆ ਧੰਨ ਭਾਗ, ਕਲਗੀਧਰ ਨੇ ਹਾਂ ਕਰ ਦਿੱਤੀ, ਮੇਰੇ ਪੁੱਤਰ ਨੂੰ ਰੱਖਣਗੇ, ਧੰਨ ਭਾਗ, ਮੇਰਾ ਪੁੱਤਰ ਮਹਾਰਾਜ ਦੇ ਚਰਨਾਂ 'ਚ ਰਹੇਗਾ। ਸੇਵਾ ਕਰਦਿਆਂ ਕਰਦਿਆਂ ਥੋੜਾ ਸਮਾਂ ਲੰਘਿਆ ਤੇ ਮਹਾਰਾਜ ਕਹਿੰਦੇ ਨੇ, ਸ਼ਸਤਰ ਵਿਦਿਆ ਸਿਖਾਓ ਦੀਪ ਸਿੰਘ ਨੂੰ। ਸ਼ਸਤਰ ਵਿਦਿਆ ਭਾਈ ਦੀਪੇ ਨੂੰ ਸਿਖਾਈ ਗਈ, ਭਾਈ ਦੀਪੇ ਨੂੰ ਘੋੜ ਸਵਾਰੀ ਸਿਖਾਈ ਗਈ। ਭਾਈ ਦੀਪੇ ਨੇ ਬੜੇ ਗ੍ਰੰਥ ਪੜ੍ਹੇ। 1699 ਦੀ ਵਿਸਾਖੀ ਨੂੰ ਜਦੋਂ ਖਾਲਸੇ ਦੀ ਸਿਰਜਣਾ ਕੀਤੀ ਤੇ ਬਾਬਾ ਦੀਪ ਸਿੰਘ ਨੇ ਕਲਗੀਧਰ ਜੀ ਦੇ ਹੱਥੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ, ਕਲਗੀਧਰ ਦੇ ਹੱਥੋਂ ਅੰਮ੍ਰਿਤ ਛਕਿਆ, ਹੱਥ ਜੋੜ ਕੇ ਬੇਨਤੀ ਕਰਕੇ ਅੰਮ੍ਰਿਤ ਦੀ ਦਾਤ ਲਈ ਤੇ ਦੀਪਾ ਬਣ ਗਿਆ ਬਾਬਾ ਦੀਪ ਸਿੰਘ। ਕਲਗੀਧਰ ਜੀ ਦੀ ਕਿਰਪਾ ਹੋ ਗਈ। ਫਿਰ ਗੁਰਮੁਖੋ, ਕਾਫੀ ਸਮਾਂ ਗੁਰੂ ਸਾਹਿਬ ਦੇ ਚਰਨਾਂ 'ਚ ਰਹਿ ਕੇ ਸੇਵਾ ਕੀਤੀ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੈ ਚਿਤ ਲਾਏ, ਮਨ ਚਿੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ। ਪੰਜ ਪਿਆਰੇ ਸਟੇਜ ਤੇ ਆਉਣਗੇ, ਉੱਠਣਾ ਨਹੀਂ ਕਿਸੇ ਨੇ, ਆਪਣੀ ਆਪਣੀ ਜਗ੍ਹਾ ਤੇ ਸਜੇ ਰਹਿਣਾ। ਭਾਈ ਉੱਠਿਓ ਨਾ, ਪਿਆਰ ਨਾਲ ਬੈਠੇ ਰਹੋ। ਇਸੇ ਤਰ੍ਹਾਂ
ਆਉਣ ਵਾਲੇ ਪੰਜ ਪਿਆਰਿਆਂ ਦਾ ਅੰਮ੍ਰਿਤ ਛੱਕ ਕੇ ਆਉਣ ਵਾਲੀਆਂ ਸੰਗਤਾਂ ਦਾ ਸਤਿਕਾਰ ਕਰਨਾ ਹੈ, ਜੀ ਆਇਆਂ ਨੂੰ ਆਖਣਾ ਹੈ ਆਓ ਖਾਲਸਾ ਜੀ ਤੁਹਾਨੂੰ ਜੀ ਆਇਆਂ ਨੂੰ, ਖਾਲਸਾ ਜੀ ਤੁਹਾਨੂੰ ਜੀ ਆਇਆਂ ਨੂੰ, ਆਓ ਖਾਲਸਾ ਜੀ ਤੁਹਾਨੂੰ ਜੀ ਆਇਆਂ ਨੂੰ, ਆਓ ਖਾਲਸਾ ਤੁਹਾਨੂੰ ਜੀ ਆਇਆਂ ਨੂੰ, ਆਓ ਖਾਲਸਾ ਜੀ ਤੁਹਾਨੂੰ ਜੀ ਆਇਆਂ ਨੂੰ, ਆਓ ਖਾਲਸਾ ਗੱਜ ਕੇ ਕਿਸੇ ਨੇ ਭੈਣਾਂ ਨੂੰ ਵੀ ਬੇਨਤੀ ਹੈ, ਵੀਰਾਂ ਨੂੰ ਵੀ, ਸਾਰੇ ਸਜੇ ਰਹੋ, ਜਾਗਰਤੀ ਦੀ ਲੋੜ ਹੈ ਅਜੋਕੇ ਸਮੇਂ ਅੰਦਰ। ਸਾਡੀ ਕੌਮ ਵਹਿਮਾਂ ਭਰਮਾਂ ਦੇ ਦਲਦਲ ਵਿੱਚ ਧੱਸਦੀ ਜਾ ਰਹੀ, ਸਾਰਿਆਂ ਨੂੰ ਲੋੜ ਹੈ ਹੰਬੜੇ ਮਾਰੀਏ ਗੁਰਮੁਖੋ। ਬੋਲੇ ਸੋ ਕਾਰਿਆਂ ਵਿੱਚ ਬਾਹਾਂ ਖੜੀਆਂ ਕਰਿਓ, ਪਿੱਛੇ ਤੱਕ ਬੈਠੇ ਹੋ ਸਾਰੇ ਬਈ। ਬੋਲੇ ਸੋ ਨਿਹਾਲ ਸ੍ਰੀ ਅਕਾਲ, ਬੋਲੇ ਸੋ ਨਿਹਾਲ ਸ੍ਰੀ ਅਕਾਲ, ਬੋਲੇ ਸੋ ਨਿਹਾਲ ਸ੍ਰੀ ਅਕਾਲ, ਬੋਲੇ ਸੋ ਨਿਹਾਲ ਸ੍ਰੀ ਅਕਾਲ।
ਦੇਖੋ ਸੱਚੇ ਪਾਤਸ਼ਾਹ ਮੇਰਾ ਕਰਨ ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ, ਚੜ੍ਹਦੀ ਕਲਾ ਵਾਲਾ ਆਪਣਾ ਜੀਵਨ ਬਣਾਓ, ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨਾਲ ਜੁੜੇ ਰਹਿਣਾ, ਜਿਹੜੇ ਰਹਿ ਗਏ ਆ ਤਿਆਰੀਆਂ ਕਰੋ, ਹਿੰਮਤ ਕਰਨੀ ਚਾਹੀਦੀ ਹੈ, ਸਾਡਾ ਸਭ ਦਾ ਅੱਜ ਫਰਜ਼ ਆ, ਅਸੀਂ ਆਪਣੀ ਕੌਮ ਬਾਰੇ ਵੀ ਸੋਚੀਏ, ਆਪਣੇ ਪਰਿਵਾਰ ਬਾਰੇ, ਇਹ ਸਾਡਾ ਅਸਲੀ ਪਰਿਵਾਰ ਹੈ ਜਿਹਦੇ ਵਾਧੇ ਵਾਸਤੇ ਸਾਨੂੰ ਫਿਕਰ ਕਰਨਾ ਪੈਣਾ ਹੈ, ਸਾਨੂੰ ਸੋਚਣਾ ਪੈਣਾ ਹੈ, ਯਤਨ ਕਰਾਂਗੇ ਤੇ ਜ਼ਰੂਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਿਹਰ ਕਰਨਗੇ। ਕਹਿੰਦੇ ਨੇ ਇੱਕ ਜੰਗਲ ਨੂੰ ਲੱਗ ਗਈ ਅੱਗ ਤੇ ਇੱਕ ਚਿੜੀ ਉਹ ਅੱਗ ਬੁਝਾਉਣ ਦਾ ਯਤਨ ਕਰਦੀ ਹੈ, ਚੁੰਝ ਪਾਣੀ ਦੀ ਭਰਦੀ ਹੈ ਅੱਗ ਤੇ ਪਾ ਦਿੰਦੀ, ਚੁੰਝ ਪਾਣੀ ਦੀ ਭਰਦੀ ਅੱਗ ਤੇ ਪਾ ਦਿੰਦੀ। ਉਹਨੂੰ ਕਿਸੇ ਨੇ ਆਖਿਆ ਕਿ ਅੱਗ ਬੁੱਝ ਸਕਦੀ ਹੈ, ਤੇਰੀ ਨਿੱਕੀ ਜੀ ਚੁੰਝ ਹੈ, ਇਹਦੇ ਚ ਕਿੰਨਾ ਕੁ ਪਾਣੀ ਪਏਗਾ, ਇਹਦੇ ਨਾਲ ਅੱਗ ਬੁੱਝ ਜਾਏਗੀ ਸਾਰੀ? ਨਹੀਂ ਬੁੱਝਣੀ। ਆਖਣ ਲੱਗੀ ਪਤਾ ਹੈ ਮੈਨੂੰ ਵੀ ਨਹੀਂ ਬੁੱਝਣੀ, ਮੈਨੂੰ ਵੀ ਪਤਾ ਹੈ ਵੀ ਅੱਗ ਨਹੀਂ ਬੁੱਝਣੀ, ਪਰ ਇੱਕ ਦਿਨ ਉਹਦੀ ਕਚਹਿਰੀ ਚ ਪੇਸ਼ ਹੋਵਾਂਗੇ ਸਾਰੇ, ਇੱਕ ਪਾਸੇ ਲਾਉਣ ਵਾਲੇ ਹੋਣਗੇ, ਇੱਕ ਪਾਸੇ ਬੁਝਾਉਣ ਵਾਲੇ ਹੋਣਗੇ, ਨਾ ਵੀ ਬੁਝੇ ਪਰ ਬੁਝਾਉਣ ਵਾਲਿਆਂ ਦੀ ਲਿਸਟ ਵਿੱਚ ਤੇ ਆ ਜਾਵਾਂਗੀ ਨਾ, ਬੁਝਾਉਣ ਵਾਲਿਆਂ ਦੀ ਲਿਸਟ ਤੇ ਆ ਜਾਵਾਂਗੀ, ਭਾਵੇਂ ਥੋੜਾ ਹੀ ਪਾਣੀ ਲੈ ਕੇ ਜਾਣੀ ਹੈ, ਪਰ ਲਾਉਣ ਵਾਲਿਆਂ 'ਚ ਤੇ ਨਾ ਨਾ ਰਲੇ। ਕਿਵਾ ਕਰਨਾ ਪਿਆਰਿਓ, ਇੱਥੇ ਬੜੇ ਨੇ ਜਿਹੜੇ ਲਾਉਣ ਵਾਲਿਆਂ ਵਿੱਚ ਨੇ, ਜਿਹੜੇ ਕਹਿੰਦੇ ਨੇ ਪੀ ਲੈ ਤੇਰਾ ਕੀ ਵਿਗੜ ਚੱਲਿਆ, ਆ ਜਾ ਫਲਾਣੇ ਥਾਂ ਤੇ ਚੱਲੀਏ, ਛੱਡ ਖਹਿੜਾ ਅੰਮ੍ਰਿਤ ਦਾ ਕੀ ਲੈਣਾ ਤੂੰ, ਉਹ ਲਾਉਣ ਵਾਲਿਆਂ 'ਚ ਖੜਨਗੇ ਜਿਨ੍ਹਾਂ ਨੇ ਇੱਕ ਨੂੰ ਵੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ, ਉਹ ਬੁਝਾਉਣ ਵਾਲਿਆਂ 'ਚ ਖੜਨਗੇ, ਉਹ ਜੋੜਨ ਵਾਲਿਆਂ 'ਚ ਖੜਨਗੇ, ਇੱਕ ਨੂੰ ਵੀ ਜੋੜਿਆ ਭਾਵੇਂ ਇੱਕ ਦਿਨ ਤੇ ਉਹਦੀ ਕਚਹਿਰੀ 'ਚ ਪੇਸ਼ ਹੋਣਾ ਹੈ ਅਸੀਂ ਸਭ ਨੇ, ਘੱਟ ਤੋਂ ਘੱਟ ਇੱਕ ਦੋ ਚਾਰ ਦਸ ਨੂੰ ਜੋੜੀਏ ਤਾਂ ਜੋ ਜੋੜਨ ਵਾਲਿਆਂ ਵਿੱਚ ਨਾਂ ਤੇ ਆਏ, ਤੋੜਨ ਵਾਲਿਆਂ ਵਿੱਚ ਬੜੇ ਆ, ਅੱਜ ਦੇ ਸਮੇਂ ਵਿੱਚ ਬੜੇ ਨੇ, ਤੁਰੇ ਜਾਂਦੇ ਨੂੰ ਬਾਹਰ ਤੋਂ ਫੜ ਕੇ ਥਾਂ ਵਾਲੇ ਘੱਟ, ਤੁਰੇ ਜਾਂਦੇ ਨੂੰ ਧੱਕਾ ਦੇਣ ਵਾਲੇ ਬਹੁਤੇ ਆ, ਪਰ ਗੁਰਮੁਖੋ ਜੋੜਨ ਵਾਲਿਆਂ ਵਿੱਚ ਆਪਣਾ ਨਾਂ ਦਰਜ ਕਰਾਈਏ, ਜੇ ਨਹੀਂ ਜੋੜ ਸਕਦੇ ਘੱਟ ਤੋਂ ਘੱਟ ਆਪ ਜੁੜੀਏ, ਕਦੇ ਕਿਸੇ ਨੂੰ ਇਹ ਮਤ ਨਾ ਦੇ ਕਿ ਸੋਹਣਾ ਲੱਗਦਾ ਦਾੜੀ ਕਟਾ ਕੇ, ਸੋਹਣਾ ਲੱਗਦਾ ਪੱਟੇ ਬਣਾ ਕੇ, ਕਦੇ ਕਿਸੇ ਦੋਸਤ ਨੂੰ ਇਹ ਰਹਿ ਨਾ ਦੇ ਜੇ ਤੂੰ ਖੁਦ ਨਹੀਂ ਰੱਖ ਸਕਦਾ, ਪੱਗ ਵਾਲੇ ਨੂੰ ਕਦੇ ਮਜ਼ਾਕ ਨਾ ਉਡਾ ਉਹਦਾ ਵੀ ਤੂੰ ਸੋਹਣਾ ਲੱਗੇਗਾ, ਇਦਾਂ ਦੇ ਕੱਪੜੇ ਪਾ ਲੈ, ਇਦਾਂ ਦਾ ਪਹਿਰਾਵਾ ਬਣਾ ਲੈ, ਖੁਦ ਨਹੀਂ ਜੁੜਿਆ ਕਿਸੇ ਜੁੜੇ ਨੂੰ ਨਾ ਤੋੜ। ਤੇ ਧੰਨ ਭਾਗ ਮੈਂ ਬੇਨਤੀ ਕਰਦਾ ਹੁੰਦਾ, ਬਾਣੀ ਕਹਿੰਦੀ ਹੈ ਜਾ ਕੋ ਹਰ ਰੰਗ ਲਾਗੋ ਇਸ ਯੁਗ ਮਹਿ ਸੋ ਕਹੀਅਤ ਹੈ ਸੂਰਾ, ਆਤਮ ਜਿਹਨੇ ਸਗਲ ਵਸਤਾ ਕੇ ਜਾ ਕਾ ਸਤਿਗੁਰ ਪੂਰਾ, ਜਿਹਨੂੰ ਕਲਯੁਗ ਦੇ ਵਿੱਚ ਨਾਮ ਦਾ ਰੰਗ ਚੜਿਆ ਉਹ ਸੂਰਮੈ, ਕਲਯੁਗ ਵਿੱਚ ਜਿਹੜਾ ਸਵੇਰੇ ਉੱਠ ਕੇ ਨਾਮ ਜਪਦਾ ਉਹ ਸੂਰਮੈ। ਪਰ ਮੈਂ ਤੇ ਇੱਥੋਂ ਤੱਕ ਵੀ ਅਰਜ਼ ਕਰਦਾ ਕਿ ਜਿਹੜੇ ਬੱਚੇ ਸਾਡੇ ਨੌਜਵਾਨ ਅੱਜ ਪੱਗਾਂ ਬੰਨ ਕੇ ਕਾਲਜਾਂ 'ਚ ਜਾਂਦੇ ਨੇ ਉਹ ਸੂਰਮੇ ਨੇ, ਪੜ੍ਹਦੇ ਨੇ ਦਸਵੀਂ ਕਲਾਸ 'ਚ ਪੜ੍ਹਦੇ ਨੇ, ਅੱਠਵੀਂ 'ਚ ਪੜ੍ਹਦੇ ਨੇ, ਪਰ ਜਾਂਦੇ ਨੇ ਦਸਤਾਰ ਸਜਾ ਕੇ, ਯੂਨੀਵਰਸਿਟੀਆਂ ਵਿੱਚ ਪੜ੍ਹ ਰਹੇ ਨੇ ਪਰ ਪੱਗਾਂ ਬੰਨ ਕੇ ਪੜ੍ਹਦੇ ਨੇ ਅੱਜ, ਤੇ ਉਹ ਵੀ ਸੂਰਮੇ ਨੇ, ਕਿਉਂਕਿ ਅੱਜ ਵੇਖਦੇ ਆ ਜੇ 30 ਬੱਚੇ ਕਲਾਸ 'ਚ ਨੇ ਤੇ 2-3 ਦਸਤਾਰਾਂ ਵਾਲੇ, ਬਾਕੀ ਸਾਰੇ ਇੱਕੋ ਜਿਹੇ ਹੋ ਗਏ ਆ। ਤੇ ਪੱਗਾਂ ਵਾਲਿਆਂ ਨੂੰ ਹੌਸਲਾ ਦੇਣਾ ਚਾਹੀਦਾ। ਸ਼੍ਰੋਮਣੀ ਕਮੇਟੀ ਨੇ ਇੱਕ ਵਾਰੀ ਬਿਆਨ ਲਾਇਆ ਸੀ ਕਿ ਅਸੀਂ ਦਸਤਾਰਾਂ ਵਾਲਿਆਂ ਦੀਆਂ ਫੀਸਾਂ ਮਾਫ਼ ਕਰਾਂਗੇ ਜਿਹੜੇ ਕੇਸਾਂ ਧਾਰੀ ਹੋਣਗੇ। ਪਤਾ ਨਹੀਂ ਬਿਆਨ ਬਿਆਨ ਹੀ ਰਹਿਣਾ ਕਿ ਲਾਗੂ ਵੀ ਹੋਏਗਾ, ਜੇ ਹੋ ਜਾਏ ਤੇ ਇਹਦੇ ਵਰਗੀ ਰੀਸ ਕੋਈ ਨਹੀਂ। ਇਹ ਬੱਚਿਆਂ ਨੂੰ ਹੌਸਲਾ ਦੇਣ ਵਾਲੀ ਬਾਤ ਹੈ ਕਿ ਬੱਚਿਆਂ ਨੂੰ ਜੋੜਿਆ ਜਾਏ, ਦਸਤਾਰਾਂ ਬੰਨਣ, ਬੱਚਿਆਂ ਨੂੰ ਸ਼ੌਂਕ ਪੈਦਾ ਹੋਵੇ ਵੀ ਅਸੀਂ ਪੱਗ ਬੰਨਣੇ ਆ, ਅਸੀਂ ਦਾੜੀ ਰੱਖੀ ਹੈ, ਅਸੀਂ ਕੇਸ ਰੱਖੇ ਨੇ ਤੇ ਸਾਡੀ ਕਦਰ ਵੀ ਹੈ ਕੋਈ।
ਸਾਨੂੰ ਕੌਮ ਵਿੱਚ ਪਛਾਣ ਹੈ ਸਾਡੀ, ਸਾਡਾ ਸਤਿਕਾਰ ਹੁੰਦਾ ਹੈ। ਤੇ ਸਾਧ ਸੰਗਤ ਜੇ ਆਪ ਨਹੀਂ ਜੁੜਨ ਜੋਗੇ ਘੱਟ ਤੋਂ ਘੱਟ ਤੋੜੀਏ ਨਾ ਕਿਸੇ ਨੂੰ। ਤੇ ਵੀਰਾਂ ਭਰਾਵਾਂ ਦੇ ਚਰਨਾਂ 'ਚ ਬੇਨਤੀ ਕਰਾਂਗਾ, ਗੁਰਮੁਖੋ ਦਸਤਾਰਾਂ ਸਜਾਓ, ਜੇ ਨਹੀਂ ਸਜਾ ਸਕਦੇ ਘੱਟ ਤੋਂ ਘੱਟ ਜਦੋਂ ਗੁਰੂ ਗੁਰਦੁਆਰੇ ਮੱਥਾ ਟੇਕਣ ਜਾਂਦੇ ਹੋ, ਜਦੋਂ ਕਦੀ ਏਦਾਂ ਦੀਵਾਨ 'ਚ ਆਉਂਦੇ ਹੋ, ਉਦੋਂ ਪੱਗ ਜ਼ਰੂਰ ਬੰਨਿਆ ਕਰੋ, ਕਿਉਂਕਿ ਦਸਤਾਰ ਬੰਨੋਗੇ ਨਾ ਤੇ ਕਦੀ ਨਾ ਕਦੀ ਪੱਗ ਸੋਹਣੀ ਲੱਗਣ ਲੱਗ ਜਾਏਗੀ, ਕਹੇਗਾ ਕਿ ਮੈਂ ਪੱਗ ਨਾਲ ਹੀ ਸੋਹਣਾ ਲੱਗਣਾ। ਕਈਆਂ ਨੇ ਤਾਂ ਸਿੱਖਿਓ ਹੀ ਨਹੀਂ ਦਸਤਾਰ ਬੰਨਣੀ, 30-30 ਸਾਲਾਂ ਦੇ ਹੋ ਗਏ ਆ, ਉਹਨਾਂ ਨੇ ਦਸਤਾਰ ਬੰਨ ਕੇ ਵੇਖੀ ਵੀ ਨਹੀਂ ਕਦੀ। ਜਿੱਦਣ ਵਿਆਹ ਹੋਏਗਾ ਉਦਣ ਵੀ ਦੂਜਿਆਂ ਤੋਂ ਬਣਾਉਣਗੇ ਵੀ ਪੱਗ ਬੰਨਦੇ, ਉਦਣ ਬੰਨਣੀ ਪੈਣੀ, ਸਿਹਰਾ ਪੱਗ ਬਿਨਾਂ ਬੱਝਣਾ ਨਹੀਂ, ਉਦਣ ਦੂਜਿਆਂ ਤੋਂ ਬਣਾਉਣਗੇ, ਪੱਗ ਨਹੀਂ ਬੰਨਣੀ ਆਉਂਦੀ। ਪਰ ਘੱਟ ਤੋਂ ਘੱਟ ਜੇ ਬਹੁਤਾ ਨਹੀਂ ਤੇ ਦੀਵਾਨ ਵਿੱਚ ਸੰਗਤ ਵਿੱਚ ਗੁਰਦੁਆਰੇ ਦਸਤਾਰ ਬੰਨ ਕੇ ਜਾਇਆ ਕਰੋ, ਰੁਮਾਲ ਲੈ ਕੇ ਨਹੀਂ। ਉਦਣ ਪੱਗ ਬੰਨ ਲਓ ਡਿੰਗੀ ਸਿੱਧੀ, ਜਿਹੋ ਜੀ ਵੱਜਦੀ ਹੌਲੀ ਹੌਲੀ ਆਪੇ ਸੋਹਣੀ ਲੱਗਣ ਲੱਗ ਜਾਏਗੀ, ਫਿਰ ਪੱਗ ਤੈਨੂੰ ਪਿਆਰੀ ਲੱਗੇਗੀ, ਉਸ ਪੱਗ ਦੇ ਸੱਚੇ ਪਾਤਸ਼ਾਹ ਨੇ ਆਪੇ ਫਿਰ ਕਿਰਪਾ ਕਰ ਦੇਣੀ। ਹੌਲੀ ਹੌਲੀ ਏਦਾਂ ਹੀ ਪ੍ਰੇਰਣਾ ਮਿਲਦੀ, ਅੱਗੇ ਨੂੰ ਤੁਰਿਆ ਜਾਂਦਾ। ਅਸੀਂ ਗੁਰਮੁਖੋ ਵਾਰਸਾਂ ਕਲਗੀ ਧਰਦੇ, ਅਸੀਂ ਵਾਰਸਾਂ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਦੇ, ਅਸੀਂ ਵਾਰਸਾਂ ਭਾਈ ਮਨੀ ਸਿੰਘ ਦੇ, ਅਸੀਂ ਵਾਰਸਾਂ ਬਾਬਾ ਬੰਦਾ ਸਿੰਘ ਬਹਾਦਰ ਦੇ, ਅਸੀਂ ਔਰੰਗੇ ਦੇ ਵਾਰਸ ਨਹੀਂ, ਅਸੀਂ ਵਜੀਦੇ ਦੇ, ਅਸੀਂ ਫਰੁਖਸੀਅਰ ਦੇ, ਅਸੀਂ ਜਕਰੀਏ ਦੇ ਵਾਰਸ ਨਹੀਂ, ਅਸੀਂ ਕਲਗੀਧਰ ਦੇ ਵਾਰਸ, ਅਸੀਂ ਅਜੀਤ ਸਿੰਘ ਸਾਹਿਬ ਸਿੰਘ ਦੇ ਵਾਰਸ ਹਾਂ। ਗੁਰਮੁਖੋ ਅਸੀਂ ਕਿਹੜੇ ਪਾਸੇ ਤੁਰੇ ਫਿਰਨੇ, ਫਤਿਹ ਸਿੰਘ ਦੇ ਵਾਰਸ ਬਣਦੇ ਅਸੀਂ ਵੀ, ਹਾਂ ਅਸੀਂ ਉਹਨਾਂ ਦੀ ਅੰਸ ਬੰਸ ਹਾਂ, ਅਸੀਂ ਪੁੱਤਰ ਹਾਂ, ਪਰ ਖਿਮਾ ਕਰਨਾ ਸਾਡੇ ਰੂਪ ਹੋਰ ਹੀ ਨੇ, ਕਿਹਦੇ ਵਾਰਸ ਹਾਂ ਇਹ ਕਿਹਾ ਨਹੀਂ ਜਾ ਸਕਦਾ। ਭੁੱਲ ਗਏ ਹਾਂ ਰਾਹ, ਭੁੱਲ ਕੇ ਕੁਰਾਏ ਪੈ ਗਏ ਹਾਂ, ਪਰ ਯਾਦ ਰੱਖਣਾ ਸੀਤਾ ਲੀਕ ਨਾ ਟੱਪਦੀ, ਰਾਵਣ ਕਿਉਂ ਚੁੱਕ ਲਜਾਂਦਾ, ਦੁਸਹਿਰਾ ਲੰਘ ਕੇ ਹਟਿਆ, ਰਸਤਾ ਛੋੜ ਪੁਰਸਤੇ ਤੁਰਦਾ, ਸੋਈ ਧੱਕੇ ਖਾਂਦਾ। ਧੱਕੇ ਖਾਣੇ ਹੀ ਉਹਨੂੰ ਪੈਂਦੇ ਆ ਜਿਹੜਾ ਰਾਹ ਛੱਡ ਕੇ ਕੁਰਾਹੇ ਤੁਰ ਪਵੇ। ਤੇ ਗੁਰਮੁਖੋ ਬਾਬਾ ਦੀਪ ਸਿੰਘ ਸਾਹਿਬ ਅੰਮ੍ਰਿਤ ਛੱਕ ਲਿਆ, ਦੀਪਾ ਬਣ ਗਿਆ ਦੀਪ ਸਿੰਘ, 1704 ਆਇਆ, ਉਦੋਂ ਪਹਿਲਾਂ ਹੀ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਪਹਿਲਾਂ ਹੀ, ਆਨੰਦਪੁਰ ਛੱਡਣ ਤੋਂ ਪਹਿਲਾਂ ਕਿਸੇ ਨੇ ਆ ਦੱਸਿਆ, ਬਾਬਾ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਸਾਡੇ ਇਲਾਕੇ 'ਚ ਪ੍ਰਚਾਰ ਦੀ ਬੜੀ ਕਮੀ ਆ ਅੰਮ੍ਰਿਤਸਰ ਦੇ ਇਲਾਕੇ। ਮਾਧ ਨੇ ਆਖਿਆ ਦੀਪ ਸਿੰਘ ਤੂੰ ਜਾ ਭਾਈ, ਥਾਪੜਾ ਦੇ ਕੇ ਗੁਰੂ ਗੋਬਿੰਦ ਸਿੰਘ ਨੇ ਬਾਬਾ ਦੀਪ ਸਿੰਘ ਨੂੰ ਤੋਰਿਆ। ਜਦੋਂ ਗੁਰੂ ਥਾਪੜਾ ਦੇ ਕੇ ਤੋਰੇ, ਫਿਰ ਇੱਕ ਇੱਕ ਬੋਲ ਅਨਿਆਲਾ ਤੀਰ ਬਣ ਜਾਂਦਾ। ਜਦੋਂ ਗੁਰੂ ਵੱਲੋਂ ਧੁਰੋਂ ਥਾਪੜਾ ਮਿਲਿਆ ਹੋਵੇ, ਐਸਾ ਥਾਪੜਾ ਮਿਲਿਆ, ਬਾਬਾ ਦੀਪ ਸਿੰਘ ਨੇ ਆਪਣੇ ਇਲਾਕੇ 'ਚ ਪ੍ਰਚਾਰ ਕੀਤਾ, ਆਪਣੇ ਪਿੰਡ ਚਲੇ ਗਏ, 1704 ਵਿੱਚ ਆਨੰਦਪੁਰ ਸਾਹਿਬ ਛੱਡਿਆ, ਵੱਡੇ ਸਾਹਿਬਜ਼ਾਦੇ ਸ਼ਹੀਦ, ਛੋਟੇ ਸਾਹਿਬਜ਼ਾਦੇ ਸ਼ਹੀਦ, ਮਾਛੀ ਵਾੜੇ ਦੇ ਜੰਗਲਾਂ ਦੀਆਂ ਘਟਨਾਵਾਂ ਵਾਪਰੀਆਂ। ਸਤਿਗੁਰੂ ਸਾਹਿਬ ਚੱਲਦੇ ਚੱਲਦੇ ਇਹਨਾਂ ਇਲਾਕਿਆਂ ਵਿੱਚ ਰਾਏਕੋਟ ਦੀ ਧਰਤੀ ਨੂੰ ਵੀ ਭਾਗ ਲਾ ਕੇ ਗਏ ਨੇ। ਟਾਲੀਆਣਾ ਸਾਹਿਬ ਸੱਚੇ ਪਾਤਸ਼ਾਹ ਬੈਠੇ, ਇੱਥੋਂ ਲੰਘਦੇ ਲੰਘਦੇ ਮਹਾਰਾਜ ਅੱਗੇ ਗਏ ਆ, ਦਮਦਮਾ ਸਾਹਿਬ ਦੀ ਧਰਤੀ ਤੇ ਪਹੁੰਚ ਗਏ। ਉੱਥੇ ਸਿੱਖਾਂ ਨੇ ਇਕੱਠੇ ਹੋ ਕੇ ਬੇਨਤੀ ਕੀਤੀ, ਸਤਿਗੁਰੂ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਾਈ ਜਾਵੇ, ਅਰਥ ਪੜ੍ਹਾਏ ਜਾਣ। ਜੰਗਾਂ ਜੁੱਧਾਂ ਤੋਂ ਗੁਰੂ ਸਾਹਿਬ ਨੇ ਕਮਰ ਕੱਸਾ ਖੋਲਿਆ ਤੇ ਦਮਦਿਆ ਤੇ ਦਮਦਮਾ ਸਾਹਿਬ ਬਣਿਆ। ਉੱਥੇ ਮਹਾਰਾਜ ਕਹਿੰਦੇ ਠੀਕ ਹੈ, ਫਿਰ ਬਾਣੀ ਲਿਖਾਈ ਜਾਏਗੀ। ਬੁਲਾਇਆ ਗਿਆ, ਭਾਈ ਮਨੀ ਸਿੰਘ ਸਾਹਿਬ ਹੈਡ ਲਿਖਾਰੀ ਹੋਣਗੇ, ਤੇ ਕਹਿਣ ਲੱਗੇ ਕਿ ਸਹਾਇਕ ਲਿਖਾਰੀ ਵੀ ਚਾਹੀਦਾ, ਕਲਮਾ ਘੜ ਕੇ ਦੇਵੇ, ਦਵਾਤ ਸ਼ਾਹੀ ਤਿਆਰ ਕਰੇ, ਕਾਗਜ਼ ਦਾ ਪ੍ਰਬੰਧ ਕਰੇ। ਗੁਰੂ ਗੋਬਿੰਦ ਸਿੰਘ ਸਾਹਿਬ ਕਹਿਣ ਲੱਗੇ ਦੀਪ ਸਿੰਘ ਨੂੰ ਪਿੰਡੋਂ ਲਿਆਓ, ਸੱਦ ਕੇ ਆਨੰਦਪੁਰ ਸਾਹਿਬ ਤੋਂ ਭੇਜ ਦਿੱਤਾ ਸੀ,
ਦਮਦਮਾ ਸਾਹਿਬ ਜਾ ਕੇ ਕਲਗੀਧਰ ਨੇ ਆਪ ਬੁਲਾ ਲਿਆ ਸੱਚੇ ਪਾਤਸ਼ਾਹ ਨੇ, ਆਵਾਜ਼ ਮਾਰ ਕੇ ਬੁਲਾ ਲਿਆ ਬਾਜਾਂ ਵਾਲੇ ਨੇ, ਸੁੱਤੇ ਮੇਰੇ ਭਾਗ ਜਾਗ ਪਏ। ਧੰਨ ਭਾਗ ਮਾਰਨ ਨੇ ਯਾਦ ਕੀਤਾ ਹੈ। ਬਾਬਾ ਦੀਪ ਸਿੰਘ ਸਾਹਿਬ ਕਲਗੀਧਰ ਜੀ ਦੇ ਚਰਨਾਂ ਚ ਆ ਗਏ। ਹੁਕਮ ਸੱਚੇ ਪਾਤਸ਼ਾਹ ਸਤਿਗੁਰੂ ਆਖਣ ਲੱਗੇ, ਦੀਪ ਸਿੰਘ ਬਾਣੀ ਲਿਖੀ ਜਾਏਗੀ, ਮਨੀ ਸਿੰਘ ਹੈਡ ਲਿਖਾਰੀ, ਤੂੰ ਸਹਾਇਕ ਲਿਖਾਰੀ ਹੋਏਗਾ। ਸਤ ਬਚਨ ਸੱਚੇ ਪਾਤਸ਼ਾਹ। ਬਾਣੀ ਲਿਖਣੀ ਆਰੰਭ ਹੋਈ, ਕਰਤਾਰਪੁਰੀਆਂ ਨੇ ਬੀੜ ਦੇਣ ਤੋਂ ਜਵਾਬ ਦਿੱਤਾ, ਧੀਰ ਮੱਲੀਆਂ ਨੇ, ਫਿਰ ਇਹਨਾਂ ਨੇ ਸੱਚੇ ਪਾਤਸ਼ਾਹ ਨੇ ਆਖਿਆ ਆਪ ਬਾਣੀ ਉਚਾਰਨ ਕਰਾਂਗੇ। ਫਿਰ ਇੱਕ ਓਅੰਕਾਰ ਤੋਂ ਲੈ ਕੇ 18, 10, 20 ਤੱਕ ਗੁਰੂ ਸਾਹਿਬ ਨੇ ਬਾਣੀ ਕੰਠੋਂ ਉਚਾਰਨ ਕੀਤੀ। ਯਾਦ ਸੀ ਸੱਚੇ ਪਾਤਸ਼ਾਹ ਨੇ ਸਾਰੀ ਗੁਰਬਾਣੀ ਬਾਣੀ ਕੰਠੋਂ ਉਚਾਰਨ ਕੀਤੀ। ਭਾਈ ਮਨੀ ਸਿੰਘ ਸਾਹਿਬ ਲਿਖਦੇ ਗਏ, ਬਾਬਾ ਦੀਪ ਸਿੰਘ ਸਾਹਿਬ ਜੀ ਬਾਣੀ ਲਿਖਵਾਉਂਦੇ ਗਏ, ਨਾਲ ਸਹਾਇਤਾ ਕੀਤੀ। ਇਹ ਦੋਵੇਂ ਲਿਖਾਰੀਆਂ ਨੇ ਬਾਣੀ ਲਿਖੀ ਤੇ ਸਾਰੇ ਅਰਥ ਗੁਰੂ ਗੋਬਿੰਦ ਸਿੰਘ ਤੋਂ ਸੁਣੇ। ਇਸੇ ਕਰਕੇ ਦੋ ਟਕਸਾਲਾਂ ਚੱਲਦੀਆਂ ਨੇ, ਇੱਕ ਬਾਬਾ ਦੀਪ ਸਿੰਘ ਦੀ ਟਕਸਾਲ, ਇੱਕ ਭਾਈ ਮਨੀ ਸਿੰਘ ਦੀ ਟਕਸਾਲ। ਇਹ ਗੁਰੂ ਗੋਬਿੰਦ ਸਿੰਘ ਤੋਂ ਹੀ ਚੱਲੀਆਂ ਨੇ, ਕਿਉਂਕਿ ਦੋਵਾਂ ਨੂੰ ਅਰਥ ਗੁਰੂ ਗੋਬਿੰਦ ਸਿੰਘ ਨੇ ਆਪ ਪੜ੍ਹਾਏ ਸੀ। ਤੇ ਬਾਬਾ ਦੀਪ ਸਿੰਘ ਤੇ ਭਾਈ ਮਨੀ ਸਿੰਘ ਹੋਣਾ ਨੇ ਜਦੋਂ ਲਿਖਾਤੀ ਸਾਰੀ ਬਾਣੀ, ਕਲਗੀਧਰ ਨੇ ਲਿਖਵਾਈ, ਇਹਨਾਂ ਨੇ ਲਿਖੀ, ਮਹਾਰਾਜ ਕਹਿੰਦੇ ਨੇ ਮੰਗੋ ਮਨੀ ਸਿੰਘ ਜੀ, ਕੀ ਮੰਗਦੇ ਹੋ? ਸੱਚੇ ਪਾਤਸ਼ਾਹ ਮੇਰੀ ਬੇਨਤੀ ਹੈ, ਮੇਰੀ ਸਿੱਖੀ ਕਿਰਸਾਂ ਸੁਵਾਸਾਂ ਸੰਗ ਨਿਭ ਜਾਏ। ਗੁਰੂ ਗੋਬਿੰਦ ਸਿੰਘ ਆਖਣ ਲੱਗੇ, ਮਨੀ ਸਿਆ, ਬੰਦ ਬੰਦ ਤੇ ਕੱਟਿਆ ਜਾ ਸਕਦਾ, ਸਿੱਖੀ ਜ਼ਰੂਰ ਨਿਭੇਗੀ ਤੇਰੀ। ਇਹ ਕਲਗੀਧਰ ਨੇ ਵਰ ਦਿੱਤਾ। ਭਾਵੇਂ ਬੰਦ ਬੰਦ ਵੀ ਕੱਟਿਆ ਜਾਏ ਪਰ ਤੇਰੀ ਸਿੱਖੀ ਜ਼ਰੂਰ ਨਿਭੇਗੀ। ਤੇ ਦੂਸਰੇ ਬਾਬੇ ਦੀਪ ਸਿੰਘ ਨੂੰ ਪੁੱਛਿਆ, ਤੇਰੀ ਕਿੱਛਾ? ਸੱਚੇ ਪਾਤਸ਼ਾਹ ਅੰਮ੍ਰਿਤ ਛਕਣ ਵੇਲੇ ਬਚਨ ਕੀਤਾ, ਸਿਰ ਤੁਹਾਡਾ ਹੈ, ਮੇਰਾ ਬਚਨ ਪੂਰਾ ਹੋਵੇ, ਮੇਰਾ ਪੰਜ ਪਿਆਰਿਆਂ ਨਾਲ ਬਚਨ ਹੋਵੇ, ਹੋਇਆ ਝੂਠਾ ਨਾ ਹੋਵੇ। ਜਿਹੜਾ ਵੀ ਸਿੱਖ ਅੰਮ੍ਰਿਤ ਛਕਦਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਬਚਨ ਕਰਦਾ ਹੈ ਕਿ ਅੱਜ ਤੋਂ ਮੈਂ ਗੁਰੂ ਦਾ, ਮੇਰਾ ਸਿਰ ਗੁਰੂ ਦਾ ਹੈ, ਮੈਂ ਰਹਿਤਾਂ ਧਾਰਨ ਕਰਾਂਗਾ, ਮੈਂ ਕੁਰੇਤਾਂ ਤੋਂ ਬਚ ਕੇ ਰਹਾਂਗਾ, ਪਰ ਇਸ ਬਚਨ ਨੂੰ ਪਾਲਦਾ ਤੇ ਕੋਈ ਕੋਈ ਨਹੀਂ। ਸਤਿਗੁਰੂ ਮੈਂ ਜਿਹੜਾ ਬਚਨ ਕੀਤਾ ਮੈਂ ਪੂਰਾ ਰਵਾਂ ਉਹਦੇ ਤੇ, ਮੇਰੇ ਪ੍ਰਣ ਨਿਭਣ। ਕਲਗੀਧਰ ਕਹਿੰਦੇ ਸਿਰ ਭਾਵੇਂ ਧੜ ਤੋਂ ਜੁਦਾ ਹੋ ਜਾਏ ਪਰ ਤੇਰੇ ਕੀਤੇ ਪ੍ਰਣ ਜ਼ਰੂਰ ਨਿਭਣਗੇ। ਗੁਰੂ ਗੋਬਿੰਦ ਸਿੰਘ ਕਹਿੰਦੇ ਜਿਹੜਾ ਪ੍ਰਣ ਕਰਕੇ ਤੂੰ ਤੁਰੇਗਾ ਦੀਪ ਸਿਆ, ਤੇਰੇ ਪ੍ਰਣ ਨਿਭਣਗੇ, ਭਾਵੇਂ ਮੌਤ ਵੀ ਆ ਜਾਏ, ਮੌਤ ਵੀ ਤੇਰਾ ਨਾ ਰਾਹ ਨਹੀਂ ਰੋਕ ਸਕੇਗੀ। ਇਹ ਕਲਗੀਧਰ ਸੱਚੇ ਪਾਤਸ਼ਾਹ ਦੀ ਬਾਬਾ ਦੀਪ ਸਿੰਘ ਸਾਹਿਬ ਤੇ ਬਖਸ਼ਿਸ਼ ਸੀ। ਫਿਰ ਮਹਾਰਾਜ ਉੱਥੋਂ ਚਲੇ ਗਏ, ਡਿਊਟੀ ਬਾਬਾ ਦੀਪ ਸਿੰਘ ਦੀ ਉੱਥੇ ਹੀ ਲੱਗ ਗਈ, ਦਮਦਮਾ ਸਾਹਿਬ ਸਾਬੋ ਕੀ ਤਲਵੰਡੀ। ਜਿਹੜਾ ਸਰੂਪ ਲਿਖਿਆ ਸੀ ਉਹਦੇ ਤੋਂ ਫਿਰ ਚਾਰ ਸਰੂਪ ਉਤਾਰਾ ਕੀਤੇ ਹੱਥ ਲਿਖਤ। 12 ਸਾਲ ਲੱਗੇ ਗੁਰਮੁਖੋ, 12 ਸਾਲ ਬਾਬਾ ਦੀਪ ਸਿੰਘ ਨੂੰ ਲੱਗੇ। 12 ਸਾਲ ਭਰ ਜਵਾਨੀ ਦੀ ਉਮਰ ਬਾਬਾ ਦੀਪ ਸਿੰਘ ਨੇ ਬਾਣੀ ਲਿਖਣ ਤੇ ਹੀ ਲਾ ਦਿੱਤੀ। ਜਵਾਨੀ ਦੀ ਉਮਰ ਨਾ ਸਾਰੀ, ਜਿਹਨੂੰ ਲੋਕ ਖਾਣ ਪੀਣ ਦੀ, ਹੱਸਣ ਖੇਡਣ ਦੀ ਉਮਰ ਮੰਨਦੇ ਨੇ, ਉਹ ਉਮਰ ਸਾਰੀ ਬਾਬਾ ਦੀਪ ਸਿੰਘ ਨੇ ਗੁਰਬਾਣੀ ਲਿਖਣ ਤੇ ਲਾਈ ਹੈ। ਮੈਂ ਬੇਨਤੀ ਕਰਨੀ ਚਾਹੁੰਦਾ, ਧਿਆਨ ਦਿਓ ਭਾਈ ਸਿੰਘੋ, ਅਸੀਂ ਕਹਿੰਦੇ ਹਾਂ ਕਿ ਬਾਬਾ ਦੀਪ ਸਿੰਘ ਦਾ ਸਿਰ ਧੜ ਤੋਂ ਜੁਦਾ ਨਹੀਂ ਸੀ ਹੋਇਆ, ਐਵੇਂ ਲੋਕਾਂ ਨੇ ਗੱਲਾਂ ਬਣਾਈਆਂ ਨੇ, ਨਹੀਂ ਗੁਰਮੁਖੋ,
ਜਿਹੜਾ ਬਚਪਨ ਵਿੱਚ ਕਲਗੀਧਰ ਦੇ ਚਰਨਾਂ 'ਚ ਰਹੇਗਾ, ਜਿਹੜਾ ਗੁਰੂ ਗੋਬਿੰਦ ਸਿੰਘ ਦੇ ਹੱਥੋਂ ਅੰਮ੍ਰਿਤ ਛਕੇਗਾ, ਜਿਹੜਾ ਭਰ ਜਵਾਨੀ ਦੀ ਉਮਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲਿਖਣ ਤੇ ਹੀ ਲਾ ਦੇਵੇਗਾ, ਇਹੋ ਜਿਹਾ ਸੂਰਮਾ ਬਿਨਾਂ ਸਿਰ ਤੋਂ ਵੀ ਲੜ ਸਕਦਾ ਹੈ? ਸਾਡੇ ਵਰਗੇ ਸੂਰਜਮੁਖੀ ਸਿੱਖ ਨਹੀਂ ਲੜ ਸਕਦੇ, ਜਿਨ੍ਹਾਂ ਨੇ ਸੂਰਜ ਚੜ੍ਹੇ ਤੇ ਰਜਾਈ 'ਚੋਂ ਮੂੰਹ ਬਾਹਰ ਕੱਢਣਾ। ਸਾਡੇ ਵਰਗੇ ਅੰਤ ਲੱਗਦਾ ਵੀ ਇੱਦਾਂ ਨਹੀਂ ਹੋ ਸਕਦਾ, ਸਾਨੂੰ ਲੱਗਦਾ ਬੜੀ ਮੁਸ਼ਕਲ ਗੱਲ ਹੈ, ਪਰ ਗੁਰਮੁਖੋ ਜਦੋਂ ਬਾਬਾ ਦੀਪ ਸਿੰਘ ਵਰਗੇ ਸੂਰਮੇ ਜਿਨ੍ਹਾਂ ਨੇ ਇੰਨੀ ਵੱਡੀ ਕਮਾਈ ਕੀਤੀ ਹੋਵੇ, ਉਹਨਾਂ ਦੇ ਕੀਤੇ ਪ੍ਰਣ ਜ਼ਰੂਰ ਨਿਭਦੇ ਨੇ। ਜਵਾਨੀਆਂ ਲੋਕ ਮਾਣਦੇ ਨੇ, ਮਾਵਾਂ ਨੂੰ ਮੱਥਾ ਟੇਕਦੇ ਹੋ ਨਾ, ਜਦੋਂ ਸਤਿਕਾਰ ਮਾਂ ਦਾ ਕੀਤਾ ਜਾਂਦਾ, ਪਿਓ ਦਾ ਕੀਤਾ ਜਾਂਦਾ ਹੈ, ਤੇ ਮਾਂ ਕਹਿੰਦੀ ਹੈ ਪੁੱਤਰਾ ਜਵਾਨੀਆਂ ਮਾਣੇ, ਪਰ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਮੈਂ ਨਹੀਂ ਮੰਨਣੀ ਜਵਾਨੀ ਜਿਵੇਂ ਲੋਕ ਮਾਣਦੇ ਨੇ, ਮੈਨੂੰ ਕੋਈ ਲੋੜ ਨਹੀਂ ਇਹੋ ਜਿਹੀ ਜਵਾਨੀ ਦੀ ਜਿਵੇਂ ਦੁਨੀਆ ਜਵਾਨੀਆਂ ਮਾਣਦੀ ਹੈ, ਵਿਸ਼ਿਆਂ ਵਿਕਾਰਾਂ 'ਚ ਖਚਤ ਹੋ ਕੇ ਜੀਵਨ ਲੋਕ ਬਰਬਾਦ ਕਰ ਲੈਂਦੇ ਨੇ। ਮੈਂ ਕੋਈ ਜਵਾਨੀ ਨਹੀਂ ਮੰਨਣੀ, ਮੇਰਾ ਜੋਬਨ ਜਾਂਦਾ ਜਾਵੇ ਮੈਨੂੰ ਕੋਈ ਡਰ ਨਹੀਂ, ਮੇਰੀ ਪ੍ਰੀਤ ਰੱਬ ਨਾਲੋਂ ਨਹੀਂ ਟੁੱਟਣੀ ਚਾਹੀਦੀ, ਉਸ ਅੱਲਾ ਨਾਲੋਂ ਖੁਦਾ ਨਾਲੋਂ ਮੇਰੀ ਪ੍ਰੀਤ ਨਹੀਂ ਟੁੱਟਣੀ ਚਾਹੀਦੀ, ਮੇਰਾ ਜੋਬਨ ਜਾਂਦਾ ਜਾਵੇ ਮੈਨੂੰ ਕੋਈ ਪਰਵਾਹ ਨਹੀਂ, ਜੋਬਨ ਜਾਂਦੇ ਨਾ ਡਰਾਂ ਜੇ ਸਹਿ ਪ੍ਰੀਤ ਨਾ ਜਾਏ ਫਰੀਦਾ, ਕਿਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ, ਕਿੰਨੇ ਹੀ ਜੋਬਨ ਪ੍ਰੀਤ ਤੋਂ ਬਿਨਾਂ ਸੁੱਕ ਗਏ ਕੁਮਲਾ ਗਏ, ਕਿਉਂਕਿ ਇੱਕ ਦਿਨ ਤੇ ਜਵਾਨੀ ਨੇ ਸੁੱਕਣਾ ਹੀ ਸੁੱਕਣਾ ਹੈ, ਇੱਕ ਦਿਨ ਤੇ ਬੁਢੇਪੇ ਰੂਪੀ ਜਰ ਲੱਗਣੀ ਹੀ ਲੱਗਣੀ ਹੈ, ਜਰ ਆਈ ਜੋਬਨ ਹਾਰਿਆ, ਇੱਕ ਦਿਨ ਤੇ ਜੋਬਨ ਨੂੰ ਹਾਰਨਾ ਹੀ ਪੈਂਦਾ ਹੈ। ਤੇ ਬਾਬਾ ਫਰੀਦ ਸਾਹਿਬ ਕਹਿੰਦੇ ਆ ਮੈਂ ਲੋਕਾਂ ਵਾਂਗੂ ਜਵਾਨੀਆਂ ਨਹੀਂ ਮੰਨਣਾ ਚਾਹੁੰਦਾ ਜਿਵੇਂ ਦੁਨੀਆ ਜਵਾਨੀਆਂ ਮੰਨਦੀ ਹੈ, ਮੇਰਾ ਜੋਬਨ ਜਾਂਦਾ ਜਾਵੇ ਮੇਰੀ ਪ੍ਰੀਤ ਨਾ ਜਾਵੇ, ਮੇਰਾ ਪ੍ਰੇਮ ਬਣਿਆ ਰਹੇ। ਜਵਾਨੀ ਦੇ ਦਿਨ ਲੰਘਦੇ ਨੇ ਲੰਘ ਜਾਣ, ਅਸਲ ਵਿੱਚ ਤੇ ਜਵਾਨੀ ਮਾਣੀ ਹੀ ਗੁਰੂ ਦੇ ਚਰਨਾਂ 'ਚ ਜੁੜ ਕੇ ਜਾ ਸਕਦੀ ਹੈ। ਜਵਾਨੀਆਂ ਅਸਲ ਵਿੱਚ ਮਾਣਦੇ ਹੀ ਉਹ ਨੇ ਜਿਹੜੇ ਜੁੜੇ ਹੋਏ ਨੇ। ਮੇਰੀ ਟੁੱਟੇ ਨਾ ਪ੍ਰੀਤੀ ਰੱਬ ਨਾਲੋ, ਡਰ ਨਹੀਂ ਹੋ ਜਾਂਦੇ ਜੋ ਬੰਦਾਂ, ਟੁੱਟੇ ਨਾ ਪ੍ਰੀਤੀ ਰੱਬ ਨਾਲੋ, ਡਰ ਨਹੀਂ ਹੋ ਜਾਂਦੇ ਜੋ ਬੰਦਾਂ, ਜੋ
ਪਹਿਲਾਂ ਸੁੱਕ ਗਏ ਪਰ ਜਵਾਨੀ ਦੇ 12 ਸਾਲ ਬਾਬਾ ਦੀਪ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਲਿਖਣ ਤੇ ਹੀ ਲਾ ਦਿੱਤੇ ਲਗਾਤਾਰ ਬਾਣੀ ਲਿਖਦੇ ਰਹੇ ਬਾਣੀ ਦਾ ਹੀ ਰੂਪ ਹੋ ਗਏ ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰਨਿਮਖ ਨਾ ਮਨ ਤੇ ਟਾਰੀ ਰੇ ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਇੱਕ ਮਿੰਟ ਵੀ ਬਾਣੀ ਨੂੰ ਪਰੇ ਨਹੀਂ ਕੀਤਾ 12 ਸਾਲ ਦੀ ਉਮਰ ਲਾਤੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਚੜ੍ਹ ਕੇ ਆਏ ਸੀ ਨਾ ਜਾਲਮਾਂ ਨੂੰ ਸੋਧਣ ਲਈ ਉਹਨਾਂ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾਈ ਸਮਾਣੇ ਦੇ ਜਲਾਦਾਂ ਨੂੰ ਸੋਧਿਆ ਉਦੋਂ ਬਾਬਾ ਦੀਪ ਸਿੰਘ ਨੂੰ ਪਤਾ ਲੱਗਾ ਦਮਦਮਾ ਸਾਹਿਬ ਤੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਰਲ ਗਏ ਜਾ ਕੇ ਮੈਂ ਵੀ ਤੁਹਾਡੇ ਨਾਲ ਲੱਗਾਂਗਾ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਵੇਖਿਆ ਕਿ ਬਾਬਾ ਦੀਪ ਸਿੰਘ ਵਿੱਚ ਇੰਨਾ ਜੋਸ਼ ਉਸ ਵੇਲੇ ਉਹਨਾਂ ਨੇ ਵੇਖਿਆ ਵੀ ਇੰਨੇ ਜੋਸ਼ ਨਾਲ ਲੜਦੇ ਨੇ ਤੇ ਬਾਬੇ ਦੀਪ ਸਿੰਘ ਨੂੰ ਪੁੱਛਿਆ ਬਾਬਾ ਜੀ ਇੰਨਾ ਜੋਸ਼ ਆਖਣ ਲੱਗੇ ਤੁਸੀਂ ਤੇ ਸੁਣਿਆ ਹੈ ਨਾ ਸਾਹਿਬਜ਼ਾਦਿਆਂ ਦੇ ਨੂੰ ਇਹਨਾਂ ਨੇ ਸ਼ਹੀਦ ਕੀਤਾ ਹੈ ਇਹਨਾਂ ਨੇ ਨੀਹਾਂ 'ਚ ਚਿਣਿਆ ਹੈ ਪਰ ਮੈਂ ਤੇ ਉਹ ਗੁਰੂ ਕਿਆਂ ਲਾਲਾਂ ਨੂੰ ਖੜਾਉਂਦਾ ਰਿਹਾ ਉੱਥੇ ਸਮੇਂ ਉਦੋਂ ਅਨੰਦਪੁਰ ਸਾਹਿਬ ਦੀ ਧਰਤੀ ਮੈਂ ਉਹਨਾਂ ਨੂੰ ਖੜਾਉਂਦਾ ਰਿਹਾ ਮੈਂ ਗੋਦ ਚੁੱਕ ਕੇ ਖੜਾਉਂਦਾ ਰਿਹਾ ਮੈਂ ਗੁਰੂ ਗੋਬਿੰਦ ਸਿੰਘ ਦੇ ਲਾਲ ਵੇਖੇ ਨੇ ਉਹ ਕਿਹੋ ਜਿਹੇ ਸਨ ਜਿਹੜੇ ਇਹਨਾਂ ਜਾਲਮਾਂ ਨੇ ਸ਼ਹੀਦ ਕੀਤੇ ਆ ਇਸੇ ਕਰਕੇ ਜੋਸ਼ ਹੈ ਜਿੰਦਾ ਸ਼ਹੀਦ ਦਾ ਰੁਤਬਾ ਖਿਤਾਬ ਮਿਲਿਆ ਬਾਬਾ ਦੀਪ ਸਿੰਘ ਨੂੰ ਉਸ ਵੇਲੇ ਫਿਰ ਬਾਬਾ ਦੀਪ ਸਿੰਘ ਨੇ ਬਾਣੀ ਲਿਖਣੀ ਸ਼ੁਰੂ ਕੀਤੀ ਸੀ ਚਾਰ ਸਵਰੂਪ ਲਿਖੇ ਇੱਕ ਸਰੂਪ ਭੇਜਿਆ ਪਟਨਾ ਸਾਹਿਬ ਦੀ ਧਰਤੀ ਤੇ ਇੱਕ ਭੇਜਿਆ ਹਜ਼ੂਰ ਸਾਹਿਬ ਦੀ ਧਰਤੀ ਤੇ ਇੱਕ ਭੇਜਿਆ ਆਨੰਦਪੁਰ ਸਾਹਿਬ ਦੀ ਧਰਤੀ ਤੇ ਇੱਕ ਸਰੂਪ ਭੇਜਿਆ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਬਾਬਾ ਦੀਪ ਸਿੰਘ ਸਾਹਿਬ ਨੇ ਚਾਰ ਸਰੂਪ ਲਿਖੇ ਸੀ ਇਕੱਠੇ ਫਿਰ ਗੁਰਮੁਖੋ ਵੇਲਾ ਆਇਆ 1757 ਈਸਵੀ ਉਦੋਂ ਵੀ ਦਮਦਮਾ ਸਾਹਿਬ ਡਿਊਟੀ ਸੀ ਉਮਰ ਹੋ ਗਈ 75 ਸਾਲ ਦੀ 1682 ਦਾ ਜਨਮ 1757 ਆ ਗਿਆ 75 ਸਾਲ ਦੀ ਉਮਰ ਹੋ ਗਈ ਉਵੇਂ ਜਿਵੇਂ ਗੁਰੂ ਗੋਬਿੰਦ ਸਿੰਘ ਦੇ ਬਚਨਾਂ ਤੇ ਪਹਿਰਾ ਦਿੰਦਿਆਂ ਉਮਰ ਲਾ ਦਿੱਤੀ ਸਾਰੀ ਸਾਰੀ ਜ਼ਿੰਦਗੀ ਸੇਵਾ ਵਿੱਚ ਲਾ ਦਿੱਤੀ ਤੇ 75 ਸਾਲ ਦੀ ਉਮਰ ਦੇ ਵਿੱਚ ਜਾ ਕੇ ਪਤਾ ਲੱਗਾ ਅਬਦਾਲੀ ਉਹਨਾਂ ਵੇਲਿਆਂ ਵਿੱਚ ਆਉਂਦਾ ਸੀ ਆ ਕੇ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਨੂੰ ਬੰਨ ਕੇ ਫੜ ਕੇ ਲੈ ਜਾਂਦਾ ਸੀ ਸਾਧ ਸੰਗਤ ਉਹਨੇ ਕਈ ਥਾਵਾਂ ਉੱਤੇ ਹੱਲੇ ਬੋਲੇ ਦਿੱਲੀ ਵਿੱਚੋਂ ਬੜਾ ਧਨ ਮਾਲ ਲੁੱਟਦਾ ਸੀ ਪਰ ਜਦੋਂ ਪੰਜਾਬ ਦੀ ਧਰਤੀ ਨੂੰ ਲੰਘਦਾ ਸੀ ਸਿੰਘ ਉਹਨੂੰ ਲੁੱਟ ਲੈਂਦੇ ਸੀ ਜਿਹੜਾ ਸਾਰੀ ਦੁਨੀਆ ਨੂੰ ਲੁੱਟਣ ਵਾਲਾ ਸੀ ਉਹ ਸਿੰਘਾਂ ਤੋਂ ਬੜਾ ਤੰਗ ਆਇਆ ਤੇ ਉਹਨੇ ਇੱਕ ਵਾਰੀ ਧਿਆਨ ਦਿਓ ਉਹਨੇ ਆਪਣੇ ਪੁੱਤਰ ਤਾਮੂਰ ਨੂੰ ਬੁਲਾਇਆ ਕਹਿਣ ਲੱਗਾ ਇਹ ਸਿੰਘਾਂ ਤੋਂ ਮੈਨੂੰ ਬੜਾ ਡਰ ਲੱਗਦਾ ਹੈ ਮੈਂ ਸਾਰੀ ਦੁਨੀਆ ਨੂੰ ਲੁੱਟਣਾ ਪਰ ਇਹ ਪਤਾ ਨਹੀਂ ਕਿੱਧਰੋਂ ਜੰਗਲਾਂ ਵਿੱਚੋਂ ਆਉਂਦੇ ਨੇ ਮੈਂ ਲੋਕਾਂ ਦਾ ਧਨ ਮਾਲ ਲੁੱਟ ਕੇ ਲਿਆਉਂਦਾ ਇਹ ਮੈਨੂੰ ਵੀ ਲੁੱਟ ਕੇ ਲੈ ਜਾਂਦੇ ਨੇ ਇਹ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਛੁਡਾ ਕੇ ਲੈ ਜਾਂਦੇ ਨੇ ਇਹਨਾਂ 'ਚ ਤਾਕਤ ਕਿੱਥੋਂ ਆਉਂਦੀ ਹੈ ਅਬਦਾਲੀ ਪੁੱਛਦਾ ਹੈ ਉਹਨੂੰ ਕਿਸੇ ਨੇ ਦੱਸਿਆ ਇਹਨਾਂ ਸਿੰਘਾਂ ਦੇ ਕੋਲ ਅੰਮ੍ਰਿਤ ਹੈ ਇਹਨਾਂ ਦੇ ਕੋਲ ਅੰਮ੍ਰਿਤਸਰ ਦਾ ਸਰੋਵਰ ਹੈ ਇਹਨਾਂ ਕੋਲ ਅੰਮ੍ਰਿਤਮਈ ਬਾਣੀ ਹੈ ਇਹਨਾਂ ਕੋਲ ਗੁਰੂ ਗੋਬਿੰਦ ਸਿੰਘ ਵਰਗਾ ਗੁਰੂ ਹੈ ਉਹ ਕਹਿੰਦੇ ਨੇ ਜਦੋਂ ਇਹ ਅੰਮ੍ਰਿਤਸਰ ਵਿੱਚ ਇਸ਼ਨਾਨ ਕਰਦੇ ਨੇ ਇਹ ਮਰਦੇ ਮਰਦੇ ਵੀ ਲੜਨ ਲਈ ਤਿਆਰ ਹੋ ਜਾਂਦੇ ਨੇ ਪਤਾ ਨਹੀਂ ਇਹਨਾਂ ਦਾ ਗੁਰੂ ਇਹਨਾਂ ਨੂੰ ਬਾਟੇ 'ਚ ਘੋਲ ਕੇ ਕੀ ਪਿਆ ਗਿਆ ਮੈਂ ਅਰਜ਼ ਕਰਦਾ ਹੁੰਦਾ ਹੈ ਉੱਪਰ ਬਾਟੇ ਦੇ ਲੜਦੀਆਂ ਵੇਖ ਚਿੜੀਆਂ ਕਿਸੇ ਪੁੱਛਿਆ
ਦੱਸੋ ਇਹ ਖੇਡ ਕੀ ਏ? ਚੁੰਝ ਪਾਣੀ ਦੀ ਪਹੁੰਚੇ ਨਾ ਸੰਗ ਤੀਕਣ ਮਾਰਨ ਬਾਜ ਨੂੰ, ਇਹਦੇ ਵਿੱਚ ਭੇਦ ਕੀ ਏ? ਬਾਟੇ ਤੇ ਚਿੜੀਆਂ ਲੜ ਰਹੀਆਂ ਸਨ, ਲੰਘਿਆ ਜਾਂਦਾ ਕੋਈ ਪੁੱਛਦਾ ਹੈ, ਪਾਣੀ ਦੀ ਚੁੰਝ ਤੇ ਇਹਨਾਂ ਦੇ ਸੰਗ ਤੱਕਰ ਵੀ ਅਜੇ ਨਹੀਂ ਅਪੜੀ, ਇਹ ਬਾਜਾਂ ਨਾਲ ਮੁਕਾਬਲਾ ਕਰਨ ਲੱਗ ਪੈਂਦੀਆਂ ਨੇ। ਬਾਜਾਂ ਨਾਲ ਲੜਦੀਆਂ ਕਿਵੇਂ ਨੇ? ਇਹਦੇ ਵਿੱਚ ਭੇਦ ਕੀ ਹੈ? ਪਾਣੀ ਪੀਂਦੀਆਂ ਨੇ ਬਸ, ਦੋ ਕਤਰੇ ਧਰਤੀ ਤੇ ਡਿੱਗੇ ਉਹ ਪੀ ਲੈਂਦੀਆਂ ਨੇ, ਤੇ ਬਾਜਾਂ ਦਾ ਮੁਕਾਬਲਾ ਚਿੜੀਆਂ? ਅੱਗੋਂ ਕੋਈ ਲੰਘਿਆ ਜਾਂਦਾ ਜਵਾਬ ਦਿੰਦਾ, ਮੁੜ ਕੇ ਭੈੜਿਆ ਪਾਣੀ ਨਾ ਕਹੀ ਇਸ ਨੂੰ, ਪਰ ਪੱਥਰ ਕਿਸੇ ਦੇ ਹੀਰੇ ਨੂੰ ਆਖੀਏ ਨਾ, ਇੱਕੋ ਸਮਝੀਏ ਨਾ ਛੇਰਾਂ ਬਿੱਲੀਆਂ ਨੂੰ, ਚੰਗੀ ਤਰ੍ਹਾਂ ਜੇ ਵੇਖੀਏ ਪਰਖੀਏ ਨਾ, ਬੇਸ਼ੱਕ ਸੱਤ ਸਮੁੰਦਰ ਹੰਘਾਲੇ ਨੇ ਤੂੰ, ਤੈਨੂੰ ਪਤਾ ਹੈ ਸਮੁੰਦਰ ਵਿੱਚ ਖਾਰ ਕੀ ਏ, ਐ ਪਰ ਭੋਲਿਆ ਤੇਰੇ ਜੇ ਆਦਮੀ ਨੂੰ ਇਸ ਆਬੇ ਹਿਆਤ ਦੀ ਸਾਰ ਕੀ, ਇਹਦਾ ਨੀ ਤੈਨੂੰ ਪਤਾ, ਕਤਰਾ ਇਸ ਦਾ ਪਿਆ ਜੇ ਕਲਰਾਂ ਤੇ, ਉੱਥੇ ਖੇਡਾਂ ਬਸੰਤ ਰਚਾਈਆਂ ਨੇ, ਛੋ ਗਿਆ ਜੇ ਡੁੱਬਦਿਆਂ ਪੱਥਰਾਂ ਨੂੰ, ਉਹਨਾਂ ਉੱਠ ਕੇ ਤਾਰੀਆਂ ਲਾਈਆਂ ਨੇ, ਇਹਨੂੰ ਸੁੰਘਿਆ ਆਣ ਜੇ ਗਿੱਦੜਾਂ ਨੇ, ਪੈਰ ਛੇਰਾਂ ਦੇ ਉਹਨਾਂ ਥੜਕਾ ਦਿੱਤੇ, ਓਏ ਧੋਤੀ ਵਾਲਿਆਂ ਬਾਣੀਆਂ ਚੱਖਿਆ ਤਾਂ ਖੰਡੇ ਫੜ ਕੇ ਉਹਨਾਂ ਖੜਕਾ ਦਿੱਤੇ, ਇਹਦੇ ਘੁੱਟ ਵਿੱਚ ਪਤਾ ਨਹੀਂ ਰਾਜ ਕੀ ਏ, ਜਿਹੜਾ ਪੀ ਲੈਂਦਾ ਮੌਤ ਮੰਗਦਾ ਏ, ਇੱਕ ਸੀਸ ਦੀ ਕਿਧਰੇ ਲੋੜ ਪੈ ਜੇ ਸਾਰਾ ਖਾਲਸਾ ਉਧਰੇ ਭੱਜਦਾ ਏ, ਇਹ ਅੰਮ੍ਰਿਤ ਦੀ ਸ਼ਕਤੀ। ਗੁਰਮੁਖੋ, ਬਾਬਾ ਦੀਪ ਸਿੰਘ ਉਸ ਵੇਲੇ ਦਮਦਮਾ ਸਾਹਿਬ ਨੇ ਤੇ ਅਬਦਾਲੀ ਨੂੰ ਕਿਸੇ ਨੇ ਦੱਸਿਆ ਇਹ ਅੰਮ੍ਰਿਤ ਤੋਂ ਸ਼ਕਤੀ ਲੈਂਦੇ ਨੇ, ਅੰਮ੍ਰਿਤਸਰ ਸਰੋਵਰ ਤੋਂ ਸਿੰਘ ਸ਼ਕਤੀ ਲੈਂਦੇ ਨੇ। ਆਖਣ ਲੱਗਾ ਸਰੋਵਰ ਹੀ ਪੂਰ ਦਿਓ, ਜੇ ਸਰੋਵਰ ਨਾ ਰਹੇਗਾ ਤੇ ਕਿੱਥੋਂ ਸ਼ਕਤੀ ਲੈਣਗੇ, ਕਿੱਥੋਂ ਲੜਨਗੇ ਮੇਰੇ ਨਾਲ, ਸਰੋਵਰ ਪੂਰ ਦਿੱਤਾ ਜਾਏ। ਫਿਰ ਹੁਕਮ ਹੋਇਆ ਤਾਮੂਰ ਨੂੰ, ਤੇ ਤਾਮੂਰ ਨੇ ਜਹਾਨ ਖਾਨ ਨੂੰ ਅੰਮ੍ਰਿਤਸਰ ਦਾ ਇੰਚਾਰਜ ਥਾਪਤਾ ਤੇ ਸਰੋਵਰ ਪੂਰ ਦਿੱਤਾ ਗਿਆ ਮਿੱਟੀ ਨਾਲ। ਕਿਸੇ ਨੇ ਬਾਬਾ ਦੀਪ ਸਿੰਘ ਨੂੰ ਦੱਸਿਆ, ਕਹਿੰਦੇ ਬਾਬਾ ਅੰਮ੍ਰਿਤਸਰ ਸਰੋਵਰ ਦੀ ਬੇਅਦਬੀ ਕਰ ਦਿੱਤੀ ਹੈ, ਗੁਰੂ ਰਾਮਦਾਸ ਦੇ ਘਰ ਦਾ ਬੜਾ ਨਿਰਾਦਰ ਕੀਤਾ ਹੈ, ਸਰੋਵਰ ਵਿੱਚ ਮਿੱਟੀ ਪਾ ਦਿੱਤੀ। 75 ਸਾਲ ਦਾ ਬਾਬਾ ਸੀ, 75 ਸਾਲ ਦਾ ਉਹ ਬੜਾ ਚਿਰ ਪਹਿਲਾਂ ਖੰਡਾ ਚੁੱਕਿਆ ਸੀ, ਅੱਜ 75 ਸਾਲ ਦੇ ਬਾਬੇ ਨੇ ਫਿਰ ਖੰਡਾ ਚੁੱਕ ਲਿਆ, 18 ਸੇਰ ਦਾ ਖੰਡਾ ਹੈ ਬਾਬੇ ਦੀਪ ਸਿੰਘ ਦਾ, 75 ਸਾਲ ਦੀ ਉਮਰ ਵਿੱਚ ਖੰਡਾ ਚੁੱਕਿਆ, 8-10 ਸਿੰਘ ਸਨ ਨਾਲ। ਬਾਬਾ ਜੀ ਇੰਨਾ ਹੀ ਆ ਬਸ ਆਪਾਂ, ਉਹ ਕਲਗੀਆਂ ਵਾਲਾ ਨਾਲ ਹੈ, ਸਤਿਗੁਰੂ ਨਾਲ ਹੈ, ਤਾਤੀ ਵਾਹ ਨਾ ਲੱਗੇ ਹੀ ਪਾਰ ਬ੍ਰਹਮ ਸ਼ਰਨਾਈ, ਰੋਜ਼ ਪੜ੍ਹਦੇ ਹਾਂ, ਤਾਤੀ ਵਾਹ ਨਾ ਉਹਨਾਂ ਨੂੰ ਲੱਗਦੀ ਜਿੰਨਾ ਦਾ ਰੱਬ ਆਪ ਹੋ ਗਿਆ, ਤਾਤੀ ਵਾਹ ਨਾ ਉਹਨਾਂ ਨੂੰ ਲੱਗਦੀ ਜਿੰਨਾ ਦਾ ਰੱਬ ਆਪ ਹੋ ਗਿਆ,
ਜਦੋਂ ਮਾਲਵੇ ਦੀ ਧਰਤੀ ਤੋਂ ਤੁਰੇ ਅੱਠ ਸਿੰਘ ਨਾਲ ਸਨ, ਪਰ ਜਦੋਂ ਆਗੂ ਜਥੇਦਾਰ ਤਕੜਾ ਹੋਵੇ, ਬਾਬਾ ਦੀਪ ਸਿੰਘ ਤੁਰੇ, 5000 ਮਾਲਵੇ ਦੇ ਮਲਵਈ ਸਿੰਘਾਂ ਦਾ ਜਥਾ ਬਾਬੇ ਦੇ ਨਾਲ ਤੁਰ ਪਿਆ। ਜਾਣਾ ਮਾਝੇ ਹੈ ਪਰ ਮਾਲਵੇ ਦੇ 5000 ਸਿੰਘ ਨਾਲ ਤੁਰ ਪਏ। ਕਹਿੰਦੇ ਬਾਬਾ ਜੀ ਜੇ ਅਗਵਾਈ ਕਰਨ ਵਾਲੇ ਤੁਸੀਂ ਹੋ ਤੇ ਅਸੀਂ ਤੁਹਾਡੇ ਨਾਲ ਹਾਂ। ਯਾਦ ਰੱਖਣਾ ਗੁਰਮੁਖੋ, ਜਥੇਦਾਰ ਹੋਵੇ ਤਕੜਾ, ਸਿਪਾਹੀ ਬਣਨ ਨੂੰ ਬੜੇ ਤਿਆਰ ਨੇ ਅੱਜ ਵੀ, ਆਗੂ ਹੋਵੇ ਤਕੜਾ। ਕਿਵਾਂ ਕਰਨਾ ਦੁਨੀਆ, ਮੈਂ ਬੇਨਤੀ ਹੈ, ਬਹੁਤ ਸਟੇਜਾਂ ਤੇ ਕਰਦਾ ਤਕਰੀਬਨ ਹਰ ਸਟੇਜ ਤੇ ਹੀ ਕਰਨਾ ਕਿ ਕੌਮ ਵਿੱਚ ਸ਼ੇਰਾਂ ਦੀ ਕਮੀ ਨਹੀਂ, ਅੱਗੇ ਭੇਡਾਂ ਬੱਕਰੀਆਂ ਲੱਗੀਆਂ ਹੋਈਆਂ ਨੇ, ਅੱਗੇ ਭੇਡਾਂ ਨੇ। ਚੜ੍ਹਦੀ ਕਲਾ ਵਾਲੇ ਜਦੋਂ ਸਿੰਘ ਅੱਗੇ ਲੱਗਦੇ ਹੁੰਦੇ ਸਨ ਤੇ ਲੋਕ ਉਹਨਾਂ ਦੇ ਪਿੱਛੇ ਵੀ ਤੁਰਦੇ ਸਨ, ਅੱਜ ਸਾਡੇ ਸਾਰਿਆਂ 'ਚ ਘਾਟਾਂ ਨੇ, ਕਮੀਆਂ ਨੇ। ਇਸੇ ਕਰਕੇ ਸਾਡੀ ਕੋਈ ਪੁੱਛ ਨਹੀਂ, ਸਾਡੀ ਕੋਈ ਪ੍ਰਤੀਤ ਨਹੀਂ, ਸਾਡੀ ਕੋਈ ਕਦਰ ਨਹੀਂ, ਬੇਕਦਰੀ ਸਾਡੇ ਕਰਕੇ ਹੈ। ਇਸੇ ਕਰਕੇ ਸਾਡਾ ਇਹ ਹਾਲ ਹੈ। ਬਾਬਾ ਦੀਪ ਸਿੰਘ ਵਰਗਾ ਸੂਰਮਾ ਅੱਗੇ ਲੱਗਾ, ਪਤਾ ਹੈ ਇਹਨੂੰ ਗੁਰੂ ਗੋਬਿੰਦ ਸਿੰਘ ਦਾ ਥਾਪੜਾ ਮਿਲਿਆ ਹੋਇਆ, ਇਹਨੇ ਮਹਾਰਾਜ ਦੇ ਚਰਨਾਂ 'ਚ ਰਹਿ ਕੇ ਸੇਵਾ ਕੀਤੀ ਹੈ। ਇਹ ਉਹ ਬੰਦਾ ਹੈ, ਇਹ ਉਹ ਸ਼ਖਸ ਹੈ, ਇਹ ਉਹ ਸੂਰਮਾ ਹੈ ਜਿਹਨੇ 12 ਸਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਲਿਖਣ ਲਈ ਕਲਮ ਚਲਾਈ ਹੈ, ਹੱਥ ਲਿਖਤ ਸਰੂਪ ਲਿਖੇ ਨੇ, ਰੋਮ ਰੋਮ ਵਿੱਚ ਇਹਦੇ 'ਚ ਬਾਣੀ ਵੱਸੀ ਹੋਈ ਹੈ। ਇਹਦੇ ਪਿੱਛੇ ਲੱਗਾਂਗੇ, ਘਾਟੇ 'ਚ ਨਹੀਂ ਜਾਵਾਂਗੇ, ਕਿਉਂਕਿ ਮਰ ਮਿਟਣ ਵਾਲਾ ਸੂਰਮਾ ਹੈ। ਲੋਕਾਂ ਨੂੰ ਭਰੋਸਾ ਸੀ ਤੇ 5000 ਸਿੰਘ ਨਾਲ ਤੁਰ ਪਏ। ਤਰਨ ਤਾਰਨ ਸਾਹਿਬ ਦੀ ਧਰਤੀ ਤੇ ਅਰਦਾਸ ਕੀਤੀ ਤੇ ਲੀਕ ਖਿੱਚ ਕੇ ਆਖਿਆ, ਆਜੋ ਜਿਹਨੇ ਨੱਚਣਾ ਖੰਡੇ ਦੀ ਧਾਰ ਤੇ, ਉਹ ਆਇਓ ਜਿਹਨੂੰ ਜਾਨ ਨਹੀਂ ਪਿਆਰੀ ਲੱਗਦੀ। ਜਦੋਂ ਬਾਬਾ ਦੀਪ ਸਿੰਘ ਨੇ ਲੀਕ ਖਿੱਚੀ, ਸਾਰੇ ਹੀ ਟੱਪ ਗਏ, ਸਾਨੂੰ ਜਾਨ ਕਿਸੇ ਨੂੰ ਵੀ ਪਿਆਰੀ ਨਹੀਂ, ਬਾਬਾ ਤੇਰੇ ਨਾਲ ਚੱਲ ਜਿੱਧਰ ਚੱਲਣਾ ਹੈ। ਬੜੇ ਲਖਾਰੀਆਂ ਨੇ ਬਾਬੇ ਦੀਪ ਸਿੰਘ ਦਾ ਇਤਿਹਾਸ ਲਿਖਿਆ, ਕਹਿੰਦੇ ਮੌਤ ਆ ਗਈ ਸਾਹਮਣੇ। ਉਹ ਕਹਿੰਦੀ ਹੈ ਕਿੱਥੇ ਚੱਲਿਆ ਹੈ, ਅੰਮ੍ਰਿਤਸਰ ਆਪਣੇ ਗੁਰੂ ਦੇ ਦਰਸ਼ਨਾਂ ਲਈ ਮੈਂ ਪਹੁੰਚਣ ਨਹੀਂ ਦਿਆਂਗੀ। ਕਹਿੰਦਾ ਮੈਂ ਜਾਣਾ ਜ਼ਰੂਰ ਹੈ, ਅਰਦਾਸ ਕਰ ਦਿੱਤੀ ਹੈ, ਪ੍ਰਣ ਕਰ ਦਿੱਤਾ ਹੈ, ਇਹ ਸਿਰ ਗੁਰੂ ਰਾਮਦਾਸ ਦੇ ਚਰਨਾਂ 'ਚ ਪਹੁੰਚੇਗਾ। ਅੱਜ ਤੱਕ ਕੋਈ ਗਿਆ ਨਾ ਸਿੰਘ ਮੈਨੂੰ ਲਲਕਾਰ ਕੇ, ਅੱਜ ਤੱਕ ਕੋਈ ਗਿਆ ਨਾ ਸਿੰਘ ਮੈਨੂੰ ਲਲਕਾਰ ਕੇ, ਅੱਜ ਤੱਕ ਕੋਈ ਗਿਆ ਨਾ ਸਿੰਘ ਮੈਨੂੰ ਲਲਕਾਰ ਕੇ, ਅੱਜ ਤੱਕ ਕੋਈ ਗਿਆ ਨਾ ਸਿੰਘ ਮੈਨੂੰ ਲਲਕਾਰ ਕੇ,
ਗੱਲ ਸੁਣ ਮੈਨ ਮੇਰਾ ਰਾਹ ਰੋਕੇਗੀ ਜਿਸ ਦੇ ਵੱਲ ਸਤਿਗੁਰ ਉਹਨੂੰ ਕੌਣ ਦਬਾਵੇਗਾ ਜਿਸ ਦੇ ਵੱਲ ਸਤਿਗੁਰ ਉਹਨੂੰ ਉਹ ਕੌਣ ਦਬਾਵੇਗਾ ਜਿਸ ਦੇ ਵੱਲ ਸਤਿਗੁਰ ਮੌਕੇ ਬਾਬਾ ਦੀਪ ਸਿੰਘ ਸਾਹਿਬ ਤੁਰੇ ਤੂੰ ਸਾਡਾ ਰਾਹ ਨਹੀਂ ਰੋਕ ਸਕਦੀ ਗੁਰਮੁਖੋ ਮੈਂ ਬੇਨਤੀ ਅੱਗੇ ਵੀ ਕਰ ਚੁੱਕਿਆ ਜਦੋਂ ਬਾਬਾ ਦੀਪ ਸਿੰਘ ਤੁਰਦੇ ਸੀ 12 ਸਾਲ ਲਿਖੀ ਹੋਈ ਸੇਵਾ ਜਿਹੜੀ ਗੁਰਬਾਣੀ ਲਿਖੀ ਉਹਨਾਂ ਦੇ ਨਾਲ ਕਲਗੀਧਰ ਦਾ ਥਾਪੜਾ ਨਾਲ ਕਲਗੀਧਰ ਦੇ ਚਰਨਾਂ 'ਚ ਰਹਿ ਕੇ ਕੀਤੀ ਸੇਵਾ ਨਾਲ ਬੇਦਾਗ ਜੀਵਨ ਨਾਲ 75 ਸਾਲ ਦਾ ਕੀਤਾ ਜਪ ਤਪ ਜਦੋਂ ਗੁਰਮੁਖ ਤੁਰਦਾ ਉਹਦੇ ਨਾਲ ਇਹ ਸਾਰੇ ਸ਼ੁਭ ਗੁਣ ਤੁਰਦੇ ਨੇ ਅਸੀਂ ਵੇਖਨੇ ਆ ਜਿੱਦਾਂ ਦੇ ਅਸੀਂ ਓਵੇਂ ਦਾ ਬਾਬਾ ਦੀਪ ਸਿੰਘ ਹੋਣਾ ਹੈ ਬਿਨਾਂ ਸਿਰ ਤੋਂ ਕਿਵੇਂ ਲੜਿਆ ਜਾ ਸਕਦਾ ਹੈ ਲੋਕ ਤੇ ਮਿਥਿਹਾਸ ਨੂੰ ਇਤਿਹਾਸ ਬਣਾਈ ਜਾਂਦੇ ਆ ਅਸੀਂ ਆਪਣੇ ਇਤਿਹਾਸ ਨੂੰ ਆਪ ਹੀ ਮਿਥਿਹਾਸ ਬਣਾਈ ਜਾਂਦੇ ਆ ਬਾਬਾ ਦੀਪ ਸਿੰਘ ਸਾਹਿਬ ਵਰਗਾ ਹੋਵੇ ਸੂਰਮਾ ਇਹ ਕਰਨੀ ਕਮਾਈ ਵਾਲੇ ਹੀ ਇਹ ਸੋਚ ਸਕਦੇ ਨੇ ਬੁੱਧੀ ਦੇ ਤਲ ਤੇ ਜਿਉਂ ਕੇ ਅਸੀਂ ਇਹੀ ਕਹਾਂਗੇ ਸਿਰ ਤੋਂ ਧੜ ਤੋਂ ਜੁਦਾ ਹੋ ਜਾਏ ਤੇ ਲੜਿਆ ਨਹੀਂ ਜਾ ਸਕਦਾ ਪਰ ਜੇ ਕਿਤੇ ਆਤਮਦਰਸ਼ੀ ਬਣ ਕੇ ਵੇਖੀਏ ਬੰਦਗੀ ਕਰਕੇ ਚੌਂਕੜਾ ਮਾਰ ਕੇ ਘੰਟਾ ਬਹਿ ਕੇ ਵੇਖੀਏ ਤੇ ਫਿਰ ਪਤਾ ਲੱਗੇਗਾ ਕਿ ਇੰਨੀ ਤਾਕਤ ਵੀ ਸਿੱਖ 'ਚ ਆ ਜਾਂਦੀ ਹੈ ਬਿਨਾਂ ਸਿਰ ਤੋਂ ਵੀ ਲੜ ਸਕਦਾ ਹੈ ਤੇ ਇੱਦਾਂ ਵੇਖਾਂਗੇ ਤੇ ਗੁਰਮੁਖੋ ਬਾਬਾ ਦੀਪ ਸਿੰਘ ਸਾਹਿਬ ਚੱਲਦੇ ਚੱਲਦੇ ਫਿਰ ਗਏ ਗੋਲਵੜ ਪਿੰਡ ਦੇ ਕੋਲ ਮੁਕਾਬਲਾ ਹੋ ਗਿਆ ਬਹੁਤ ਘਮਸਾਨ ਦਾ ਉੱਥੇ ਜੰਗ ਹੋਇਆ ਲੋਹੇ ਤੇ ਲੋਹਾ ਵੱਜਣ ਦੀਆਂ ਆਵਾਜ਼ਾਂ ਆਉਂਦੀਆਂ ਨੇ ਤਾੜ ਤਾੜ ਗੋਲੀਆਂ ਚੱਲਦੀਆਂ ਤੇ ਗੁਰਮੁਖੋ ਉੱਥੇ ਕਾਫੀ ਸਮਾਂ ਇੱਦਾਂ ਜੰਗ ਹੁੰਦਾ ਰਿਹਾ ਜਹਾਨ ਖਾਨ ਦੇ ਨਾਲ ਜਮਾਲ ਸ਼ਾਹ ਇੱਕ ਸੂਰਮਾ ਬੜਾ ਤਕੜਾ 35 ਸਾਲ ਦਾ ਬਾਬੇ ਦੀਪ ਸਿੰਘ ਦੇ ਸਾਹਮਣੇ ਆ ਖਲੋਤਾ ਕਹਿੰਦਾ ਬਾਬਾ ਤੂੰ ਇਹਨਾਂ ਦਾ ਜਥੇਦਾਰ ਤੂੰ ਲੈ ਕੇ ਆਇਆ ਫੌਜ ਚੜਾ ਕੇ ਇੱਧਰ 30,000 ਫੌਜ ਇਹ ਥੋੜੇ ਬੜੇ ਨੇ ਕਹਿਣ ਲੱਗੇ ਥੋੜੇ ਨੇ ਪਰ ਤੁਹਾਡੇ ਤੇ ਭਾਰੂ ਪੈ ਰਹੇ ਨੇ ਵੇਖ ਇੱਕ ਪਾਸੇ ਤਨਖਾਹੀਏ ਲੜਦੇ ਨੇ ਇੱਕ ਪਾਸੇ ਪਿਆਰ ਵਾਲੇ ਲੜਦੇ ਨੇ ਮੈਂ ਅੱਗੇ ਵੀ ਅਰਜ਼ ਕਰਦਾ ਹੁੰਦਾ ਉਹ ਲੜਦੇ ਸਨ ਸਾਨੂੰ ਜਾਗੀਰਾਂ ਮਿਲ ਮੁਗਲ ਲੜਦੇ ਸਨ ਸਾਨੂੰ ਮਾਇਆ ਮਿਲੇ ਸਾਨੂੰ ਇਨਾਮ ਮਿਲ ਸਾਨੂੰ ਚੰਗੇ ਘਰ ਮਿਲ
ਪਰ ਗੁਰੂ ਕੇ ਲਾਲ ਤੇ ਲੜਦੇ ਹੀ ਮਰਨ ਵਾਸਤੇ ਸਨ, ਤੇ ਜਿਹੜਾ ਬੰਦਾ ਲੜੇਗਾ ਹੀ ਮਰਨ ਵਾਸਤੇ ਉਹਨੂੰ ਹਰਾਓਗੇ ਕਿਵੇਂ? ਜਿਹੜਾ ਤੁਹਾਡੇ ਘਰ ਮਰਨ ਲਈ ਹੀ ਆ ਜਾਏ ਉਹਨੂੰ ਹਰਾ ਹੀ ਨਹੀਂ ਸਕਦਾ ਕੋਈ। ਜਿਹੜਾ ਲੜੇ ਹੀ ਮਰਨ ਲਈ ਕਲਗੀ ਧਰ ਦੇ ਦੁਲਾਰੇ ਤੇ ਜੰਗ ਚ ਵੜਦੇ ਹੀ ਇਹ ਸੋਚ ਕੇ ਸਨ ਵੀ ਅਸੀਂ ਮੁੜ ਕੇ ਨਹੀਂ ਆਉਣਾ, ਕਿਹੜੀਆਂ ਜਗੀਰਾਂ, ਉਹ ਤੇ ਲੜਦੇ ਹੀ ਇਸ ਵਾਸਤੇ ਸਨ ਵੀ ਅੱਜ ਮਰ ਮਿਟਣਾ ਹੈ, ਅੱਜ ਜਾਨ ਵਾਰ ਦੇਣੀ। ਗੁਰੂ ਹਰਗੋਬਿੰਦ ਸਾਹਿਬ ਵੇਲੇ ਲਾਲਾ ਬੇਗ ਚੜ੍ਹਾਈ ਕਰਕੇ ਆਇਆ ਤੇ ਸਿੰਘ ਸਾਰੇ ਆਲੇ ਦੁਆਲੇ ਗੁਰਸਿੱਖ ਸ਼ਹੀਦ ਹੁੰਦੇ ਨੇ ਤੇ ਛੇਵੇਂ ਪਾਤਸ਼ਾਹ ਗਏ ਗੁਰਮੁਖਾਂ ਗੁਰਸਿੱਖਾਂ ਕੋਲ, ਕਹਿੰਦੇ ਉਹ ਗੁਰਸਿੱਖੋ ਮਰਦੇ ਮਰਦੇ ਸ਼ਹੀਦ ਹੁੰਦੇ, ਜਾਨ ਨਿਕਲਦੀ ਜਾਨ ਲਵਾਂ ਤੇ ਹੈ, ਇੱਛਾ ਦੱਸ ਦਿਓ। ਕਹਿਣ ਲੱਗੇ ਮਹਾਰਾਜ, ਮਹਾਰਾਜ ਕਹਿੰਦੇ ਸੱਚਖੰਡ ਦੇ ਵਾਸੀ ਬਣਨ ਲੱਗੇ ਹੋ? ਕਹਿੰਦੇ ਨਾ ਮਹਾਰਾਜ, ਫੇਰ ਵੀ ਬੁਲਾਇਓ ਸਾਨੂੰ, ਇੱਥੇ ਹੀ ਨਾ ਨਵੇੜਾ ਕਰੋ, ਸਾਡੀ ਬੇਨਤੀ ਹੈ। ਸਾਨੂੰ ਪਤਾ ਹੈ ਤੁਸੀਂ 10 ਸਰੂਪ ਧਾਰਨੇ ਨੇ, ਫੇਰ ਵੀ ਆਓਗੇ, ਸਾਨੂੰ ਪਤਾ ਹੈ। ਪਰ ਗੁਰਸਿੱਖ ਕਹਿੰਦੇ ਨੇ ਸੱਚੇ ਪਾਤਸ਼ਾਹ ਸਾਡੀ ਬੇਨਤੀ ਹੈ, ਬੇਨਤੀ ਪ੍ਰਵਾਨ ਕਰਿਓ, ਜਦ ਵੀ ਤੁਸੀਂ ਆਵੋਗੇ ਸਾਨੂੰ ਵੀ ਨਾਲ ਲੈ ਆਇਓ, ਜਦ ਵੀ ਤੁਸੀਂ ਆਵੋਗੇ ਸਾਨੂੰ ਵੀ ਨਾਲ ਲੈ ਆਇਓ, ਜਦ ਵੀ ਤੁਸੀਂ ਆਵੋਗੇ ਸਾਨੂੰ ਵੀ ਨਾਲ ਲੈ ਆਇਓ, ਜਦ ਵੀ ਤੁਸੀਂ ਆਵੋਗੇ ਸਾਨੂੰ ਵੀ ਨਾਲ ਲੈ ਸਾਡੀ, ਜਦ ਵੀ ਤੁਸੀਂ ਆਵੋਗੇ ਸਾਨੂੰ ਵੀ ਨਾਲ ਲਿਆਉਣਾ, ਸਾਹਮਣੇ ਤੁਸੀਂ ਤੱਕਦੇ ਹੋਵੋ ਪੈ ਜੇ ਸ਼ਹੀਦ ਹੋਣਾ, ਸਾਹਮਣੇ ਤੁਸੀਂ ਤੱਕਦੇ ਹੋਵੋ ਪੈ ਜੇ ਸ਼ਹੀਦ ਹੋਣਾ, ਸਾਹਮਣੇ ਤੁਸੀਂ ਤੱਕਦੇ ਹੋਵੋ ਪੈ ਜੇ ਸ਼ਹੀਦ, ਬਾਰ ਬਾਰ ਆਈਏ
ਤੁਸੀਂ ਆਈ ਵਾਰੀ ਵੇਖੋ ਅਸੀਂ ਹਰ ਵਾਰ ਤੁਹਾਡੀਆਂ ਅੱਖਾਂ ਸਾਹਮਣੇ ਸ਼ਹੀਦੀਆਂ ਪਾਈਏ। ਸਾਡੀ ਇਹੀ ਬੇਨਤੀ, ਅਸੀਂ ਹੋਰ ਕੁਛ ਨਹੀਂ ਮੰਗਦੇ, ਅਸੀਂ ਹੋਰ ਕੁਛ ਨਹੀਂ ਮੰਗਦੇ, ਸਾਡੀ ਇਹੋ ਬੇਨਤੀ ਹੈ। ਤੇ ਗੁਰਮੁਖੋ, ਬਾਬਾ ਦੀਪ ਸਿੰਘ ਸਾਹਿਬ ਨੂੰ ਆਖਿਆ, ਉਹ ਪਿਆਰ ਵਾਲੇ ਲੜਦੇ ਨੇ ਇੱਕ ਪਾਸੇ, ਤਨਖਾਹੀਏ ਲੜਦੇ ਨੇ, ਉਹ ਤੇ ਲੜਦੇ ਹੀ ਸਿੱਖ ਤੇ ਮਰਨ ਵਾਸਤੇ ਸਨ। ਤੇ ਬਾਬਾ ਦੀਪ ਸਿੰਘ ਸਾਹਿਬ ਨੂੰ ਕਹਿੰਦਾ, ਤੁਸੀਂ ਸੂਰਮੇ ਹੋ, ਜਥੇਦਾਰ ਹੋ, ਆਪਾਂ ਹੀ ਆਪਸ ਚ ਫੈਸਲਾ ਕਰ ਲੈਂਦੇ ਹਾਂ, ਲੈ ਵੇਖਦੇ ਹਾਂ ਦੋ ਹੱਥ ਕਰਕੇ ਇੰਨੇ ਕਿਉਂ ਮਰਵਾਣੇ ਨੇ। ਬਾਬਾ ਦੀਪ ਸਿੰਘ ਨੇ 75 ਸਾਲ ਦੀ ਉਮਰ ਵਿੱਚ 18 ਸੇਰ ਦਾ ਖੰਡਾ ਚੁੱਕਿਆ, ਉਹ 35 ਸਾਲ ਦਾ ਸੀ। ਸੂਰਮਾ ਉਹ ਵੀ ਬੜਾ ਤਕੜਾ ਸੀ, ਪਰ 35 ਤੇ 75 ਦਾ ਮੇਲ ਕੋਈ ਨਹੀਂ। 75 ਸਾਲ ਦੇ ਬਾਬੇ ਨੇ ਕਲਗੀ ਧਰਜੀ ਤੇ ਚਰਨਾਂ 'ਚ ਕਰਕੇ ਅਰਦਾਸ, ਫਿਰ ਖੰਡਾ ਫੜਿਆ। ਬੜਾ ਚਿਰ ਆਪਸ ਵਿੱਚ ਭਿੜਦੇ ਰਹੇ, ਘੋੜਿਆਂ ਤੋਂ ਵੀ ਥੱਲੇ ਡਿੱਗ ਗਏ, ਘੋੜੇ ਵੀ ਜ਼ਖਮੀ ਹੋ ਗਏ। ਕਾਫੀ ਸਮਾਂ ਲੜਨ ਤੋਂ ਬਾਅਦ ਦੋਵਾਂ ਨੇ ਭਰਵੇਂ ਵਾਰ ਕੀਤੇ, ਸਿਰ ਧੜਾਂ ਤੋਂ ਜੁਦਾ ਹੋ ਗਏ। ਜਮਾਲ ਸ਼ਾਹ ਦਾ ਸਿਰ ਧਰਤੀ ਤੇ ਡਿੱਗਿਆ, ਥੋੜਾ ਚਿਰ ਕੰਬ ਕੇ ਉਹਦਾ ਸਰੀਰ ਠੰਡਾ ਹੋ ਗਿਆ, ਤੇ ਬਾਬਾ ਦੀਪ ਸਿੰਘ ਸਾਹਿਬ ਦਾ ਸਰੀਰ ਡਿੱਗਣ ਲੱਗਾ। ਧੜ ਦੇ ਧੜ ਖਲੋਤਾ, ਅਜੇ ਸਿਰ ਡਿੱਗਿਆ, ਤੇ ਇੱਕ ਸਿੰਘ ਬੋਲਿਆ, ਬਾਬਾ ਜੀ ਰਾਹ 'ਚ ਹੀ ਰਹਿ ਗਏ ਆਪਾਂ, ਤੇ ਤੁਸੀਂ ਤੇ ਕਿਹਾ ਸੀ ਅੰਮ੍ਰਿਤਸਰ ਪਹੁੰਚਾਂਗੇ, ਗੁਰੂ ਰਾਮਦਾਸ ਦੇ ਚਰਨਾਂ 'ਚ ਮੇਰਾ ਸਿਰ ਜਾਏਗਾ, ਆਪਾਂ ਤੇ ਰਾਹ 'ਚ ਹੀ ਰਹਿ ਗਏ। ਕਹਿੰਦੇ ਨੇ ਐਸੀ ਖੇਡ ਵਰਤੀ ਸੀ ਕਿ ਸੱਜੇ ਹੱਥ ਨਾਲ ਬਾਬਾ ਦੀਪ ਸਿੰਘ ਨੇ ਆਪਣਾ ਸਿਰ ਚੁੱਕ ਕੇ ਖੱਬੀ ਤਲੀ ਤੇ ਟਿਕਾਇਆ, ਸੱਜੇ ਹੱਥ ਵਿੱਚ ਖੰਡਾ ਫੜ ਕੇ ਫਿਰ ਵੀ ਅੱਗੇ ਨੂੰ ਵੱਧਦਾ ਜਾਂਦਾ ਹੈ। ਉਹ ਕਹਿੰਦੇ, ਓਏ ਜਿਉਂਦਿਆਂ ਨਾਲ ਤੇ ਲੜਿਆ ਜਾ ਸਕਦਾ ਹੈ, ਇਹ ਤੇ ਮਰ ਕੇ ਵੀ ਲੜਦੇ ਨੇ, ਇਹਨਾਂ ਦਾ ਮੁਕਾਬਲਾ ਕੌਣ ਕਰੇ। ਮੌਤ ਗੁਰੂ ਕੇ ਸਿੰਘਾਂ ਨੇ ਡਰਾਈ, ਕਿਸੇ ਕੋਲ ਹੋਰ ਨਾ ਡਰੀ, ਗੁਰੂ ਕੇ ਸਿੰਘਾਂ ਨੇ ਡਰਾਈ, ਕਿਸੇ ਕੋਲ ਭਾਈ ਤਾਰੂ ਸਿੰਘ 22 ਦਿਨ ਖੋਪੜ ਲਾਉਣ ਤੋਂ ਬਿਨਾਂ ਜਿਉਂਦਾ ਰਿਹਾ ਸੀ। ਰਾਮਗੜੀਏ ਤੇ ਹੱਥ ਜੋੜ ਕੇ ਖਲੋ ਗਏ, ਭਾਈ ਤਾਰੂ ਸਿੰਘ ਜੀ ਤੁਹਾਡੀ ਖੋਪੜੀ ਲੈ ਗਈ ਆ, ਸਾਥੋਂ ਵੇਖਿਆ ਨਹੀਂ ਜਾਂਦਾ, ਸਰੀਰ ਛੱਡ ਦਿਓ। ਭਾਈ ਸਾਹਿਬ ਕਹਿੰਦੇ ਨੇ, ਮੈਂ ਨਹੀਂ ਅਜੇ ਜਾਣਾ। ਕਿਉਂ? ਕਹਿੰਦੇ ਜਕਰੀਏ ਨੂੰ ਅੱਗੇ ਲਾ ਕੇ ਲੈ ਕੇ ਜਾਣਾ, ਜਕਰੀਏ ਨੂੰ। 22 ਦਿਨ ਜਕਰੀਆ ਜਿਉਂਦਾ ਰਿਹਾ, ਭਾਈ ਸਭ ਜਿਉਂਦੇ ਰਹੇ। 22 ਦਿਨਾਂ ਬਾਅਦ ਆ ਕੇ ਕਹਿੰਦੇ ਨੇ, ਜੁੱਤੀਆਂ ਖਾਂਦਾ ਜਕਰੀਆ ਮਰ ਗਿਆ। ਤੇ ਭਾਈ ਤਾਰੂ ਸਿੰਘ ਕਹਿੰਦੇ, ਚੰਗਾ ਫਿਰ ਸੰਗਤ ਜੀ, ਮੇਰੀ ਵੀ ਫਤਿਹ ਹੈ। ਵਾਹਿਗੁਰੂ ਜੀ ਕਾ, ਵਾਹਿਗੁਰੂ ਜੀ ਕੀ ਫਤਿਹ, ਸਾਡੀ ਵੀ ਫਤਿਹ।
ਦੇਖੋ ਪਿਆਰਿਓ ਮੌਤ ਵੀ ਡਰੀ ਕੱਟੀ ਮੌਤ ਦੀ ਸਿੰਘਾਂ ਨੇ ਅੜਬਾਈ ਪਿਆਰ ਵਾਲੇ ਗੁਰਸਿੱਖ ਐਵੇਂ ਨਹੀਂ ਕਹੀਦਾ ਧੰਨ ਗੁਰੂ ਪਿਆਰ ਗੁਰੂ ਵੀ ਧੰਨ ਇਹ ਐਸਾ ਦਰ ਹੈ ਲੋਕ ਮਾਇਆ ਲੈ ਕੇ ਆਏ ਭੇਟ ਕਰਨ ਲਈ ਦੇਗਾ ਭੇਟ ਕਰਨ ਲਈ ਆਏ ਰੁਮਾਲੇ ਭੇਟ ਕਰਨ ਲਈ ਆਏ ਜ਼ਮੀਨਾਂ ਭੇਟ ਕਰਨ ਲਈ ਆਏ ਸੋਨਾ ਭੇਟ ਕਰਨ ਲਈ ਆਏ ਇੱਥੇ ਇਹੋ ਜਿਹੇ ਗੁਰਸਿੱਖ ਵੀ ਆਏ ਜਿਹੜੇ ਸੀਸ ਭੇਟ ਕਰਨ ਲਈ ਵੀ ਆਏ ਇਹ ਐਸਾ ਦਰ ਹੈ ਬਾਬਾ ਦੀਪ ਸਿੰਘ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ 'ਚ ਜਾ ਕੇ ਕਹਿੰਦੇ ਨੇ ਧੰਨ ਗੁਰੂ ਰਾਮਦਾਸ ਕੋਈ ਕੁਛ ਕੋਈ ਕੁਛ ਕੋਈ ਕੁਛ ਭੇਟਾ ਲੈ ਕੇ ਆਉਂਦਾ ਹੈ ਦਾਸ ਤੁਹਾਡੇ ਚਰਨਾਂ 'ਚ ਸੀਸ ਭੇਟਾ ਕਰਨ ਲਈ ਆਇਆ ਉੱਥੇ ਸੀਸ ਰੱਖ ਕੇ ਠੰਡਾ ਹੋ ਗਿਆ ਸਰੀਰ ਫਿਰ ਉੱਥੇ ਸਾਧ ਸੰਗਤ ਗੁਰਦੁਆਰਾ ਸਿੰਘ ਸ਼ਹੀਦਾਂ ਜਿੱਥੇ ਬਾਬਾ ਦੀਪ ਸਿੰਘ ਦਾ ਅੰਤਮ ਸੰਸਕਾਰ ਕੀਤਾ ਗਿਆ ਸੀਸ ਜਿੱਥੇ ਡਿੱਗਿਆ ਉੱਥੇ ਵੀ ਜਗ੍ਹਾ ਹੈ ਪਰ ਕਰਮਾਂ ਵਿੱਚ ਸੰਗਤ ਲੰਘਣ ਲੱਗੀ ਉੱਥੇ ਫਤਿਹ ਬੁਲਾ ਕੇ ਲੰਘਦੀ ਹੈ ਬਾਬਾ ਦੀਪ ਸਿੰਘ ਪਰਕਰਮਾ ਚ ਵੀ ਪਹਿਰਾ ਦੇ ਰਿਹਾ
ਤੇ ਅੱਜ ਉਹ ਸਥਾਨ ਦੇ ਉੱਤੇ ਵੇਖੋ ਤਿਲ ਸੁੱਟਣ ਨੂੰ ਥਾਂ ਨਹੀਂ ਹੁੰਦੀ, ਇੰਨੀ ਸੰਗਤ ਬਾਬਾ ਦੀਪ ਸਿੰਘ ਦੀ ਯਾਦ ਵਿੱਚ ਜੁੜਦੀ ਹੈ। ਗੁਰੂ ਰਾਮਦਾਸ ਕਹਿੰਦੇ ਨੇ ਉਹ ਪਿਆਰਿਆ ਜੇ ਤੂੰ ਮੇਰੇ ਵਾਸਤੇ ਜਾਨ ਵਾਰਨ ਲਈ ਆਇਆ, ਜੇ ਮੇਰੇ ਦਰ ਤੇ ਤਿਲ ਸੁੱਟਣ ਨੂੰ ਥਾਂ ਨਹੀਂ ਤੇ ਥਾਂ ਤੇਰੇ ਦਰਬਾਰ ਵਿੱਚ ਵੀ ਨਹੀਂ ਰਹੇਗੀ। ਉਹਦੇ ਦਰਬਾਰ 'ਚ ਜਾ ਕੇ ਵੇਖੋ, ਕਦੇ ਗੁਰਦੁਆਰਾ ਸਿੰਘ ਸ਼ਹੀਦਾਂ ਵੇਖੋ, ਉੱਥੇ ਵੀ ਸਵੇਰੇ ਇੰਨੀ ਸੰਗਤ ਹੁੰਦੀ ਹੈ ਕਿ ਤਿਲ ਸੁੱਟਣ ਨੂੰ ਥਾਂ ਨਹੀਂ। ਧੰਨ ਗੁਰੂ ਹੈ, ਧੰਨ ਗੁਰੂ ਕੇ ਪਿਆਰ ਵਾਲੇ ਸਿੱਖ ਨੇ, ਅਸੀਂ ਤੇ ਕਿਸੇ ਗਿਣਤੀ 'ਚ ਨਹੀਂ ਆਪਣੇ ਆਪ ਨੂੰ। ਅਸੀਂ ਹਾਂ ਅਸੀਂ ਸਿੱਖ ਕੌਮ 'ਚ ਹਾਂ, ਪਰ ਨਾ ਸਿੱਖੀ, ਨਾ ਰਹਿਤ, ਨਾ ਕੋਈ ਸਿਧਾਂਤ, ਨਾ ਕੋਈ ਅਸੂਲ, ਸਾਡੇ ਪੱਲੇ ਕੱਖ ਨਹੀਂ। ਆਓ ਗੁਰਮੁਖੋ, ਤਲੀਆਂ ਉੱਤੇ ਸਿਰ ਰੱਖੇ ਬਾਬੇ ਦੀਪ ਸਿੰਘ ਹੋਣਾ ਨੇ, ਵੱਡੀਆਂ ਕਮਾਈਆਂ ਦੇ ਮਾਲਕ ਸਨ, ਅਸੀਂ ਤਲੀਆਂ ਤੇ ਸਿਰ ਕੀ ਰੱਖਣੇ ਨੇ। ਤਲੀਆਂ ਦਾ ਬੁੱਕ ਬਣਾ ਕੇ ਪੰਜਾਂ ਪਿਆਰਿਆਂ ਕੋਲੋਂ ਅੰਮ੍ਰਿਤੀ ਲੈ ਲਈਏ, ਇਹੀ ਬੜੀ ਵੱਡੀ ਗੱਲ ਹੋਏਗੀ। ਇਹੀ ਬੜੀ ਵੱਡੀ ਦਾਤ ਹੈ ਕਿ ਅਸੀਂ ਅੰਮ੍ਰਿਤ ਛਕਣ ਨੂੰ ਹੀ ਮਨ ਬਣਾ ਲਈਏ, ਤਿਆਰ ਬਰ ਤਿਆਰ ਹੋਈਏ। ਭਾਈ ਮਨੀ ਸਿੰਘ ਦੇ, ਬਾਬਾ ਦੀਪ ਸਿੰਘ ਦੇ, ਬਾਬਾ ਬੰਦਾ ਸਿੰਘ ਬਹਾਦਰ ਦੇ ਵਾਰਸ ਬਣੋ ਗੁਰਮੁਖੋ, ਸੱਚੇ ਪਾਤਸ਼ਾਹ ਜੀ ਦੇ ਦਿੱਤੇ ਹੋਏ ਉੱਚੇ ਸੁੱਚੇ ਸਿਧਾਂਤਾਂ ਨੂੰ ਆਪਣੇ ਜੀਵਨ ਵਿੱਚ ਲਾਗੂ ਕਰੀਏ, ਤਾਂ ਗੱਲ ਬਣੇਗੀ। ਬਹੁਤ ਅਜੋਕੇ ਸਮੇਂ ਅੰਦਰ ਸ਼ਰਧਾਹੀਣ ਗੱਲਾਂ ਕੀਤੀਆਂ ਜਾਂਦੀਆਂ ਨੇ, ਸ਼ੰਕਾਵਾਦੀ ਲੋਕ ਖੁਦ ਵੀ ਅਸ਼ਾਂਤ ਨੇ ਤੇ ਸ਼ੰਕੇ ਕਰ ਕਰਕੇ ਦੂਸਰਿਆਂ ਦੇ ਮਨ ਨੂੰ ਵੀ ਸ਼ੰਕਾਵਾਦੀ ਬਣਾ ਦਿੰਦੇ ਆ, ਅਸ਼ਾਂਤ ਕਰ ਦਿੰਦੇ ਆ। ਜੁੜੋ ਗੁਰੂ ਗ੍ਰੰਥ ਸਾਹਿਬ ਨਾਲ, ਸ਼ਰਧਾ ਬਣਾਓ, ਭਾਵਨਾ ਬਣਾਓ। ਸ਼ਰਧਾ ਨਾ ਤੋੜ ਬੈਠੀ, ਬੇੜਾ ਨਾ ਰੋੜ ਬੈਠੀ। ਸ਼ਰਧਾ ਨਹੀਂ ਟੁੱਟਣ ਦੇਣੀ ਕਦੀ ਵੀ, ਭਾਵਨਾ ਸਾਡੀ ਗੁਰੂ ਗ੍ਰੰਥ ਸਾਹਿਬ ਤੇ ਬਣੀ ਰਹੇ। ਧੰਨ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਮੜੀਆਂ ਮਸਾਣੀਆਂ ਤੇ ਨਹੀਂ ਪੂਜਣਾ, ਥਾਂ ਥਾਂ ਤੇ ਸਿਰ ਨਹੀਂ ਝੁਕਾਉਣਾ, ਧਾਗੇ ਤਵੀਤਾਂ ਵਹਿਮਾਂ ਭਰਮਾਂ 'ਚ ਨਹੀਂ ਪੈਣਾ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣਾ। ਗੁਰਮੁਖੋ, ਜਿੰਨਾ ਚਿਰ ਗੁਰੂ ਸਾਹਿਬ ਇੱਥੇ ਨੇ ਉਹਨਾਂ ਚਿਰ ਉੱਠ ਕੇ ਨਹੀਂ ਜਾਣਾ ਕਿਸੇ, ਇਹ ਜ਼ਰੂਰੀ ਜ਼ਰੂਰੀ ਆਪ ਜੀ ਦੇ ਚਰਨਾਂ 'ਚ ਬੇਨਤੀ। ਸਤਿਗੁਰੂ ਜੀ ਦਾ ਅਦਬ ਮੁੱਖ ਰੱਖਿਓ ਭਾਈ ਸੰਗਤੇ, ਪਿਆਰ ਨਾਲ ਇਸੇ ਤਰ੍ਹਾਂ ਸਜੇ ਰਹਿਣਾ ਹੈ, ਜਾਣਾ ਨਹੀਂ ਕਿਸੇ ਨੇ ਉੱਠ ਕੇ। ਸਤਿਗੁਰੂ ਜੀ ਜਾਣਗੇ, ਬਾਅਦ ਵਿੱਚ ਸਾਰਿਆਂ ਨੇ ਆਪੋ ਆਪਣੇ ਘਰਾਂ ਨੂੰ ਚਾਲੇ ਪਾਉਣੇ, ਜਿੱਥੇ ਇੰਨਾ ਚਿਰ ਬੈਠੇ ਹੋ ਉੱਥੇ ਕਾਹਲ ਨਾ ਕਰਿਓ। ਸੱਚੇ ਪਾਤਸ਼ਾਹ ਨੇ ਮਿਹਰ ਕੀਤੀ, ਅੱਗੇ ਵੀ ਦੋ ਵਾਰੀ ਇੱਥੇ ਦੀਵਾਨ ਲੱਗੇ, ਮੇਰਾ ਖਿਆਲ ਹੈ ਤੀਸਰੀ ਵਾਰੀ ਇਸ ਵਾਰੀ ਦੀਵਾਨ ਲੱਗੇ ਸਨ, ਤੇ ਆਉਣ ਵਾਲੇ ਸਮੇਂ 'ਚ ਵੀ ਸੰਗਤ ਵੱਲੋਂ ਹੁਕਮ ਹੈ, ਕੋਸ਼ਿਸ਼ ਕਰਾਂਗੇ ਅਗਲੇ ਸਾਲ, ਕਿਉਂਕਿ ਐਦਕੀ ਤੇ ਸਮਾਂ ਨਹੀਂ ਸੀ, ਇਹ ਬਾਹਰ ਦੇ ਪ੍ਰੋਗਰਾਮ ਸਨ। 15-20 ਦਿਨ ਪਹਿਲਾਂ ਹੀ ਇਹਨਾਂ ਨੂੰ ਅਸੀਂ ਸੁਨੇਹਾ ਦਿੱਤਾ ਕਿ ਦੀਵਾਨ ਬਾਹਰ ਦੇ ਰੱਦ ਕੀਤਾ, ਟੂਰ ਇੱਕ 20 ਦਿਨ ਦਾ ਪ੍ਰੋਗਰਾਮ ਸੀ, ਜੇ ਤੁਸੀਂ ਤਿਆਰੀ ਕਰ ਸਕਦੇ ਹੋ ਤੇ ਦੀਵਾਨ ਲੈ ਲਓ। ਇਹਨਾਂ ਨੇ ਫਿਰ ਟਾਈਮ ਤੇ ਹੀ 15 ਦਿਨਾਂ ਵਿੱਚ ਸਾਰੀ ਤਿਆਰੀ ਕਰ ਲਈ, ਨਹੀਂ ਤੇ ਇਹ ਦੀਵਾਨ ਅਗਲੇ ਸਾਲ ਮਿਲਣੇ ਸਨ। ਕੁਦਰਤੀ ਗੁਰੂ ਸਾਹਿਬ ਨੇ ਮਿਹਰ ਕਰਕੇ ਸਮਾਂ ਬਖਸ਼ ਦਿੱਤਾ। 16, 17, 18 ਨਵੰਬਰ ਨਵੰਬਰ ਮਹੀਨਾ, ਅਗਲੇ ਮਹੀਨੇ 16, 17, 18 ਨਵੰਬਰ ਨੂੰ ਕੌਂਕੇ ਕਲਾਂ ਨਗਰ ਦੇ ਵਿੱਚ, ਨਾਨਕ ਸਰ ਕਲੇਰਾਂ ਦੇ ਨੇੜੇ, ਇਹ ਅਸਥਾਨ ਦੇ ਕੋਲ ਹੀ ਕੌਂਕੇ ਕਲਾਂ ਪਿੰਡ ਹੈ, 16, 17, 18 ਨਵੰਬਰ ਦੇ ਉੱਥੇ ਦੀਵਾਨ ਹੋਣਗੇ, ਆਪ ਜੀ ਨੇ ਲਾਹਾ ਪ੍ਰਾਪਤ ਕਰਨਾ। ਮੈਂ ਚਾਹੁੰਦਾ ਆਨੰਦ ਸਾਹਿਬ ਪੜ੍ਹਨ ਤੋਂ ਪਹਿਲਾਂ ਆਪਾਂ ਰੋਜ਼ ਵਾਂਗ 5 ਮਿੰਟ ਸਿਮਰਨ ਦੀ ਹਾਜ਼ਰੀ ਭਰੀਏ। ਮੇਰੀ ਮਜਬੂਰੀ ਹੈ, ਮੈਂ ਸੱਚੀ ਦੱਸਣਾ, ਮੇਰਾ ਇੰਨੀ ਉੱਚੀ ਬੋਲਣ ਨੂੰ ਜੀ ਨਹੀਂ ਕਰਦਾ, ਪਰ ਕੱਠ ਇੰਨਾ ਜ਼ਿਆਦਾ ਹੁੰਦਾ ਹੈ ਕਿ ਆਪੇ ਤੋਂ ਵੀ ਵੱਧ ਕੇ ਬੋਲਣਾ ਪੈਂਦਾ। ਮੇਰਾ ਮਨ ਕਰਦਾ ਕਿ ਸ਼ਾਂਤ ਸ਼ਾਂਤ ਰਹਿ ਕੇ ਬੇਨਤੀ ਕਰਾਂ ਮੈਂ ਜੋ ਕਰਨੀ ਹੈ, ਪਰ ਮੇਰੀ ਮਜਬੂਰੀ ਹੈ ਵੀ ਇੰਨਾ ਜ਼ਿਆਦਾ ਰਸ਼ ਹੋਣ ਕਰਕੇ ਸੰਗਤ ਨੂੰ ਟਿਕਾਉਣ ਲਈ
ਉੱਚੀ ਸਮਝਣ ਵਾਸਤੇ ਮੈਨੂੰ ਜ਼ਿਆਦਾ ਜ਼ੋਰ ਲਾ ਕੇ ਬੋਲਣਾ ਪੈਂਦਾ ਹੈ, ਨਹੀਂ ਤੇ ਮੈਂ ਸੱਚ ਹੈ ਮਰ ਦੀ ਹਜ਼ੂਰੀ 'ਚ ਕਹਿੰਦਾ ਕਿ ਮੇਰਾ ਮਨ ਕਰਦਾ ਹੁੰਦਾ ਹੌਲੀ ਹੌਲੀ ਟਕਾ ਨਾਲ ਗੱਲ ਕੀਤੀ ਜਾਏ, ਪਰ ਇਹ ਮੇਰੀ ਮਜਬੂਰੀ ਹੈ, ਜ਼ਿਆਦਾ ਸੰਗਤ ਦਾ ਇਕੱਠ ਹੋਣ ਕਰਕੇ ਜ਼ਰਾ ਜੋਸ਼ ਨਾਲ ਬੇਨਤੀ ਕਰਨੀ ਪੈਂਦੀ ਹੈ ਆਪ ਜੀ ਦੇ ਚਰਨਾਂ 'ਚ। ਆਓ ਥੋੜ੍ਹਾ ਸਮਾਂ ਸ਼ਾਂਤ ਮਾਹੌਲ ਕਰਨ ਲਈ, ਵਾਤਾਵਰਨ ਸ਼ਾਂਤ ਕਰਨ ਲਈ ਸਾਰੇ 5 ਮਿੰਟ ਸਿਮਰਨ 'ਚ ਹਾਜ਼ਰੀ ਭਰੋ। ਕੋਈ ਰਹਿ ਨਾ ਜਾਏ, ਅੱਖਾਂ ਬੰਦ ਕਰਕੇ ਬੈਠੋ, ਚੌਂਕੜੇ ਲਾ ਕੇ ਬੈਠੋ, ਪਿਆਰ ਨਾਲ ਸਾਰੇ ਕਿਰਪਾ ਕਰਕੇ ਬੋਲੋ। ਸਾਰੇ ਕਿਰਪਾ ਕਰਿਓ, ਬੋਲਿਓ, ਸਾਰੇ ਮਾਈਕ ਬੰਦ ਕਰ ਦਿਓ, ਸਾਰੇ ਓਦਾਂ ਗੱਜ ਕੇ ਬੋਲਿਓ। ਰਸਨਾ ਐਸੀ ਨਾ ਹੋਵੇ ਜਿਹੜੀ ਹਾਜ਼ਰੀ ਨਾ ਭਰੇ। ਗੁਰਮੁਖੋ ਕਲਗੀਧਰ ਅੱਜ ਵੀ ਸਾਡੇ ਸਾਹਮਣੇ ਨੇ, ਧੰਨ ਗੁਰੂ ਨਾਨਕ ਸਾਹਿਬ ਅਜੇ ਵੀ ਦੂਰ ਨਹੀਂ, ਥੋੜ੍ਹਾ ਜਿਹਾ ਅੰਦਰੋਂ ਆਵਾਜ਼ ਮਾਰਨ ਦੀ ਲੋੜ ਹੈ। ਸਾਰੇ ਕਿਰਪਾ ਕਰੋ ਜੀ, ਸਾਰੇ ਗੱਜ ਕੇ ਬੋਲੋ, ਅੱਖਾਂ ਬੰਦ ਰੱਖੋ, ਔਰ ਜਿਹੜੀ ਆਵਾਜ਼ ਧੁਨ ਨਿਕਲ ਰਹੀ ਹੈ, ਸ਼ਬਦ ਦਾ ਤੇ ਸੁਰਤ ਦਾ ਮੇਲ ਹੋਣਾ ਚਾਹੀਦਾ। ਇਸ ਧੁਨ ਵਿੱਚ ਆਪਣੀ ਸੁਰਤ ਨੂੰ ਸਤ ਸੰਗਤ ਚਿੱਤ ਇਕਾਗਰ ਕਰਨ ਦੀ ਕੋਸ਼ਿਸ਼ ਕਰੋ। ਸਾਰੇ ਕਿਰਪਾ ਕਰੋ। ਵਾਹਿਗੁਰੂ ਗੁਰੂ ਵਾਹਿਗੁਰੂ
ਸਤਿਗੁਰੂ ਜੀ ਦੇ ਪਿਆਰ ਵਿੱਚ ਭਿੱਜੀਏ ਸੰਗਤੇ, ਬੋਲਦਿਆਂ ਬਹੁਤ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ। ਜਿਹੜੀ ਗੱਲ ਮਨ ਨੂੰ ਚੰਗੀ ਲੱਗੀ ਹੋਵੇ, ਭਾ ਗਈ ਹੋਵੇ, ਪੱਲੇ ਬੰਨ ਲਿਓ। ਜੇ ਕੁਛ ਉੱਚਾ ਬੋਲ ਗਿਆ ਹੋਵਾਂ, ਉਹ ਮੇਰੀ ਹਉਮੈ ਹੋਏਗੀ। ਕਿਰਪਾ ਕਰਕੇ ਬਖਸ਼ ਦੇਣਾ, ਮਾਫ਼ ਕਰ ਦੇਣਾ, ਅਰਦਾਸ ਵੀ ਕਰਿਓ। ਇਸੇ ਤਰ੍ਹਾਂ ਆਪ ਜੀ ਦੇ ਚਰਨ ਪਰਸਦੇ ਰਹੀਏ। ਬੇਨਤੀ ਹੈ, ਜਿੰਨਾ ਚਿਰ ਮਰਜ ਸਾਹਿਬ ਇੱਥੇ ਨੇ ਉੱਠ ਕੇ ਨਹੀਂ ਜਾਣਾ, ਏਦਾਂ ਹੀ ਸਿਮਰਨ ਕਰਿਆ ਕਰੋ, ਵਾਹਿਗੁਰੂ 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 ਬੋਲ ਕੇ। ਫਿਰ ਹੌਲੀ 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 ਆਵਾਜ਼ ਮੱਧਮ ਹੋ ਜਾਏ, ਫਿਰ ਚੁੱਪ ਕਰ ਜਾਣਾ, ਫਿਰ ਰਸ ਲੈਣਾ। ਬਸ ਸ਼ੁਰੂਆਤ ਬੋਲ ਕੇ ਹੀ ਕਰਨੀ ਪੈਂਦੀ ਹੈ। ਜ਼ਰੂਰ ਬਹਿਣਾ, ਪੰਜ ਮਿੰਟ ਦਸ ਮਿੰਟ ਬੈਠਿਆ ਜ਼ਰੂਰ ਕਰੋ। ਜਿਹੜੇ ਸਿੱਖ ਨੂੰ ਬਹਿਣ ਦਾ ਹੀ ਸੁਭਾਅ ਨਹੀਂ, ਉਹਦੇ 'ਚ ਨਿਮਰਤਾ ਨਹੀਂ ਆ ਸਕਦੀ, ਉਹਦੇ 'ਚ ਨਿਮਰਤਾ ਨਹੀਂ ਆ ਸਕਦੀ। ਸੱਚੇ ਪਾਤਸ਼ਾਹ ਦੀ ਮਿਹਰ ਨਾਲ ਮਿਠਾਸ, ਨਿਮਰਤਾ, ਇਹ ਸਾਰੇ ਗੁਣ ਸਿਮਰਨ ਤੋਂ ਹੀ ਮਿਲਦੇ ਨੇ। ਬਹਿਣ ਦਾ ਸੁਭਾਅ ਜ਼ਰੂਰ ਜ਼ਰੂਰ ਬਣਾਓ, ਸ਼ਰਧਾ ਭਾਵਨਾ ਬਣੇਗੀ, ਗੁਰੂ ਸਾਹਿਬ ਕਿਰਪਾ ਕਰਨਗੇ। ਆਓ ਸਤਸੰਗ ਜੀ, ਗੱਜ ਕੇ ਆਨੰਦ ਸਾਹਿਬ 'ਚ ਬੋਲੋ। ਜਿੰਨੀ ਸੰਗਤ ਆਈ ਸਭ ਦਾ ਧੰਨਵਾਦ। ਜਿੰਨੇ ਮਹਾਂਪੁਰਸ਼ ਆਏ, ਸੰਤ ਬਾਬਾ ਅਮਰੀਕ ਸਿੰਘ ਜੀ, ਪੜੈਣ ਵਾਲੇ ਵੀ ਮੇਰੇ ਨਾਲ ਆਏ ਨੇ ਅੱਜ, ਹੋਰ ਵੀ ਇੱਥੇ ਬੇਅੰਤੀ ਮਹਾਂਪੁਰਸ਼ ਆਏ ਨੇ, ਸਾਰਿਆਂ ਨੂੰ ਸਟੇਜ ਵੱਲੋਂ ਮਾਣ ਸਤਿਕਾਰ ਮਿਲੇਗਾ। ਬਾਅਦ ਵਿੱਚ ਆਪ ਜੀ ਨੇ ਸਜੇ ਰਹਿਣਾ ਪਿਆਰ ਨਾਲ। ਸਭ ਦਾ ਧੰਨਵਾਦ, ਸਾਰੀ ਸੰਗਤ ਨੂੰ ਜੀ ਆਇਆਂ ਨੂੰ ਸਭ ਤੋਂ ਵੱਧ ਧੰਨਵਾਦ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ, ਜਿਨ੍ਹਾਂ ਨੇ ਮਿਹਰਾਂ ਦਾ ਮੇਘ ਵਰਸਾ ਕੇ ਸਾਨੂੰ ਸਭ ਨੂੰ ਸਿਰਸ਼ਾਰ ਕੀਤਾ, ਕਿਰਪਾ ਕੀਤੀ ਹੈ। ਸਤਿਗੁਰੂ ਅੱਗੇ ਤੋਂ ਵੀ ਮਿਹਰਾਂ ਰੱਖਣ।
15 ਅਕਤੂਬਰ ਦੀ ਸੰਗਰਾਂਦ ਆਉਣੀ ਜਿਹੜੀ ਸੰਗਤ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਹਰ ਸੰਗਰਾਂਦ ਤੇ ਪਹੁੰਚ ਕੇ ਅੰਮ੍ਰਿਤ ਛਕਦੇ ਨੇ ਦੀਵਾਨ ਤੇ ਹਾਜ਼ਰੀ ਭਰਦੇ ਨੇ ਐਦਕੀ ਸੰਗਰਾਂਦ ਰਾਤ ਦੀ ਮਨਾਈ ਜਾਏਗੀ 15 ਅਕਤੂਬਰ ਦੀ ਤੇ 14 ਨਵੰਬਰ ਨੂੰ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਵਿਖੇ ਦਰਬਾਰ ਸਾਹਿਬ ਦਾ ਉਦਘਾਟਨ ਕੀਤਾ ਜਾਣਾ ਹੈ ਲੰਗਰ ਹਾਲ ਦਾ ਉਦਘਾਟਨ ਕੀਤਾ ਜਾਣਾ ਹੈ ਹੋਰ ਵੀ ਬੜਾ ਵੱਡਾ ਗੁਰਮਤਿ ਸਮਾਗਮ ਹੋਣਾ 9 ਵਜੇ ਤੋਂ ਸ਼ਾਮ ਦੇ 4 ਵਜੇ ਤੱਕ 14 ਨਵੰਬਰ ਨੂੰ ਦਿਨ ਦਾ ਸਮਾਗਮ ਹੋਏਗਾ ਸੰਗਤ ਨੋਟ ਕਰ ਲਵੇ ਵੱਧ ਚੜ੍ਹ ਕੇ ਪਹੁੰਚ ਕੇ ਦਰਸ਼ਨ ਦੇਣੇ ਹੋਈਆਂ ਤਮਾਮ ਫੁੱਲਾਂ ਦੀ ਖਿਮਾ ਬਖਸ਼ਿਓ ਆਓ ਸਾਧ ਸੰਗਤ ਜੀ ਸਾਰੇ ਆਨੰਦ ਸਾਹਿਬ 'ਚ ਬੋਲੋ ਸੰਬਤ ਸਾਹਾ ਲਿਖਿਆ ਮਿਲਕਰ ਪਾਵਹੁ ਤੇਲ ਦੇਹੋ ਸਜਨ ਅਸੀਂ ਸੜੀਆਂ ਜਿਉਂ ਹੋਵੇ ਸਾਹਿਬ ਸਿਉਂ ਮੇਲ ਗੱਜ ਕੇ ਆਨੰਦ ਸਾਹਿਬ 'ਚ ਬੋਲੋ ਸਤਿਗੁਰੂ ਜੀ ਦੇ ਜਾਣ ਤੋਂ ਬਾਅਦ ਚੱਲਾਂਗੇ ਕੱਲ ਨਹੀਂ ਕਰਨੀ ਸਿਮਰਨ ਵਿੱਚ ਜ਼ਰੂਰ 5-4 ਮਿੰਟ ਜ਼ਰੂਰ ਜ਼ਰੂਰ ਬੈਠਿਆ ਕਰੋ ਇਹ ਮੇਰੀ ਜ਼ਰੂਰੀ ਜ਼ਰੂਰੀ ਬੇਨਤੀ ਹੈ ਬਹਿਣ ਦਾ ਸੁਭਾਅ ਬਣਾਓ ਇਹ ਦੇ ਪੱਲੇ ਬੰਨ ਕੇ ਲੈ ਗਏ ਸਾਡਾ ਆਉਣਾ ਇੱਥੇ ਸਫਲ ਹੋਏਗਾ ਅੰਮ੍ਰਿਤ ਛੱਕ ਕੇ 5 ਪਿਆਰਿਆਂ ਤੋਂ ਨਾਮ ਲੈਣਾ ਹੈ ਮੰਜੀ 'ਤੇ ਬਹਿ ਜਾਓ ਧਰਤੀ 'ਤੇ ਬਿਸਤਰ ਵਿਛਾ ਲਓ ਬੋਰੀ ਵਿਛਾ ਲਓ ਉੱਦਾਂ ਹੀ ਪੁੰਜੇ ਹੀ ਚੌਂਕੜਾ ਮਾਰ ਕੇ ਬਹਿ ਜਾਓ ਪਰ 5 ਮਿੰਟ 7 ਮਿੰਟ 10 ਮਿੰਟ ਜ਼ਰੂਰ ਜ਼ਰੂਰ ਬਹਿ ਕੇ ਵਾਹਿਗੁਰੂ 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 ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਮਨ
Thank you.
Oh,